ਕੋਈ ਕਹਿੰਦਾ ਤੇਰੇ ਤੂੰ ਜਾਨਵਾਰ ਦੂ ਕੋਈ ਕਹਿੰਦਾ ਤੇਰੇ ਤੂੰ ਜਹਾਨਵਾਰ ਦੂ ਕੋਈ ਚੁੱਮ ਚੁੱਮ ਸੁੱਟ ਧਰਮਾਲ ਵੇਖੋ ਕੀ ਦੀ ਗੱਲ ਬਣਦੀ ਇਸ ਸੋਹਣੀ ਜਿਹੀ ਕੁੜੀ ਦੇ ਹਾਏ ਸੋਹਣੀ ਜਿਹੀ ਕੁੜੀ ਦੇ ਨਾ ਵੇਖੋ ਕੀ ਦੀ ਗੱਲ ਬਣਦੀ ਮੁੰਡ ਚੁੱਮ ਚੁੱਮ ਸੁੱਟਦੇ ਰਵਾਂ ਵੇਖੋ ਕੀ ਦੀ ਗੱਲ ਬਣਦੀ ਉਸੇ ਯਕੀਨ ਕੀਤਾ ਤੁਸੀਂ ਯਾਰੀ ਬਣਾਈ ਤੁਸੀਂ ਉਹਨਾਂ ਲਈ ਸਟੈਂਡ ਲਿਆ ਤੁਸੀਂ ਹਰ ਇੱਕ ਉਹ ਚੀਜ਼ ਕੀਤੀ ਜੋ ਇੱਕ ਇਨਸਾਨੀਅਤ ਤੌਰ ਤੇ ਰੱਬ ਕਰਦਾ ਹੈ ਲੇਕਿਨ ਅੰਦਰੋਂ ਲੱਗਦਾ ਨਾ ਯਾਰ ਆਹ ਗਲਤੀ ਹੋਈ ਐ ਇਹ ਦੇ ਕਰਕੇ ਇੰਨਾ ਸਫਰ ਮੈਨੂੰ ਜਿਹੜਾ ਉਹ ਕਰਨਾ ਪੈ ਗਿਆ ਨਾ ਚਾਹੁੰਦੇ ਹੋਏ ਤੁਹਾਡਾ ਆਲਾ ਦਵਾਲਾ ਤੁਹਾਨੂੰ ਸਿੱਟਣ ਦੇ ਵਿੱਚ ਸਾਰੇ ਲੱਗ ਜਾਂਦੇ ਨੇ ਨਾ ਫਿਰ ਤਕਲੀਫ ਬਹੁਤ ਹੁੰਦੀ ਹੈ ਕਿ ਮੈਂ ਇੰਨਾ ਵਾਸਤੇ ਤਾਂ ਇੰਨਾ ਕੁਝ ਕੀਤਾ ਜਦੋਂ ਡਾਊਨਫਾਲ ਸਮੇਂ ਦੇ ਵਿੱਚ ਮੈਨੂੰ ਲੱਗਿਆ ਕਿ ਮੇਰੇ ਅੱਗੇ ਵਾਲੇ بڑے ਲੋਕ ਨੇ ਮੈਂ ਇਹਨਾਂ ਨੂੰ ਮਿਲਾਂ ਇਹ ਕਰਾਂ ਆਹ ਕੰਮ ਕਰੀਓ ਕਰੀ ਮੈਨੂੰ ਦਿਖੇ ਹੀ ਕੋਈ ਨਹੀਂ ਲੱਗਦਾ ਜਿਹੜੇ ਲੋਕਾਂ ਦੇ ਮਫੇਦ ਕਰਦਾ ਸੀ ਚਾਹੇ ਮੇਰੇ ਆਫਿਸ ਦੇ ਵਿੱਚ ਸੀ ਚਾਹੇ ਮੇਰੇ ਆਫਿਸ ਤੋਂ ਬਾਹਰ ਸੀ ਚਾਹੇ ਮੇਰੀ ਇੰਡਸਟਰੀ ਦੇ ਵਿੱਚ ਸੀ ਬੜੇ ਲੋਕ ਸੀਗੇ ਉਹਨਾਂ ਕਰਕੇ ਮੈਂ ਕਿਤਨੇ ਕਿਤੇ ਜ਼ਰੂਰ ਦਿੱਤੇ ਹਾਂ ਮੇਰੀ ਇੱਕਦਮ ਮੈਂ ਤੇ ਬੱਬੂ ਬਾਈ ਦੋਨੋਂ ਗੱਲਾਂ ਕਰਦੇ ਸੀ ਨਾ ਬੱਬੂ ਮਾਨ ਸਾਹਿਬ ਕਹਿੰਦੇ ਵੀ ਮੈਂ ਕਿਹਾ ਯਾਰ ਵੀ ਤਫ ਜਾ ਹੋਇਆ ਪਿਆ ਵੀ ਮਾਰਕੀਟ ਚ ਕਿਵੇਂ ਹੁਣ ਦੁਬਾਰਾ ਉਤਰੀ ਏ ਇੱਕ ਇੱਕ ਸਟੇਜ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਬੱਬੂ ਮਾਨ ਸਾਹਿਬ ਦੀ ਜਿਹੜੀ ਤੁਹਾਡੀ ਮੇਰਾ ਦੂਸਰੀ ਗੱਲ ਹੋ ਗਈ ਨਾ ਇਹ ਸਮਝੋ ਕਿ ਬੱਬੂ ਉਹਨਾਂ ਨੇ ਉਸ ਦਿਨ ਤੋਂ ਦੁਬਾਰਾ ਫਿਰ ਸ਼ੁਰੂਆਤ ਹੋਈ ਹੈ ਕਿਉਂਕਿ 스테ਚੋਦੀ ਕਿਉਂਕਿ ਮੈਂ ਜਮਾਈ ਬੰਦ ਕਰਕੇ ਬੈਠਾ ਸੀ ਉਸ ਤੋਂ ਪਹਿਲਾਂ ਗਾਣੀ ਜਿਹੜੀ ਬਣੇ ਪਈ ਸੀ ਉਹਨਾਂ ਨੂੰ ਵੀ ਰਿਲੀਜ਼ ਕਰਨ ਨੂੰ ਜੀ ਨਹੀਂ ਕਰਦਾ ਸੀ ਨਹੀਂ ਯਾਰ ਹੁਣ ਛੱਡੋ ਪਰੇ ਵਧੀਰਾ ਹੋ ਗਿਆ ਪਰ ਉਸ ਦਿਨ ਬੱਬੂ ਨੇ ਇੰਨੀ ਪ੍ਰਾਣ ਮੇਰੇ ਪੋਜ਼ਿਟਿਵਿਟੀ ਮੇਰੇ ਅੰਦਰ ਲਿਆ ਕੇ ਭਰੀ ਕਿ ਨਹੀਂ ਨਿਕੂ ਆਪਾਂ ਹਾਂ ਬਹੁਤ ਕੁਝ ਕਰਨਾ ਜਿਹੜੇ ਲੋਕ ਇਨਾਂ ਸਮਿਆਂ ਚ ਕਿਤੇ ਵੀ ਨਾਲ ਮਤਲਬ ਥੋੜਾ ਜਿਹਾ ਵੀ ਖੜੇ ਉਹਨਾਂ ਨੂੰ ਆਪਾਂ ਗੇਟਾਂ ਦੇ ਬਾਹਰ ਫਿਰ ਦੁਆਰਾ ਖੜਾ ਮਾ ਨਿੱਕੂ ਦਾ ਮਨ ਜਦੋਂ ਬਹੁਤ ਭਾਰਾ ਹੁੰਦਾ ਨਿੱਕੂ ਦਾ ਫੋਨ ਕਿੰਨੂੰ ਜਾਂਦਾ ਹੈ ਕਿ ਭਾਈ ਮੈਂ ਬਹੁਤ ਜ਼ਿਆਦਾ ਇਸ ਟਾਈਮ ਪਰੇਸ਼ਾਨ ਹਾਂ ਮੈਂ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦਾ ਜਾਂ ਮੇਰਾ ਵੀ ਮਨ ਹੌਲਾ ਕਰਨ ਦਾ ਦਿਲ ਹੈ ਬਿਲਕੁਲ ਸਾਡੀ ਇੰਡਸਟਰੀ ਚ ਇਕੱਲਾ ਬੱਬੂ ਮੇਰੇ ਨਾਲ ਮੈਂ ਤਾਂ ਵੀ ਨਹੀਂ ਲੱਗੂ ਮੁੱਕ ਦੇਣੀ ਬੀਂਗ ਅ ਸੀਨੀਅਰ ਕਲਾਕਾਰ ਤੁਸੀਂ ਹੋ ਗਏ ਬੱਬੂ ਸਰ ਹੋ ਗਏ ਤੁਹਾਡੇ ਜਿਹੜੇ ਗੀਤ ਨੇ ਉਹ ਅੱਜ ਵੀ ਮਤਲਬ ਅੱਜ ਕੱਲ ਦੇ ਗੀਤਾ ਦੇ ਕੰਪੈਰੀਟਿਵਲੀ ਵੀ ਜਦੋਂ ਡੀ ਜੀਆ ਤੇ ਲੱਗਦੇ ਨੇ ਜਾਂ ਜਦੋਂ ਸੁਣਾਏ ਦਿੰਦੇ ਨੇ ਤੇ ਬਹੁਤ ਕੰਨਾਂ ਨੂੰ ਸਕੂਨ ਦਿੰਦੇ ਨੇ ਬਹੁਤ ਅੰਦਰ ਖਿਰਦਾ ਹੈ ਬੰਦੇ ਦਾ ਹੈਨਾ ਕਲਾਕਾਰ ਵੀ ਬਹੁਤ ਨੇ ਤੇ ਗੀਤ ਵੀ ਬਹੁਤ ਨੇ ਹੁਣ ਤੇ ਟ੍ਰੈਂਡ ਅਲੱਗ ਹੋ ਰਹੇ ਨੇ ਆਪਣੇ ਆਪਣੇ ਗੀਤਾ ਦੀ ਬਜਾਏ ਰਿਪਲਾਈ ਚੱਲ ਰਹੇ ਨੇ ਇੱਕ ਦੂਸਰੇ ਨੂੰ ਨਹੀਂ ਲੱਗਦਾ ਕਿ ਜੇ ਅੱਜ ਮੇਰਾ ਗਾਣਾ ਆਇਆ 15 ਦਿਨ ਚ ਮੇਰੇ ਇਹਦੇ ਇੰਨੇ ਵੀਊ ਹੋ ਗਏ ਮੈਨੂੰ ਇਹਦੇ ਇੰਨੇ ਡਾਲਰ ਆ ਗਏ ਤੇ ਹੁਣ 15 ਦਿਨ ਬਾਅਦ ਦੂਜਾ ਤਾਂ ਮੈਨੂੰ ਹੋਰ ਪੈਸੇ ਆ ਜਾਣਗੇ ਅੱਜ ਕੱਲ ਬਹੁਤ ਇਲਜ਼ਾਮات ਦਾ ਦੌਰ ਸ਼ੁਰੂ ਹੋ ਗਿਆ ਹੈ ਇਹ ਗਾਣਾ ਤੇ ਮੇਰਾ ਸੀ ਦਾ ਸਟੂਡੀਓ ਚ ਗਾਇਆ ਤੇ ਲੀਕ ਹੋ ਗਿਆ ਇਹ ਗਾਣਾ ਮੇਰਾ ਸੀ ਬਿਨਾਂ ਪੁੱਛੇ ਦੂਜੇ ਕਲਾਕਾਰ ਨੇ ਗਾ ਲਿਆ ਇਹ ਗਾਣਾ ਤਾਂ ਮੈਂ ਗਾਇਆ ਸੀ ਇਹ ਗਾਣਾ ਮੇਰਾ ਕਿਸੇ ਹੋਰ ਆਰਟਿਸਟ ਨੇ ਲੈ ਲਿਆ ਜਦੋਂ ਇੱਕ ਇਹਨਾਂ ਦੇ ਗਾਣੇ ਨੇ ਚੱਲਦੀਆਂ ਗੱਡੀਆਂ ਚ ਜਿਵੇਂ ਸੜਕ 'ਤੇ ਲੱਕੇ ਪੈਂਚਰ ਹੋ ਗਿਆ ਇਦਾਂ ਦੇ ਗਾਣੇ ਨੇ ਉਹ ਲੀਕ ਹੋ ਗਿਆ ਸੋਸ਼ਲ ਮੀਡੀਆ ਤੇ ਜੇ ਤੁਸੀਂ ਕਿਤੇ ਕਿਸੇ ਨਾਲ ਕਨੈਕਟਡ ਹੋ ਕਿਤੇ ਪਾਉਨੇ ਹੋ ਫਿਰ ਗਾਣਾ ਲਿਖੋਗੇ ਇਦਾਂ ਕਿਦਾਂ ਹੋਊਗਾ ਇਹ ਦੌਰ ਮੈਨੂੰ 25 ਸਾਲੋ ਦੀ ਸਿੰਦਸਟਰੀ ਦੇ ਜਿਹੜੇ ਮੈਂ ਬੱਚੇ ਕੋਲ ਨਹੀਂ ਸ਼ਾਇਰ ਨਹੀਂ ਹੈ ਉਮਰਾਂ ਨਹੀਂ ਹੋਣੀ ਸਾਢੇ ਤੱਕ ਦੇ ਗਾਣੇ ਲਿਖਨੇ ਬੱਬੂ ਮੰਦੇ ਤੱਕ ਦੇ ਗਾਣੇ ਲਿਖਨੇ ਆਹ ਜ਼ਿੰਦਗੀ ਐ ਮੇਰੀ ਆਰਾ ਮੇਰਿਆ ਜ਼ਿੰਦਗੀ ਤੇ ਹੱਕ ਸਭ ਤੇਰੇ ਨੇ ਤੇਰੀ ਮਰਜ਼ੀ ਦੇ ਨਾਲ ਪੂਰੇ ਕਰਨ ਨਿੱਕੇ ਨਿੱਕੇ ਖ਼واب ਚੰਨਾ ਮੇਰੇ ਨੇ ਤੈਨੂੰ ਤੱਕ ਕੇ ਮੈਂ ਸਭ ਭੁੱਲ ਜਾਨੀਆ ਤੈਨੂੰ ਤੱਕ ਕੇ ਮੈਂ ਸਭ ਭੁੱਲ ਜਾਨੀਆ ਤੂੰ ਨਹੀਂ ਜਾਣਦਾ ਤੂੰ ਬਣ ਗਿਆ ਫਤੂਰ ਕੁੜੀ ਦਾ ਤੈਨੂੰ ਪਾਗਲਾ ਏ ਪਿਆਰ ਬੇਸ਼ੁਮਾਰ ਕਰਦੀ ਇਹ ਤੋਂ ਵੱਧ ਕੋਈ ਨਕਸੂਰ ਕੁੜੀ ਦਾ ਤੈਨੂੰ ਪਾਗਲਾ ਏ ਪਿਆਰ ਬੇਸ਼ੁਮਾਰ ਕਰਦੀ ਇਹ ਤੋਂ ਵੱਧ ਕੋਈ ਨਕਸੂਰ ਕੁੜੀ ਦਾ બસ ਨਾ ਸੋਣਿਆ ਕਿਸੂਰ ਕੁੜੀ ਦਾ ਦੌਲਤ ਸ਼ੋਹਰਤ ਪਚਨ ਦਿਲੋ ਕੋ ਫਿਰ ਵੀ ਹੁੰਦੀ ਆਸ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਜ਼ ਦਰਅਸਲ ਇਹ ਗਾਣਾ ਮਾਨਸਾਪ ਦਾ ਹੈ ਲੇਕਿਨ ਇਸ ਗਾਣੇ ਦਾ ਬਹੁਤ ਗੂੜਾ ਨਾਤਾ ਹੈ ਇੱਕ ਅਜਿਹੇ ਕਲਾਕਾਰ ਦੇ ਨਾਲ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਉਦੋਂ ਤੋਂ ਵੇਖਿਆ ਜਦੋਂ ਤੋਂ ਇੱਕ ਮਿਆਰ ਉੱਚਾ ਉੱਠਣਾ ਸ਼ੁਰੂ ਹੋਇਆ ਸੀ ਉਹਨਾਂ ਨੇ ਟ੍ਰੈਂਡ ਸੈੱਟ ਕੀਤਾ ਨਾ ਕੇਵਲ ਸਟਾਈਲਿੰਗ ਦਾ ਪੱਗ ਦਾ ਬਲਕਿ ਗੀਤਾਂ ਦਾ ਵੀ ਕੋਈ ਅਜੇ ਹੀ ਗਾਇਕੀ ਉਹਨਾਂ ਨੇ ਨਹੀਂ ਲੈ ਕੇ ਆਈ ਲੇਕਿਨ ਬਾਵਜੂਦ ਉਸਦੇ ਉਹਨਾਂ ਦੇ ਗਾਣੇ ਅੱਜ ਵੀ ਡੀ ਜੀਆ ਤੇ ਉਸੇ ਕਦਰ ਵੱਜਦੇ ਨੇ ਜਿਸ ਕਦਰ ਉਹ ਆਏ ਸੀਗੇ ਸੋ ਇੱਕ ਫਰੈਸ਼ 뮤직 ਨੂੰ ਸੈੱਟ ਕਰਨ ਵਾਲੇ ਸਾਡੇ ਨਾਲ ਅੱਜ ਮੌਜੂਦ ਨੇ ਵੈਰੀ ਟੈਲੈਂਟਡ ਟ੍ਰੈਂਡ ਸੈਟਰ ਟ੍ਰੈਂਡ ਸੈਟਰ ਕਿਉਂ ਕਹ ਰਹੀਆਂ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਇੰਦਰਜੀਤ ਨਿਕੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਮੈਨੀ ਪਹਿਲੇ ਤੋਂ ਤੁਹਾਡੇ ਚੈਨਲ ਦੇ ਸਾਰੇ ਵਿਊਜ਼ ਨੂੰ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਜੀ ਜੀ ਸੋ ਸਭ ਤੋਂ ਪਹਿਲੇ ਤੁਹਾਡੀ ਪੱਗ ਦਾ ਰੰਗ ਐਜ਼ ਯੂਜੂਅਲ ਐਜ਼ ਆਲਵੇਜ਼ ਐਂਡ ਤੁਹਾਡਾ ਅਟਾਇਰ ਬਹੁਤ ਸੋਹਣਾ ਲੱਗ ਰਿਹਾ ਥੈਂਕ ਯੂ ਵੈਰੀ ਮਚ ਥੈਂਕ ਯੂ ਅਮ ਠੀਕ ਠਾਕ ਚੱਲ ਰਿਹਾ ਸਭ ਪੂਰੇ ਬੱਲੇ ਬੱਲੇ ਪੂਰੀ ਮਸਤੀ ਚ ਇੰਜੋਏ ਕਰ ਰਹੇ ਹਾਂ ਥੋੜਾ ਜਿਹਾ ਲਾਕਡਾਊਨ ਕਰਕੇ ਥੋੜੀ ਜਿਹੀ ਸਾਰੀ ਰੁਕੀ ਹੋਈ ਸੀ ਸਾਰੇ ਕੰਮ ਰੁਕੇ ਪਏ ਸੀ ਸਬਦੀ ਜੀ ਬਸ ਉਹ ਤੋਂ ਬਿਨਾ ਬਾਕੀ ਸਭ ਠੀਕ ਹੈ ਅੱਛਾ ਥੋੜਾ ਟਾਈਮ ਪਹਿਲੇ ਆਪਣੀ ਜਦੋਂ ਗੱਲਬਾਤ ਹੋਈ ਸੀਗੀ ਬਹੁਤ ਸਾਰਾ ਮੈਂ ਦੇਖਿਆ ਤੇ ਉਦੋਂ ਜਜ਼ਬਾ ਬਹੁਤ ਸਕਾਈ ਹਾਈ ਸੀਗਾ ਕਿਉਂਕਿ ਕਹਿੰਦੇ ਨੇ ਕਿ ਜਦੋਂ ਬੰਦਾ ਇੱਕ ਵਾਰ ਡਿੱਗ ਕੇ ਉੱਠਦਾ ਜਾਂ ਕਹਿ ਲੋ ਕਿ ਬੈਕ ਸਟੈਪ ਕਰਕੇ ਹਾਈ ਜੰਪ ਲੈਂਦਾ ਲੌਂਗ ਜੰਪ ਲੈਂਦਾ ਤੇ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਨਾ ਲੇਕਿਨ ਅਨਫੋਰਚੂਨੇਟਲੀ ਕਿਸਮਤ ਦਾ ਇੱਕ ਇਹੋ ਜਿਹਾ ਖੇਡ ਕਹਿ ਲੋ ਜੋ ਕਿ ਸਾਰਿਆਂ ਲਈ ਵੈਸੇ ਤੇ ਉਸੇ ਇੱਕ ਹੀ ਪਲੇਟਫਾਰਮ ਹੈ ਲੌਕਡਾਊਨ ਕਰਕੇ ਹੋ ਗਿਆ ਸੋ ਉਸ ਚੀਜ਼ ਕਰਕੇ ਕੁਝ ਮਾਈਂਡ ਦੇ ਵਿੱਚ ਥਾਟਸ ਚੇਂਜ ਹੋਏ ਨਿਕੂ ਜੀ ਨਹੀਂ ਐਕਚੁਅਲੀ ਜਿਹੜੀ ਰੂਹ ਦੀ ਖੁਰਾਕ ਹੈ ਜਿਵੇਂ ਜਿਹੜੀ ਮੇਰੀ ਲਾਈਫ ਹੈ ਜਾਂ ਆਰਟਿਸਟਾਂ ਦੀ ਲਾਈਨ ਹੈ ਲਾਈਫ ਹੈ ਉਹਦੇ ਵਿੱਚ ਗਾਣਾ ਸਾਡਾ ਰੂਟੀਨ ਦਾ ਜਿਹੜਾ ਉਹ ਤੋਂ ਬਿਨਾਂ ਲੱਗਦਾ ਕਿ ਜ਼ਿੰਦਗੀ ਅਧੂਰੀ ਹੋਗੀ ਜੀ ਘਰ ਬੈਠ ਕੇ ਤੁਸੀਂ ਮੈ ਆਪਣਾ ਚ ਬੈਠ ਕੇ ਕਿੰਨਾ ਗਾ ਲੋਗੇ ਗਾਣਾ ਜਦੋਂ ਮਜ਼ਾ ਆਉਂਦਾ ਜਦੋਂ ਅਸੀਂ ਗਾਣਾ ਗਾਉਂਦੇ ਆ ਲੋਕਾਂ ਤੱਕ ਜਾਂ ਲਾਈਵ ਸਟੇਜ ਤੇ ਗਾਉਂਦੇ ਆ ਤੇ ਸਾਨੂੰ ਲੋਕਾਂ ਤੋਂ ਜਿਹੜੀ એનર્ਜੀ ਮਿਲਦੀ ਹੈ ਜਿਹੜੀ ਉਹ ਪੋਜ਼ਿਟਿਵਿਟੀ ਮਿਲਦੀ ਹੈ ਉਹ ਜਿਹੜੀ ਰੂਹ ਦੀ ਖੁਰਾਕ ਹੈ ਉਹ ਜਦੋਂ ਨਹੀਂ ਮਿਲਦੀ ਸੀ ਉਹਦੇ ਕਰਕੇ ਕਹਿਣ ਲੱਗਦਾ ਸੀ ਕਿ ਸਭ ਖਤਮ ਹੋ ਚਲਿਆ ਹਮ ਲਾਕਡਾਊਨ ਦੇ ਦੌਰਾਨ ਮੈਨੂੰ ਲੱਗਦਾ ਜਦ ਤੋਂ ਨੋਟਬੰਦੀ ਸ਼ੁਰੂ ਹੋਈ ਹੈ ਜਦ ਤੋਂ ਲੈ ਕੇ ਮੁੜ ਕੇ ਕੁਝ ਲੋਕ ਠੀਕ ਹੋਇਆ ਹੀ ਨਹੀਂ ਉਸ ਤੋਂ ਬਾਅਦ ਜਦੋਂ ਠੀਕ ਹੋਣ ਲੱਗਾ ਫਿਰ ਕਰੋਨਾ ਸ਼ੁਰੂ ਹੋ ਗਿਆ ਕਰੋਨਾ ਖਤਮ ਹੋਇਆ ਕਰੋਨਾ ਦੇ ਚੱਲਦੇ-ਚੱਲਦੇ ਸਾਡੇ ਕਿਸਾਨਾਂ ਦੀ ਜਿਹੜੀਆਂ ਪ੍ਰੋਬਲਮਸ ਉਹ ਸ਼ੁਰੂ ਹੋ ਗਈਆਂ ਤਰਨੇ ਸ਼ੁਰੂ ਹੋ ਗਏ ਉਹ ਸਾਰਾ ਕੁਝ ਐਨਾ ਚਲਿਆ ਕਿ ਸਾਰਾ ਕੁਝ ਹੀ ਰੁਕ ਗਿਆ ਹਮ ਤੇ ਜਦੋਂ ਕਿਸਾਨਾਂ ਦਾ ਚੱਲਿਆ ਉਸ ਟਾਈਮ ਤਾਂ ਵੇਸੇ ਹੀ ਕੁਝ ਕਰਨ ਨੂੰ ਜੀ ਨਹੀਂ ਕਰਦਾ ਸੀ ਕਿ ਆਪਾਂ ਹੁਣ ਜਿੰਨਾ ਵਾਸਤੇ ਸਾਰੇ ਗਾਣੇ ਅਜੇ ਤੱਕ ਗਾਏ ਨੇ ਹੁਣ ਤੱਕ ਕਿਉਂਕਿ ਅਸੀਂ ਪਿੰਡਾਂ ਵਾਲਿਆਂ ਲਈ ਬਹੁਤ ਕੁਝ ਗਾਇਆ ਜੀ ਜੇ ਸਾਡੇ ਆਪਣੇ ਲੋਕ ਸੜਕਾਂ ਤੇ ਰੋਡਾਂ ਤੇ ਬੈਠੇ ਨੇ ਉਹ ਰੋਡਸ ਤੇ ਬੈਠਿੰਦੇ ਅਸੀਂ ਕਿਵੇਂ ਗਾ ਲਈਏ ਕੀ ਦਿਲ ਇਹ ਗਾ ਲਈਏ ਫਿਰ ਅਸੀਂ ਮੈਂ ਬਹੁਤ ਆਰਟਿਸਟਾਂ ਨੇ ਪ੍ਰੇਰਣ ਕੀਤੇ ਸੀ ਮੈਂ ਵੀ ਕੀਤਾ ਸੀ ਕਿ ਜਦ ਤੱਕ ਸਾਡੇ ਜਿਹੜੇ ਕਿਸਾਨ ਪਿੰਡਪਰਾ ਨੇ ਉਹ ਸੜਕਾਂ ਤੋਂ ਉੱਠ ਕੇ ਘਰਾਂ 'ਚ ਵਾਪਸ ਨਹੀਂ ਆਉਂਦੇ ਜਦ ਤੱਕ ਜਦ ਤੱਕ ਅਸੀਂ ਕੋਈ ਕਮਰਸ਼ੀਅਲ ਗਾਣੇ ਨਹੀਂ ਕਰਾਂਗੇ ਚੋਦੇਦਾਰਾਂ ਨੂੰ ਸਿਰਫ ਸਿਰਫ ਕਿਸਾਨਾਂ ਦੀ ਗਾਣੀ ਆਈ ਜੀ ਤੇ ਹੋਰ ਆਪਾਂ ਕੁਝ ਨਹੀਂ ਕੀਤਾ ਤੇ ਹੁਣ ਕਮਰਸ਼ੀਅਲ ਗਾਣੇ ਸ਼ੁਰੂ ਨੇ ਰਾਈਟ ਸੋ ਸ਼ੋਅਸ ਬਹੁਤ ਚੱਲ ਰਹੇ ਨੇ ਬੈਕ ਟੂ ਬੈਕ ਸੋ ਅੱਜ ਨਿਕੂ ਜੀ ਸ਼ੋਅਸ ਦੇ ਵਿੱਚ ਉਦਾਂ ਹੀ ਮਸ਼ਰੂਫ ਨੇ ਜਾਂ ਫਿਰ ਹਜੇ ਉਸ ਸਟੈਪ ਨੂੰ ਕਵਰ ਕਰਨਾ ਬਾਕੀ ਹੈ ਮੈਨੂੰ ਪਹਿਲਾਂ ਇਹ ਲੱਗਦਾ ਸੀ ਕਿ ਜਦੋਂ ਮੈਂ ਵਾਪਸ ਹੁਣ ਲਾਈਨ ਦੇ ਵਿੱਚ ਆਉਣਾ ਕਿਉਂਕਿ ਬਹੁਤ ਕੁਝ ਚੇਂਜ ਹੋ ਗਿਆ ਸਮੇਂ ਦੇ ਅਕੋਰਡਿੰਗ ਬੜੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ ਵੈਸੇ ਪ੍ਰਕਿਰਤੀ ਦਾ ਨਿਯਮ ਹੈ ਜਿਵੇਂ ਰੁੱਤਾਂ ਚੇਂਜ ਹੁੰਦੀਆਂ ਨੇ ਐਦਾਂ ਹੀ ਅ ਫੈਸ਼ਨ ਚੇਂਜ ਹੁੰਦੇ ਨੇ ਤੇ ਹਰ ਚੀ ਚੇਂਜ ਹੁੰਦੀ ਹੈ ਸਾਡੇ ਗਾਣੇ ਦੇ ਵਿੱਚ ਮਿਊਜ਼ਿਕ ਦੇ ਵਿੱਚ ਬੜੀਆਂ ਚੇਂਜਸ ਆਈਆਂ ਨੇ ਸੋ ਉਹ ਇੱਕ ਬ੍ਰੇਕ ਤੋਂ ਬਾਅਦ ਇੱਕੋਦਮ ਨਵੀਂ ਜਗ੍ਹਾ ਤੇ ਆ ਕੇ ਨਵੇਂ ਲੋਕਾਂ ਦੇ ਨਾਲ ਨਵੇਂ ਮਿਊਜ਼ਿਕ ਦੇ ਨਾਲ ਨਵੇਂ ਲਿਰਿਕਸ ਦੇ ਨਾਲ ਦੁਬਾਰਾ ਇਸ ਲਾਈਨ ਦੇ ਵਿੱਚ ਆਪਣੇ ਆਪ ਨੂੰ ਫੇਰ ਨਵੇਂ ਸਿਰੇ ਤੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇੱਕ ਬਹੁਤ ਵੱਡਾ ਚੈਲੰਜ ਸੀ ਔਖਾ ਕੰਮ ਸੀ ਮੇਰੇ ਲਈ ਪਰ ਜਦੋਂ ਹੁਣ ਗਾਣੇ ਆਏ ਨੇ ਜਿਹੜਾ ਹੁਣ ਡਾਊਨਫਾਲ ਗਾਣਾ ਕੀਤਾ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਜ਼ਿੰਦਗੀ ਨੂੰ ਦੱਸਿਆ ਕਿ ਜੋ ਮੇਰਾ ਪਿਛਲਾ ਵਕਤ ਸੀ ਮੇਰਾ ਕੀ ਹਰ ਬੰਦੇ ਦਾ ਜੋ ਇੱਕ ਡਾਊਨਫਾਲ ਹੈ ਉਸ ਤੋਂ ਬਾਅਦ ਚ ਅਸੀਂ ਵਾਪਸ ਮਿਹਨਤ ਕਰਦੇ ਆਂ ਤੇ ਉੱਠ ਕੇ ਵਾਪਸ ਆਉਨੇ ਆ ਤੇ ਜੇ ਅਸੀਂ ਕੋਸ਼ਿਸ਼ ਕਰਾਂਗੇ ਤੇ ਫਿਰ ਅਸੀਂ ਜ਼ਰੂਰ ਜਿੱਤਾਂਗੇ ਉਹ ਗੀਤ ਦਾ ਜਿਹੜਾ ਮੇਨ ਮਕਸਦ ਸੀ ਕਿ ਡਿੱਗ ਕੇ ਉੱਠਿਆ ਪੱਲਾ ਝਾੜ ਲੈਣ ਦੇ ਬਈ ਨੇਕ ਤਕਦੀਰਾਂ ਨਾਲ ਮੱਥਾ ਮਾਰ ਮਾਰ ਕੇ ਉੱਗ ਖੜਿਆ ਹੈ ਇੱਕ ਪੱਥਰਾਂ ਦੀ ਪਾੜ ਕੇ पीसी ਵਾਲਾ ਬੇਰ ਬਣੂ ਇੱਕ ਵਾਰੀ ਫੇਰ ਬਣੂ ਥੋੜਾ ਜਿਹਾ ਖੁਦ ਨੂੰ ਨਿਖਾਰ ਲੈਣ ਦੇ ਉਹੀ ਗੱਲ ਬਾਤ ਹੋਣੀ ਪੂਰੀ ਠਾਠ ਬਾਠ ਹੋਣੀ ਡਿੱਗ ਕੇ ਉੱਠਿਆਂ ਪੱਲਾ ਝਾੜ ਲੈਣ ਦੇ ਕੀ ਬਾਤ ਜਦੋਂ ਆਪਾਂ ਡਿੱਗੇ ਉੱਠਦੇ ਆ ਤੇ ਕਈ ਵਾਰ ਤਾਂ ਆਪਾਂ ਆਪਣੀਆਂ ਗਲਤੀਆਂ ਕਰਕੇ ਡਿੱਗਦੇ ਆ ਕਈ ਵਾਰ ਬਹੁਤ ਸਾਰੇ ਕਾਰਨ ਹੁੰਦੇ ਨੇ ਜਦੋਂ ਆਪਾਂ ਡਾਊਨਫਾਲਸ ਜਾਂਦੇ ਆ ਜੀ ਸੋ ਕਿਸੇ ਵੀ ਕਾਰਨ ਕਰਕੇ ਆਪਾਂ ਨੀਚੇ ਜਾਈਏ ਲੇਕਿਨ ਜਦੋਂ ਵਾਪਸ ਆਉਣਾ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਤੇ ਕਦੇ ਵੀ ਵਾਪਸ ਨਹੀਂ ਆ ਸਕਦੇ ਐਂਡ ਦੁਨੀਆ ਤੇ ਕੋਈ ਵੀ ਐਸਾ ਕੰਮ ਨਹੀਂ ਜਿਹਨੂੰ ਮਿਹਨਤ ਕਰਕੇ ਦੁਬਾਰਾ ਹਾਸਲ ਨਹੀਂ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਤੁਸੀਂ ਕਿਹਾ ਕਿ ਖੁਦ ਨਾਲ ਸਮਾਂ ਬਿਤਾਉਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਤੁਹਾਡਾ ਬਹੁਤ ਮਜ਼ੇਦਾਰ ਪਲ ਹੁੰਦੇ ਨੇ ਜਦੋਂ ਤੁਸੀਂ ਖੁਦ ਨਾਲ ਬੈਠੋ ਨਿੱਕੂ ਜੀ ਦੁਨੀਆ ਉਹ ਵੇਖਦੀ ਹੈ ਜੋ ਸਾਹਮਣੇ ਉਹ ਨਜ਼ਰ ਆਉਂਦਾ ਹੈ ਜਾਂ ਜੋ ਅਸੀਂ ਦੱਸਦੇ ਹਾਂ ਪਰ ਅੱਜ ਜਦੋਂ ਨਿੱਕੂ ਜੀ ਇਕੱਲੇ ਬੈਂਦੇ ਨੇ ਪਰਿਵਾਰ ਸੰਭਦੇ ਨੇ ਕੰਮ ਵੇਖਦੇ ਨੇ ਆਉਣ ਵਾਲੀ ਜ਼ਿੰਦਗੀ 'ਚ ਆਪਣਾ ਭਵਿੱਖ ਸੋਹਣਾ ਵੇਖਦੇ ਨੇ ਤੁਹਾਡੀ ਨਜ਼ਰ 'ਚ ਆਪਣੇ ਆਪ ਨਾਲ ਕੀ ਗੱਲ ਕਰਦੇ ਹੋ ਤੁਹਾਡੇ ਤੋਂ ਗਲਤੀ ਤੁਹਾਡੇ ਤੋਂ ਕੀ ਗਲਤੀ ਹੋਈ ਹੈ ਜਦ ਕਿ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ ਤੁਸੀਂ ਯਕੀਨ ਕੀਤਾ ਤੁਸੀਂ ਯਾਰੀ ਬਣਾਈ ਤੁਸੀਂ ਉਹਨਾਂ ਲਈ ਸਟੈਂਡ ਲਿਆ ਤੁਸੀਂ ਹਰ ਇੱਕ ਉਹ ਚੀਜ਼ ਕੀਤੀ ਜੋ ਇੱਕ ਇਨਸਾਨੀਅਤ ਤੌਰ ਤੇ ਰੱਬ ਕਰਦਾ ਹੈ ਲੇਕਿਨ ਅੰਦਰੋਂ ਲੱਗਦਾ ਹੈ ਨਾ ਯਾਰ ਆ ਗਲਤੀ ਹੋਈ ਹੈ ਇਹ ਦੇ ਕਰਕੇ ਇੰਨਾ ਸਫਰ ਮੈਨੂੰ ਜਿਹੜਾ ਉਹ ਕਰਨਾ ਪੈ ਗਿਆ ਨਾ ਚਾਹੁੰਦੇ ਹੋਏ ਮੈਨੂੰ ਇਹ ਲੱਗਦਾ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਹਨ ਬਿਲਕੁਲ ਉਹ ਚ ਸੱਤ ਵੀ ਹੋ ਸਕਦੀਆਂ ਕਿਸੇ ਤੋਂ ਵੀ ਹੋ ਸਕਦੀਆਂ ਪਰ ਜਦੋਂ ਤੁਹਾਡੇ ਆਪਣੇ ਤੁਹਾਨੂੰ ਸਿੱਟਣ ਦੇ ਵਿੱਚ ਜਾਂ ਤੁਹਾਡਾ ਆਲਾ ਦਵਾਲਾ ਤੁਹਾਨੂੰ ਸਿੱਟਣ ਦੇ ਵਿੱਚ ਸਾਰੇ ਲੱਗ ਜਾਂਦੇ ਨੇ ਨਾ ਤੇ ਫਿਰ ਤਕਲੀਫ ਬਹੁਤ ਹੁੰਦੀ ਹੈ ਕਿ ਮੈਂ ਇੰਨਾ ਵਾਸਤੇ ਤਾਂ ਇੰਨਾ ਕੁਝ ਕੀਤਾ ਇਹ ਲੋਗਾਂ ਲਈ ਤਾਂ ਆਪਾਂ ਇੰਨੀ ਮਿਹਨਤ ਕੀਤੀ ਹੈ ਜਾਂ ਇਹ ਲੋਗਾਂ ਲਈ ਤਾਂ ਆਪਾਂ ਇੰਨਾ ਸੋਚਦੇ ਆ ਫਿਰ ਕਈ ਵਾਰ ਐਂ ਲੱਗਦਾ ਸੀ ਕਿਉਂਕਿ ਮੇਰੇ ਨਾਲ ਮੇਰਾ ਸਿਰਫ ਪਰਿਵਾਰ ਖੜਾ ਸੀ ਕੁਝ ਕੁਝ ਦੋਸਤ ਖੜੇ ਸੀ ਮੇਰੇ ਇਹ ਸਮਝੋ ਕਿ ਤਿੰਨ ਚਾਰ ਦੋਸਤ ਸ਼ਾਇਦ ਜੀ ਮੈਨੂੰ ਐ ਲੱਗਦਾ ਸੀ ਕਿ ਮੈਂ ਬਹੁਤ ਵੱਡਾ ਇੱਕ ਆਪਣਾ ਸਿਸਟਮ ਬਣਾਇ ਫਿਰਦਾ ਬਹੁਤ ਸਾਰੇ ਲੋਕ ਨਾਲ ਜੋੜੀ ਫਿਰਦਾ ਪਰ ਜਦੋਂ ਡਾਊਨਫਾਲ ਸਮੇਂ ਦੇ ਵਿੱਚ ਮੈਨੂੰ ਲੱਗਿਆ ਕਿ ਮੇਰੇ ਅਲਦੋਲੇ ਬڑے ਲੋਕ ਨੇ ਮੈਨਾਂ ਨੂੰ ਮਿਲਾਂ ਇਹ ਕਰਾਂ ਆ ਕੰਮ ਕਰੀਓ ਕਰੀ ਮੈਨੂੰ ਦਿਖੇ ਕੋਈ ਨਹੀਂ ਅਲਦੋਲੇ ਉਸ ਸਮੇਂ ਸੱਚੀਆ ਲੱਗਦਾ ਸੀ ਕਿ ਇਨਸਾਨ ਦੇ ਨਾਲੋਂ ਲੋਕ ਜਿਹੜੇ ਬਹੁਤ ਸਾਰੇ ਲੋਕ ਨੇ ਐਸੀ ਜਿਹੜੇ ਘਰ ਦੇ ਵਿੱਚ ਕੁੱਤੇ ਪਾਲਦੇ ਨੇ ਕਿ ਕੁੱਤਾ ਤੁਹਾਨੂੰ ਇੰਨਾ ਪਿਆਰ ਕਰਦਾ ਇੰਨਾ ਵਫਾਦਾਰੀ ਨਾਲ ਤੁਹਾਡੇ ਨਾਲ ਰਹਿੰਦਾ ਮੇਰਾ ਕੱਲ ਕੱਲ ਦੀ ਉਹ ਗੱਲ ਆ ਕੱਲ ਇੱਕ ਮੇਰਾ ਦੋਸਤ ਹੈ ਸਤਵੰਤੋ ਦਾ ਨਾਮ ਹੈ ਤੁਗਰੀ ਪਿੰਡ ਦਾ ਲੁਧਿਆਣੇ ਦੇ ਵਿੱਚ ਹੀ 4 ਸਾਲ ਪਹਿਲਾਂ ਉਹਨੇ ਇੱਕ ਫਾਰਮ ਹਾਊਸ ਬਣਾਇਆ ਤੇ ਫਾਰਮ ਹਾਊਸ ਦੇ ਵਿੱਚ ਅਚਾਨਕ ਉਥੋਂ ਰੋਡ ਤੋਂ ਇੱਕ ਕੁੱਤਾ ਆਇਆ ਜਿਹੜਾ ਅੰਦਰ ਰੋਜ ਉੱਥੇ ਆਉਣ ਲੱਗਾ ਰੋਟੀ ਪਾਉਣ ਲੱਗਾ ਕਰਦੇ ਕਰਦੇ ਪਿਛਲੇ 4 ਸਾਲ ਤੋਂ ਉਹ ਜਿਹੜਾ ਡੌਗੀ ਸੀ ਉਹਦੇ ਕੋਲ ਰਹਿੰਦਾ ਸੀ ਰਹਿੰਦ ਰਹਿਦੇ ਕੱਲ ਅਚਾਨਕ ਕਿਤੇ ਰੋਡ ਦੇ ਉੱਪਰ ਉਹਨੇ ਦੇਖਿਆ ਵੀ ਉਹ ਆਇਆ ਕਿਉਂ ਨਹੀਂ ਕਾਲੂ ਕਿਉਂ ਨਹੀਂ ਆਇਲ ਤੱਕ ਉਹਦਾ ਕਾਲੂ ਨਾਮ ਰੱਖਿਆ ਹੈ ਨਾ ਆਇਆ ਕਿਉਂ ਨਹੀਂ ਜਦੋਂ ਉਹ ਦੇਖਣ ਗਿਆ ਰੋਡ ਦੇ ਇਧਰ ਉਧਰ ਤੇ ਉਹ ਰੋਡ ਦੇ ਉੱਪਰ ਦੇਖਿਆ ਤੇ ਉਹ ਸਾਈਡ ਤੇ ਬੈਠਾ ਉਹ ਜਾ ਕੇ ਉਹਨੂੰ ਥਾਲਣ ਗਿਆ ਤੇ ਉੱਠ ਨਹੀਂ ਰਿਹਾ ਜੀ ਕਿਸੇ ਨੇ ਉਹਦੇ ਵਿੱਚ ਟੱਕਰ ਮਾਰੀ ਤੇ ਉਹਦੀ ਰੀੜ ਦੀ ਹੱਡੀ ਸੈਂਟਰ ਤੋਂ ਟੁੱਟ ਗਈ ਤੇ ਉਸ ਤੋਂ ਬਾਅਦ ਉਹਦਾ ਨੀਚੇ ਵਾਲਾ ਪਾਰ ਸਾਰਾ ਰੁਗ ਗਿਆ ਡੌਗੀ ਦਾ ਉਹਨੇ ਜਦ ਹੀ ਚੱਕਿਆ ਚੱਕ ਕੇ ਡਾਕਟਰ ਕੋਲ ਯੂਨੀਵਰਸਿਟੀ ਲੱਗ ਗਿਆ ਯੂਨੀਵਰਸਿਟੀ ਡਾਕਟਰ ਕਹਿੰਦੇ ਵੀ ਇਹ ਹੁਣ ਇਹਦਾ ਹਿੱਸਾ ਸਾਰਾ ਖਤਮ ਹੈ ਤੇ ਇਹ ਤੋਂ ਬਾਅਦ ਇਹਦੀ ਜਿਹੜੀ ਪੋਜੀਸ਼ਨ ਨਾ ਬਹੁਤ ਬੁਰੀ ਹੋਣ ਵਾਲੀ ਹੈ ਇਹ ਮਰਜੂ ਇਹਦੇ ਕੀੜੇ ਪੈਣਗੇ ਇਹਨੂੰ ਫਲਾਨਾ ਬੜੀਆਂ ਪ੍ਰੋਬਲਮ ਦੱਸੀਆਂ ਡਾਕਟਰ ਨੇ ਹਣਾ ਉਹ ਕਹਿੰਦਾ ਮੇਰਾ ਮੈਨੂੰ ਸਮਝ ਨਹੀਂ ਲੱਗਦੀ ਸੀ ਐਂ ਲੱਗਦਾ ਸੀ ਮੇਰਾ ਕੋਈ ਪੁੱਤ ਮੇਰਾ ਘਰ ਦਾ ਜੀ ਮੇਤੋ ਦੂਰ ਹੋ ਰਿਹਾ ਕਿਉਂਕਿ ਜਦੋਂ ਮੈਂ ਉੱਥੇ ਬੈਠਦਾ ਸੀ ਜੇ ਕਿਸੇ ਬੰਦੇ ਨੇ ਅੰਦਰ ਆਉਣਾ ਤੇ ਉਹਨੇ ਭੱਜ ਕੇ ਜਾ ਕੇ ਉਹਨੂੰ ਬਾਹਰ ਕੱਢਣਾ ਵੀ ਇਦਾਂ ਬਿਨਾ ਪੁੱਛੇ ਅੰਦਰ ਨਹੀਂ ਆ ਸਕਦਾ ਮੈਂ ਕਿਸੇ ਨੂੰ ਕੁਝ ਦੇਣ ਲੱਗਿਆ ਕੋਈ ਪੈਸਾ ਫੜਾਉਣ ਲੱਗਣ ਮੇਰੀ ਇਥੋਂ ਗੁੱਟ ਤੋਂ ਅੱਗੇ ਬਾਹ ਫੜ ਲੈਣੀ ਵੀ ਇਦਾਂ ਪੈਸੇ ਨਹੀਂ ਦੇਣੇ ਕਹਿੰਦਾ ਮੈਨੂੰ ਐ ਲੱਗਦਾ ਵੀ ਮੈਨੂੰ ਜਿਵੇਂ ਮੇਰਾ ਕੋਈ ਪਿਓ ਜਾਂ ਮੇਰਾ ਕੋਈ ਘਰ ਦਾ ਜੀ ਮੈਨੂੰ ਰੋਕ ਰਿਹਾ ਚੀਜ਼ ਤੋਂ ਉਹ ਤੋਂ ਬਾਅਦ ਕਹਿੰਦਾ ਜਦੋਂ ਡਾਕਟਰ ਨੇ ਆ ਗੱਲਾਂ ਕਹੀਆਂ ਕਹਿੰਦਾ ਮੈਂ ਉਹਨੂੰ ਪੁੱਛਿਆ ਕੀ ਕਰੀਏ ਕਦੋਂ ਕਹਿੰਦਾ ਬਹੁਤ ਤਕਲੀਫ ਦੇ ਵਿੱਚ ਹੈ ਹੁਣ ਇਹਨੂੰ ਟੀਕ ਮਰਨਾ ਸਭ ਤੋਂ ਬੈਸਟ ਹੈ ਨਹੀਂ ਇਹ ਬਹੁਤ ਤਕਲੀਫ ਚੱਲੂ ਜੀ ਉਤੋਂ ਬਾਅਦ ਉਹ ਕੀ ਹੋਇਆ ਜੋ ਵੀ ਹੋਇਆ ਉੱਥੇ ਉਹ ਜਿਹੜਾ ਸਿਸਟਮ ਮੈਂ ਕੱਲ ਰੋਂਦਾ ਇੰਨਾ ਦੇਖਿਆ ਆਪਦਾ ਉਮਰ ਚ ਵੱਡਾ ਉਹ ਜੀ ਲੇਕਿਨ ਇੰਨਾ ਵੱਡਾ ਬੰਦਾ ਇੱਕ ਡੌਗ ਲਈ ਰੋਂਦਾ ਇਹਦਾ ਮਤਲਬ ਉਹਦੇ ਵਿੱਚ ਕੁਝ ਨਾ ਕੁਝ ਸੀਗਾ ਨਾ ਉਹਨੂੰ ਉੱਥੇ ਪਿਆਰ ਦਿਖਦਾ ਸੀ ਜੋ ਆਪਣੇ ਦੋਸਤਾਂ ਜਾਂ ਆਪਣੇ ਕਿਤੇ ਮੈਂਬਰਾਂ 'ਚ ਨਹੀਂ ਦਿਖਿਆ ਹੁੰਦਾ ਜੀ ਬਿਲਕੁਲ ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਵਕਤ ਸੀ ਮੇਰਾ ਜਿਹਦੇ ਵਿੱਚ ਆਪਣੇਆਂ ਨੇ ਦਗਾ ਦਿੱਤਾ ਆਪਣੇਆਂ ਨੇ ਧੋਖੇ ਕੀਤੇ ਆਪਣੇਆਂ ਨੇ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਿਹੜੇ ਲੋਕਾਂ ਤੇ ਮੈਂ ਮਫੇਦ ਕਰਦਾ ਸੀ ਚਾਹੇ ਮੇਰੇ ਆਫਿਸ ਦੇ ਵਿੱਚ ਸੀ ਚਾਹੇ ਮੇਰੇ ਆਫਿਸ ਤੋਂ ਬਾਹਰ ਸੀ ਚਾਹੇ ਮੇਰੀ ਇੰਡਸਟਰੀ ਦੇ ਵਿੱਚ ਸੀ ਬੜੇ ਲੋਕ ਸੀਗੇ ਉਹਨਾਂ ਕਰਕੇ ਮੈਂ ਕਿਤਨੇ ਕਿਤੇ ਜ਼ਰੂਰ ਟੁੱਟਿਆ ਪਰ ਉਹ ਤੋਂ ਬਿਨਾ ਹੁਣ ਜਦੋਂ ਮੈਨੂੰ ਲੱਗਿਆ ਕਿ ਮੇਰੇ ਆਲੇ ਦੁਆਲੇ ਆਹ ਬੰਦੇ ਮੇਰੇ ਆਪਣੇ ਨਹੀਂ ਮੇਰੇ ਆ ਆਪਣੇ ਨੇ ਸਭ ਤੋਂ ਜ਼ਿਆਦਾ ਮੈਨੂੰ ਜਿਹੜਾ ਮਾਣ ਜਿਹੜਾ ਰਿਹਾ ਸ਼ੁਰੂ ਤੋਂ ਮੇਰੇ ਫੈਨਸ ਦੇ ਉੱਪਰ ਜਿਨ੍ਹਾਂ ਨੇ ਦੁਬਾਰਾ ਜਦੋਂ ਮੈਂ ਹੁਣ ਗਾਣੇ ਕੀਤੇ ਤੇ ਮੈਨੂੰ ਕਬੂਲਿਆ ਮੈਨੂੰ ਪਿਆਰ ਦਿੱਤਾ ਤੇ ਮੈਨੂੰ ਹੱਲਾਸ਼ੇੜ ਦਿੱਤੇ ਤੁਸੀਂ ਆਓ ਪੈਸੀ ਤੁਹਾਡੇ ਤੇ ਅਸੀਂ ਵੇਟ ਕਰਦੇ ਪਏ ਆ ਜੀ ਫਿਰ ਮੈਨੂੰ ਨਿਕੁਸਾ ਤੁਸੀਂ ਉਹ ਮਾਰਕੀਟ ਤੋਂ ਆਊਟ ਹੋ ਤੁਸੀਂ ਕੁਝ ਨਹੀਂ ਕਰ ਰਹੇ ਲੋਕ ਤਾਂ ਤੁਹਾਡੀ ਵੇਟ ਕਰਦੇ ਨੇ ਬਿਲਕੁਲ ਦੈਟਸ ਵੈਰੀ ਗੁੱਡ ਐਂਡ ਬਹੁਤ ਅਚੀ ਪੋਜ਼ਿਟਿਵਿਟੀ ਹੈਗੀ ਆ ਅਮ ਨਿਕੁਜੀਪ ਥੋੜਾ ਜਿਹਾ ਹੋਰ ਪਿੱਛੇ ਜਾਣਿਆ ਨਾਨ 뮤지컬 ਬੈਕਗਰਾਉਂਡ ਤੋਂ ਤੁਸੀਂ ਬਿਲੋਂਗ ਕਰਦੇ ਹੋ ਹੈਨਾ ਸੁਪਨਾ ਸੀਗਾ ਸਿਰਫ ਤੇ ਸਿਰਫ ਅੱਜ ਤੁਸੀਂ ਗੱਲ ਕਰਦੇ ਹੋ ਸ਼ੋਜ਼ ਦੀ ਗੀਤਾਂ ਦੀ ਇੰਡਸਟਰੀ ਦੀ ਹੈਨਾ ਤੇ ਸੁਪਨਾ ਸਿਰਫ ਸੀਗਾ ਵੀ ਦੂਰਦਰਸ਼ਨ ਤੇ ਇੱਕ ਵਾਰ ਪਰਫਾਰਮ ਕਰ ਲਾਂ ਤੇ ਜੀ ਬਸ ਹੈਨਾ ਜ਼ਿੰਦਗੀ ਦਾ ਇੱਕ ਵੱਡਾ ਸੁਪਨਾ ਮੁਕੰਮਲ ਹੋ ਜਾਏਗਾ ਉਹ ਉਹ ਸਟੇਜ ਕਿਵੇਂ ਮਿਲੀ ਪਹਿਲੇ ਤੇ ਉਤਤਕੇ ਮੇ ਪਹੁੰਚੇ ਉਹ ਵੀ ਬੜਾ ਔਖਾ ਟਾਈਮ ਸੀ ਉਸ ਟਾਈਮ ਤੇ ਤਾਂ ਔਰ ਤੂੰ ਔਰ ਤੁਸੀਂ ਇੱਕ ਉਹਨਾਂ ਕਲਾਕਾਰਾਂ ਵਿੱਚੋਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਦੁਨੀਆ ਨੂੰ ਜੋੜ ਕੇ ਰੱਖ ਦਉ ਤੇ ਸਿਰਫ ਦੂਰਦਰਸ਼ਨ ਸੀ ਤੇ ਤੁਸੀਂ ਦੂਰਦਰਸ਼ਨ ਦੇ ਪਲੈਟਫਾਰਮ ਤੇ ਪੂਰੀ ਦੁਨੀਆ ਦੇ ਵਿੱਚ ਗਾ ਫਾਤਾ ਆਪਣੀ ਗਾ ਗੀਤਾਂ ਜ਼ਰੀਏ ਐਕਚੁਅਲੀ ਮੈਨੂੰ ਲੱਗਦਾ ਉਹ ਸਮਾਂ ਜ਼ਿਆਦਾ ਪਿਆਰਾ ਸੀ ਪਿਆਰਾ ਸੀ ਨਾ ਓਕੇ ਉਹਦੇ ਵਿੱਚ ਕੀ ਸੀ ਇੱਕ ਤਾਂ ਨਮੇ ਸੀ ਮਿਹਨਤ ਹਰ ਕੰਮ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੋਈ ਕੰਮ ਐਸਾ ਨਹੀਂ ਜਿਹੜਾ ਮਿਹਨਤ ਕਰਕੇ ਪਾਇਆ ਨਹੀਂ ਜਾ ਸਕਦਾ ਜੀ ਉਹ ਸਮੇਂ ਚ ਖਾਸੀਅਤ ਸੀ ਮੈਨੂੰ ਕਿਉਂਕਿ ਇਹ ਚੀਜ਼ ਹੁਣ ਫੀਲ ਹੋ ਰਹੀ ਹੈ ਕਿ ਅੱਜ ਮੇਰੇ ਲਈ ਮਾਰਕੀਟ ਚ ਵਾਪਸ ਕਮਬੈਕ ਕਰਨਾ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਲੋਕਾਂ ਦੀ ਨਜ਼ਰ ਚ ਇੱਕ ਮੁਕਾਮ ਤੱਕ ਪਹੁੰਚ ਚੁੱਕੇ ਹਾਂ ਹਾਂ ਹੁਣ ਜਦੋਂ ਮੈਂ ਕੋਈ ਗਾਣਾ ਬਣਾਉਣਾ ਕੋਈ ਵੀਡੀਓ ਬਣਾਉਣਾ ਤਾਂ ਲੋਕਾਂ ਨੂੰ ਲੱਗਦਾ ਕਿ ਇਹ ਤਾਂ ਉੱਪਰਲੀ ਗੱਲ ਕਰੂਗਾ ਤੇ ਫਿਰ ਚੰਗਾ ਨਹੀਂ ਕਹਿਣਗੇ ਯਾਰ ਉਹਦੇ ਵਰਗੀ ਗੱਲ ਨਹੀਂ ਬਣੀ ਇਹਦੇ ਆਪ ਦੇ ਗਾਣੇ ਵਰਗਾ ਕਰਨਾ ਨਹੀਂ ਸੋ ਹੁਣ ਮੇਰੇ ਲਈ ਜ਼ਿਆਦਾ ਔਖ ਹੈ ਉਹ ਜੀ ਅਸੀਂ ਬਹੁਤ ਸਾਰੇ ਗਾਣੇ ਕਰ ਰਹੇ ਹਾਂ ਹੁਣ ਬਹੁਤ ਸਾਰੇ ਗਾਣੇ ਆ ਰਹੇ ਨੇ ਉਹ ਸਮੇਂ ਦੇ ਵਿੱਚ ਕੀ ਸੀ ਕਿ ਨਮਾਸੀਂ ਬਿਲਕੁਲ ਕਿਸੇ ਚੀਜ਼ ਦਾ ਪਤਾ ਨਹੀਂ ਸੀ ਕਿਸੇ ਨੂੰ ਜਾਣਦਾ ਨਹੀਂ ਸੀ ਮੇਰੀ ਇੱਕਦਮ ਮੈਂ ਤੇ ਬੱਬੂ ਭਾਈ ਦੋਨੋਂ ਗੱਲਾਂ ਕਰਦੇ ਸੀ ਹਨ ਬਬੂ ਮਾਨ ਸਾਹਿਬ ਕਹਿੰਦੇ ਵੀ ਮੈਂ ਕਿਹਾ ਯਾਰ ਵੀ ਟਫ ਜਾ ਹੋਇਆ ਪਿਆ ਵੀ ਮਾਰਕੀਟ ਚ ਕਿਵੇਂ ਹੁਣ ਦੁਬਾਰਾ ਉਤਰੀਏ ਮੈਨੂੰ ਕਹਿੰਦਾ ਨਿਕ ਮੈਨੂੰ ਸੱਚੀ ਭਰਾ ਇੱਕ ਗੱਲ ਦੱਸ ਜਦੋਂ ਆਪਾਂ ਇੰਡਸਟਰੀ ਬੱਬੂ ਹੁਣ ਮੇਤੋਂ ਲਾਈਨ ਦੇ ਅਕੋਰਡਿੰਗ ਜੂਨੀਅਰ ਹੈ ਜੀ ਮੈਤੋਂ ਤਿੰਨ ਚਾਰ ਸਾਲ ਬਾਅਦ ਬਬੂਣੀ ਆਇਆ ਹੈ ਨਾ ਉਹ ਕਹਿੰਦਾ ਮੈਨੂੰ ਗੱਲ ਦੱਸ ਜਦੋਂ ਆਪਾਂ ਗੁਣਾ ਸ਼ੁਰੂ ਕੀਤਾ ਸੀ ਹੂੰ ਆਪਾਂ ਨੂੰ ਕੋਈ ਜਾਣਦਾ ਨਹੀਂ ਸੀ ਜੀ ਆਪਾਂ ਨੂੰ ਕੋਈ ਗਾਣਿਆਂ ਦਾ ਨਹੀਂ ਪਤਾ ਸੀ ਆਪਾਂ ਨੂੰ 뮤직 ਦਾ ਨਹੀਂ ਪਤਾ ਸੀ ਗਾਉਣ ਦਾ ਵੀ ਨਹੀਂ ਪਤਾ ਸੀ ਆਪਾਂ ਇੰਡਸਟਰੀ ਚ ਆਏ ਤੇ ਆਪਾਂ ਕਿੰਨਾ ਵੱਡੇ ਵੱਡੇ ਮੁਕਾਮਾਂ ਤੱਕ ਪਹੁੰਚੇ ਰਾਈਟ ਕਿੰਨੇ ਦੁਨੀਆ ਭਰ ショਅ ਕੀਤੇ ਜਿਹੜੇ ਕਦੀ ਚੀਜ਼ਾਂ ਸੋਚੀਆਂ ਨਹੀਂ ਸੀ ਉਹ ਕੰਟਰੀਆਂ ਜਾ ਕੇ ਅਸੀਂ ਲੋਹਾ ਮਨਵਾ ਕੇ ਆਏ ਮੈਂ ਕਿਹਾ ਕਹਿੰਦਾ ਉਦੋਂ ਆਪਾਂ ਨੂੰ ਕੁਝ ਨਹੀਂ ਆਉਂਦਾ ਸੀ ਅੱਜ ਤਾਂ ਬਹੁਤ ਕੁਝ ਆਉਂਦਾ ਹੈ ਮੈਂ ਸੋਚਿਆ ਵਾ ਯਾਰ ਗਲਤ ਤਾਂ ਸੇਣੀ ਹੈ ਜੋ ਤਾਂ ਸੱਚੀ ਕੁਝ ਨਹੀਂ ਆਉਂਦਾ ਸੀ ਜੋ ਤਾਂ ਹੀ ਨਹੀਂ ਪਤਾ ਹੁੰਦਾ ਸੀ ਸੁਰ ਕੀ ਚੀਜ਼ ਹੈ ਜੀ ਉਸਤਾਦ ਜੀ ਨੇ ਕਹਿਣਾ ਸਮਸ਼ਾਦ ਅਲੀ ਜੀ ਮੇਰੇ ਗੁਰੂ ਜੀ ਨੇ ਉਹਨਾਂ ਨੇ ਮੈਨੂੰ ਕਿਹਾ ਜਦੋਂ ਮੈਂ ਸਿੱਖਣਾ ਸਟਾਰਟ ਕੀਤਾ ਇੱਕ ਪਾਸੇ ਉਸਤਾਦ ਜੀ ਬੈਠੇ ਹਾਰਮੋਨੀਅਮ ਪਲੇ ਕਰਦੇ ਨੇ ਤੇ ਇੱਕ ਪਾਸੇ ਪ੍ਰਦੀਪ ਸਾਡਾ ਉਹਨਾਂ ਦਾ ਕਜ਼ਨ ਤਬਲਾ ਪਲੇ ਕਰ ਰਿਹਾ ਹਣਾ ਉਸਤਾਦ ਜੀ ਨੇ ਕਿਹਾ ਬੇਟਾ ਜਿੱਦੀ ਉਹ ਤਾਲ ਹੈ ਨਾ ਉਹ ਇੱਥੇ ਚਲਣੀ ਚਾਹੀਦੀ ਹੈ ਮੈਂ ਉਸ ਟਾਈਮ ਸੋਚੀ ਜਿਆਕਰ ਮੈਂ ਤਬਲਾ ਉੱਥੇ ਵੱਜ ਰਿਹਾ ਤਾਲ ਉੱਥੇ ਵੱਜ ਰਹੀ ਹੈ ਮੇਰੇ ਇੱਥੇ ਕਿਵੇਂ ਵੱਜੂਗੀ ਉਹ ਹੈਨਾ ਅੰਦਰ ਕਿਵੇਂ ਵੱਜੂ ਉਹ ਜਦ ਤੱਕ ਉਹ ਚੀਜ਼ਾਂ ਅੰਦਰ ਨਹੀਂ ਉਤਰਦੀਆਂ ਜਦ ਤੱਕ ਇਹ ਚੀਜ਼ਾਂ ਦੀ ਸਮਝ ਨਹੀਂ ਲੱਗਦੀ ਸੀ ਹੈਨਾ ਸੁਰਦਾ ਨਹੀਂ ਪਤਾ ਸੀ ਤਾਲਾ ਨਹੀਂ ਪਤਾ ਸੀ ਤੇ ਜਦੋਂ ਆਪਾਂ ਇੰਨੇ ਵੱਡੇ ਮੁਕਾਮ ਤੱਕ ਪਹੁੰਚੇ ਤੇ ਹੁਣ ਤਾਂ ਸਭ ਕੁਝ ਪਤਾ ਜੀ ਰਾਈਟ ਸਭ ਕੁਝ ਦਾ ਮਤਲਬ ਬਹੁਤ ਕੁਝ ਹਲੇ ਵੀ ਚੀਜ਼ਾਂ ਜਿਹੜੀਆਂ ਸਾਨੂੰ ਸਾਡੇ ਤੋਂ ਬਹੁਤ ਦੂਰ ਨੇ ਹਲੇ ਕਿਉਂਕਿ ਗਾਇਕੀ ਦਾ ਘਰ ਹੀ ਬਹੁਤ ਦੂਰ ਹੈ ਲੇਕਿਨ ਉਦੋਂ ਨਾਲੋਂ ਤਾਂ ਬਹੁਤ ਕੁਝ ਪਤਾ ਨਾ ਬਿਖਾਂ ਯਾਰ ਫਿਰ ਮੈਂ ਵਾਪਸ ਆਇਆ ਬਬੂ ਗਲੋ ਵਾਪਸ ਆ ਕੇ ਡਾਊਨ ਫਾਲ ਕਰਨਾ ਬਣਾਇਆ ਤਿੰਨ ਚਾਰ ਗਾਣੇ ਹੋਰ ਜਿਹੜੇ ਪੈਸੇ ਉਹਨਾਂ ਦੀ ਵੀਡੀਓਜ਼ ਕੀਤੇ ਉਹ ਤੋਂ ਬਾਅਦ ਕੁਝ ਜਿਹੜੇ ਸ਼ੋਅ ਸੀ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਸ਼ੋਅ ਸ਼ੁਰੂ ਕਰੋ ਆਪਾਂ ਉਹ ਸ਼ੋਅ ਪਲਾਨ ਕਰਦੇ ਆਂ ਬੱਬੂ ਗੰਦਾ ਸਭ ਤੋਂ ਪਹਿਲਾਂ ਆਪਾਂ ਇੱਥੇ ਮੇਰੇ ਕੋਲ ਆਪਣੇ ਘਰੇ ਫੰਕਸ਼ਨਾਂ ਤੋਂ ਸਟਾਰਟ ਕਰਦੇ ਆਂ ਕੀ ਬਾਤ ਹੈ ਉਹ ਸ਼ੋਅ ਤੋਂ ਅਸੀਂ ਉਸ ਦਿਨ ਤੋਂ ਰੈਗੂਲਰ ਹਮ ਹਰ ਰੋਜ਼ ਸ਼ੋਅਾਂ ਤੇ ਚਲੋ ਚਾਲ ਚਲੋ ਚਾਲ ਜੀ ਇੰਜੋਏ ਕਰਦੇ ਫਿਰ ਇੱਕ ਇੱਕ ਸਟੇਜ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਬੱਬੂ ਮਾਨ ਸਾਹਿਬ ਜੀ ਤੇ ਤੁਹਾਡੀ ਹੈ ਨਾ ਦੋਸਤੀ ਦੀ ਗੱਲ ਹੋਈ ਹਾਂ ਇਹ ਸਮਝੋ ਕਿ ਬੱਬੂ ਉਹਨਾਂ ਦੇ ਨਾਲ ਉਸ ਦਿਨ ਤੋਂ ਦੁਬਾਰਾ ਫਿਰ ਸ਼ੁਰੂਆਤ ਹੋਈ ਹੈ ਸਟੇਜ ਸ਼ੋਅ ਕਿਉਂਕਿ ਸਟੇਜ ਸ਼ੋਅ ਦੀ ਕਿਉਂਕਿ ਮੈਂ ਜਮਾਈ ਉਸ ਤੋਂ ਪਹਿਲਾਂ ਗਾਣੇ ਜਿਹੜੇ ਬਣੇ ਪਏ ਸੀ ਉਹਨਾਂ ਨੂੰ ਵੀ ਰਿਲੀਜ਼ ਕਰਨ ਦੀ ਜੀ ਨਹੀਂ ਕਰਦਾ ਸੀ ਵੀ ਨਹੀਂ ਯਾਰ ਹੁਣ ਛੱਡੋ ਪਰੇ ਬਥੇਰਾ ਹੋ ਗਿਆ ਪਰ ਉਸ ਦਿਨ ਬੱਬੂ ਨੇ ਇੰਨੀ ਪ੍ਰਾਣ ਮੇਰੇ ਪੋਜ਼ਿਟਿਵਿਟੀ ਮੇਰੇ ਅੰਦਰ ਲਿਆ ਕੇ ਭਰੀ ਕਿ ਨਹੀਂ ਨਿਕੂ ਆਪਾਂ ਹਲੇ ਬਹੁਤ ਕੁਝ ਕਰਨਾ ਜੀ ਤੇਰੇ ਚ ਕੋਈ ਚੀਜ਼ ਨਹੀਂ ਤੇਰੀ ਗਾਇਕੀ ਚ ਕੋਈ ਚੀਜ਼ ਨਹੀਂ ਤੇਰੇ ਗੌਣ ਚ ਕੋਈ ਚੇਂਜ ਨਹੀਂ ਤੂੰ ਫੱਟੇ ਚੱਕ ਦੇ ਇੰਜੋਏ ਕਰ ਆਪਾਂ ਹੁਣ ਜੰਗ ਫੇਰ ਦੁਆਰਾ ਜਿੱਤਨੀ ਹੈ ਕੀ ਬਾਤ ਹੈ ਉਸ ਦਿਨ ਤੋਂ ਬੀਇੰਗ ਅ ਸੀਨੀਅਰ ਕਲਾਕਾਰ ਤੁਸੀਂ ਹੋ ਗਏ ਬੱਬੂ ਸਰ ਹੋ ਗਏ ਤੁਹਾਡੇ ਜਿਹੜੇ ਗੀਤ ਨੇ ਉਹ ਅੱਜ ਵੀ ਮਤਲਬ ਅੱਜ ਕੱਲ ਦੇ ਗੀਤਾਂ ਦੇ ਕੰਪੈਰੀਟਿਵਲੀ ਵੀ ਜਦੋਂ ਡੀਜੀਆਂ ਤੇ ਲੱਗਦੇ ਨੇ ਜਾਂ ਜਦੋਂ ਸੁਣਾਈ ਦਿੰਦੇ ਨੇ ਤੇ ਬਹੁਤ ਕੰਨਾਂ ਨੂੰ ਜੀ ਸਕੂਨ ਦਿੰਦੇ ਨੇ ਬਹੁਤ ਅੰਦਰ ਖੜਦਾ ਹੈ ਬੰਦੇ ਦਾ ਹੈਨਾ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ ਆਈ ਡੋਟ ਨੋ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਹੋ ਗਿਆ ਕਿ ਸਿਰਫ 뮤직 ਸਿਰਫ ਸੰਗੀਤ ਸਿਰਫ ਸ਼ਬਦਾਵਲੀ ਆਈ ਮੀਨ ਸਮਝ ਨਹੀਂ ਲੱਗ ਰਹੀ ਹੈ ਕਿ ਕੀ ਉੱਪਰ ਜਾ ਰਿਹਾ ਤੇ ਕੀ ਥੱਲੇ ਆ ਰਿਹਾ ਬਹੁਤ ਸਾਰੇ ਲੋਕਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਪਹਿਲੇ ਗੀਤ ਬਹੁਤ ਚੱਲਦੇ ਸੀ ਅੱਜ ਕੱਲ੍ਹ ਉਹ ਗੱਲ ਨਹੀਂ ਬਣ ਪਾਰੀ ਹੈ ਨਾ ਉੱਥੇ ਹੀ ਵੈਪਨਸ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਉੱਥੇ ਹੀ ਉਸ ਦਾ ਜ਼ਿੰਮੇਵਾਰ ਆਰਟਿਸਟ ਨੂੰ ਠਹਿਰਾਇਆ ਜਾ ਰਿਹਾ ਉੱਥੇ ਹੀ ਨਸ਼ਿਆਂ ਨੂੰ ਬਹੁਤ ਤਵੱਜੋ ਦਿੱਤੀ ਜਾ ਰਹੀ ਹੈ ਗਾਣੇ ਸਾਰੇ ਉਹ ਚੱਲ ਰਹੇ ਨੇ ਕਿਤੇ ਨਾ ਕਿਤੇ ਯੂਥ ਵੱਲੋਂ ਪਸੰਦ ਕੀਤੇ ਜਾ ਰਹੇ ਨੇ ਫਿਰ ਕਲਾਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਫਿਰ ਕਿਹਾ ਜਾ ਰਿਹਾ ਵੀ ਤੁਸੀਂ ਸੋਹਣੇ ਗੀਤ ਨਹੀਂ ਗਾਉਂਦੇ ਸੋਹਣੇ ਗੀਤ ਗਾਣ ਤੋਂ ਬਾਅਦ ਉਹ ਮਿਲੀਅਨਸ ਕਮਰਸ਼ਲ ਹੋ ਰਿਹਾ ਆਰਟਿਸਟ ਤਾਂ ਵੀ ਪ੍ਰੋਬਲਮ ਹੈ ਤੇ ਜੇ ਨਈ ਕਮਰਸ਼ਲ ਹੋ ਰਿਹਾ ਤੇ ਉਹਦੇ ਆਪਣੇ ਘਰ ਦੇ ਵਿੱਚ ਤੰਗੀ ਆ ਰਹੀ ਹੈ ਮਤਲਬ ਇਹ ਕਿੰਨਾ ਕੁ ਜ਼ਿਆਦਾ ਇੱਕ ਕਸ਼ਮਕਸ਼ ਹੋ ਗਈ ਹੈ ਜਦੋਂ 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 ਸ਼ੁਰੂਆਤ ਕੀਤੀ ਨਾ ਜੀ ਮੈਂ ਤੇ ਬਾਈ ਰਾਜ ਬਰਾੜ ਮੈਂ ਹਮੇਸ਼ਾ ਬਾਈ ਨੂੰ ਯਾਦ ਕਰਦਾ ਜਿਸ ਦੁਨੀਆ 'ਚ ਨਹੀਂ ਹੈਗੀ ਉਹਨਾਂ ਨੇ ਸਾਡੇ ਕਲਚਰਲੀ ਸਾਡੇ ਸੱਭਿਆਚਾਰ ਲਈ ਬੜਾ ਕੁਝ ਕੀਤਾ ਬਾਈ ਰਾਜ ਉਹਨਾਂ ਨੇ ਹਮ ਰਾਜ ਉਹਨਾਂ ਦੇ ਸ਼ੁਰੂ ਵਾਲੇ ਗਾਣਿਆਂ ਤੋਂ ਮੇਰੀ ਸਟਾਰਟਿੰਗ ਹੋਈ ਹੈ ਜੋਗੀ ਬਣਿਆ ਨਹੀਂ ਜਾਣਾ ਨਸੀਬੋ ਚਤੇ ਕਰ ਦਿਆ ਫਿਰ ਕਾਲਜ ਦੇ ਵਿੱਚ ਪੜ੍ਹਦੇ ਆ ਮौज-ਮਸਤੀਆਂ ਕਰਦੇ ਆ ਬੜੇ ਗਾਣੇ ਜਿਹੜੇ ਭਾਈ ਹੁਣਾਂ ਦੇ ਗਾਏ ਹਨ ਮੈਂ ਰਾਜ ਭਾਈ ਨਾਲ ਮੇਰਾ ਬਹੁਤ ਪਿਆਰ ਸੀ ਸ਼ੁਰੂ ਤੋਂ ਪਹਿਲਾ ਟੂਰ ਅਸੀਂ 97 ਦੇ ਵਿੱਚ ਅਮਰੀਕਾ ਕੈਨੇਡਾ ਦਾ ਜਦੋਂ ਲਾਇਆ ਮੈਂ ਕੈਨੇਡਾ ਜਦੋਂ ਅਸੀਂ ਸਰੀ ਗਏ ਨਾ ਇੱਕ ਉੱਤੇ ਪੰਜਾਬੀ ਮਾਰਕੀਟ ਫੇਮਸ ਸੀ ਉਸ ਸਮੇਂ ਪੁਰਾਣੇ ਉਸ ਸਮੇਂ ਤੇ ਮੈਨੂੰ ਰਾਜ ਭਾਈ ਕਹਿੰਦਾ ਇੱਥੇ ਇੱਕ ਪੰਜਾਬੀ ਮਾਰਕੀਟ ਹੈ ਜਿੱਥੇ ਗਾਣੇ ਸਾਡੇ ਪੰਜਾਬ ਵਾਲੇ ਚੱਲਦੇ ਨੇ ਜੀ ਆਪਾਂ ਦੇਖ ਲਈ ਆਪਾਂ ਨੂੰ ਇੱਥੇ ਕੋਈ ਜਾਣਦਾ ਅਸੀਂ ਇਦਾਂ ਹੀ ਸਿੰਪਲ ਜੀ ਬਣ ਕੇ ਚਲੇ ਗਏ ਦੋਨੋਂ ਜਾਨੇ ਤੇ ਉਦੋਂ ਦੂਰਦਰਸ਼ਨ ਦਾ ਹੀ ਦੌਰ ਸੀ ਦੂਰਦਰਸ਼ਨ ਦਾ ਦੌਰ ਸੀ ਦੂਰਦਰਸ਼ਨ ਤੇ ਮੇਰਾ ਨਸੀਬ ਵਾਲਾ ਗਾਣਾ ਜਦੋਂ ਆਇਆ ਸੀਗਾ ਤੇ ਰਾਜਪਈ ਹਣੀ ਜਦੋਂ ਲਿਖਦੇ ਸੀ ਜਦੋਂ ਤੇਰੀ ਭਿੱਜ ਗਈ ਕੁਰਤੀ ਲਾਲ ਪਸੀਨੇ ਨਾਲ ਕੋੜੇ ਹਰਪਜਨ ਰੋਣਾ ਦਾ ਗਾਣਾ ਜਿਹੜਾ ਰਾਜ ਹਣ ਦਾ ਲਿਖਿਆ ਹੋਰ ਬੜੇ ਗਾਣੇ ਆਏ ਸੀਗੇ ਨਾ ਤੇ ਅਸੀਂ ਮਾਰਕੀਟ 'ਚ ਗਏ ਤੇ ਇੱਕ ਕੁੜੀ ਨਾ ਕਾਲੇ ਪਿੱਕੇ ਦੇ ਉੱਪਰ ਓਪਨ ਜਿਹੜਾ ਪਿੱਕਾ ਜਾਂਦਾ ਉਹ ਤੇ ਉੱਚੀ ਦੀ ਉੱਚੀ ਆਵਾਜ਼ 'ਚ ਗਾਣਾ ਲਾਇਆ ਨਸੀਬ ਉਹ ਚਤੇ ਕਰਦੀ ਆ ਤੇ ਉਹਨੇ ਪੰਜਾਬੀ ਮਾਰਕੀਟ ਜਾ ਕੇ ਜਿਵੇਂ ਇੱਥੇ ਨਹੀਂ ਕਾਲਜਾਂ ਦੇ ਬੱਚੇ ਉਹ ਕਰਦੇ ਕਮੋਂ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਹਨ ਉਹਨਾਂ ਇਦਾਂ ਬ੍ਰੇਕ ਮਾਰ ਕੇ ਗੱਡੀ ਕਮਾਈ ਤੇ ਉੱਚੀ ਗਾਣਾ ਲੱਗਿਆ ਮੇਰੀ ਬਾਹ ਫੜ ਗਿਆ ਦਾ ਚੱਲ ਚੱਲ ਮਿਲਗੀ ਰਿਪੋਰਟ ਉਹ ਬੱਚੇ ਲਾਈ ਫਿਰਦੇ ਨੇ ਇੱਥੇ ਆਪਣਾ ਗਾਣਾ ਤੇ ਮੈਂ ਸ਼ਾਮ ਨੂੰ ਆ ਕੇ ਕਿਉਂਕਿ ਦਿਨ ਰਾਤ ਦਾ ਫਰਕ ਸੀ ਰਾਤੀਆਂ ਕਿ ਮੈਂ ਰਜਿੰਦਰ ਭਾਜੀ ਨੂੰ ਫੋਨ ਕੀਤਾ ਫਾਈਨ ਟਨ ਜਿੱਨਾਂ ਤੋਂ ਇਸ ਲਾਈਨ ਦੀ ਸ਼ੁਰੂਆਤ ਹੋਈ ਆ ਜੀ ਰਜਿੰਦਰ ਭਾਜੀ ਨੂੰ ਮੈਂ ਕਿਹਾ ਭਾਜੀ ਵੀ ਆਪਣਾ ਨਸੀਬੋ ਗਾਣਾ ਇੱਥੇ ਵੀ ਚੱਲਦਾ ਪਿਆ ਮੈਨੂੰ ਕਹਿੰਦੇ ਇੱਕ ਗੱਲ ਹਮੇਸ਼ਾ ਯਾਦ ਰੱਖੀਂ ਜਿਹੜੀ ਚੀਜ਼ ਤੁਹਾਡੇ ਘਰ ਦੇ ਵਿੱਚ ਕਬੂਲੀ ਜਾਂਦੀ ਹੈ ਤੁਹਾਡੇ ਘਰ ਵਾਲੇ ਜਿਹੜੀ ਚੀਜ਼ ਨੂੰ ਪਿਆਰ ਕਰਦੇ ਨੇ ਫਿਰ ਤੁਹਾਡੇ ਨਗਰ ਵਾਲੇ ਪਿੰਡ ਵਾਲੇ ਪਿਆਰ ਕਰਦੇ ਨੇ ਫਿਰ ਸ਼ਹਿਰ ਵਾਲੇ ਪਿਆਰ ਕਰਦੇ ਨੇ ਫਿਰ ਉਹ ਚੀਜ਼ ਪੂਰੀ ਦੁਨੀਆ 'ਚ ਕਬੂਲ ਹੁੰਦੀ ਆ ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਆ ਜਿਹੜੀ ਚੀਜ਼ ਤੁਹਾਡੇ ਘਰ 'ਚ ਨਹੀਂ ਚੱਲਦੀ ਘਰ 'ਚ ਮਤਲਬ ਤੁਹਾਡੇ ਆਪਣੇ ਪੰਜਾਬ 'ਚ ਨਹੀਂ ਚੱਲਦੀ ਫਿਰ ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਚੱਲਦੀ ਜੀ ਅਸੀਂ ਹੁਣ ਜਦੋਂ ਆ ਡਾਊਨਫਾਲ ਕੀਤਾ ਅ ਪਹਿਲਾਂ ਸਾਡੀ ਟ੍ਰਾਈ ਸੀ ਕਿ ਅਸੀਂ ਇਹ ਤੇ ਜਿਵੇਂ ਸਾਰੇ ਅੱਜਕੱਲ੍ਹ ਗਾਣੇ ਚੱਲਦੇ ਨੇ ਪ੍ਰੋਮੋਸ਼ਨ ਕਰਦੇ ਨੇ ਉਦੇ ਵੀ ਉਹ ਵਿਊਜ਼ ਲਈ ਪੈਸਾ ਲੱਗਦਾ ਹੈ ਜੀ ਵੀ ਆਪਾਂ થોੜੇ ਪੈਸੇ ਨਹੀਂ ਐਡ ਕਰਕੇ ਵਿਊ ਫੇਕ ਵਾਲੇ ਨਹੀਂ ਐਡ ਲਾ ਕੇ ਜਿਹੜੀ ਪ੍ਰੋਮੋਸ਼ਨ ਕੀਤੀ ਜਾਂਦੀ ਹੈ ਜੀ ਆਪਾਂ ਉਹ ਕਰਕੇ ਇੱਦੇ ਦੇਖੀ ਆਪਾਂ ਲੋਕਾਂ 'ਚ ਕਿਤੇ ਤੱਕ ਜਾਂਦੇ ਆ ਹੂੰ ਉਹ ਤੋਂ ਬਾਅਦ ਕੁਝ ਐਦਾਂ ਦੇ ਕਾਰਨ ਬਣੇ ਕਿ ਪ੍ਰੋਪਰਲੀ ਉਹ ਚੀਜ਼ਾਂ ਹੋ ਨਹੀਂ ਪਾਈਆਂ ਤੇ ਅਚਾਨਕ ਅਸੀਂ ਉਹ ਜਗ੍ਹਾ ਤੇ ਆ ਗਏ ਜਿੱਥੇ ਜੈਨੂਨਲੀ ਜੋ ਗਾਣਾ ਚੱਲਦਾ ਵੀ ਉਹ ਕਿੱਥੇ ਤੱਕ ਪਹੁੰਚਦਾ ਉੱਥੇ ਪਹੁੰਚ ਗਏ ਸੀ ਤੇ ਹੁਣ ਨਾ ਕੋਈ ਐਡ ਲੱਗ ਰਹੀ ਹੈ ਨਾ ਕੋਈ ਗੱਲ ਹੋ ਰਹੀ ਹੈ ਨਾ ਪ੍ਰੋਡਿਊਸਰਸ ਨਾਲ ਗੱਲ ਹੋ ਰਹੀ ਹੈ ਕੋਈ ਗੱਲ ਨਹੀਂ ਹੋ ਰਹੀ ਮੇਰੇ ਮਨ ਚ ਇੱਕ ਦਿਨ ਗੱਲ ਆਈ ਮੈਂ ਕਿਹਾ ਯਾਰ ਆ ਸ਼ਾਇਦ ਵਾਹਿਗੁਰੂ ਨੇ ਕਿਉਂਕਿ ਜੋ ਰੱਬ ਕਰਦਾ ਚੰਗਾਈ ਕਰਦਾ ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ ਜੀ ਜੋ ਹੋ ਰਿਹਾ ਇਹ ਚੰਗਾ ਹੋ ਰਿਹਾ ਚੰਗਾ ਕੀ ਹੋ ਰਿਹਾ ਕਿ ਜੇ ਅਸੀਂ ਐਡ ਲਾ ਕੇ ਇਹਦੀ ਪ੍ਰੋਮੋਸ਼ਨ ਕਰਦੇ ਸਾਨੂੰ ਇਹ ਨਹੀਂ ਪਤਾ ਲੱਗਣਾ ਸੀ ਸਾਡਾ ਗਾਣਾ ਸਾਨੂੰ ਕਿੰਨੇ ਲੋਕਾਂ ਤੱਕ ਪਹੁੰਚਿਆ ਤੇ ਕਿੰਨੇ ਲੋਕ ਅੱਜ ਵੀ ਮੈਨੂੰ ਪਿਆਰ ਕਰਦੇ ਨੇ ਜੀ ਜਦੋਂ ਜੈਨੂਲੀ ਗਿਆ ਬਿਨਾ ਪੈਸੇ ਤੋਂ ਬਿਨਾ ਐਡ ਤੋਂ ਤੇ ਜਦੋਂ ਉਹਦੇ 2 ਲੱਖ ਵੀਊ ਕ੍ਰੋਸ ਹੋਏ ਮੇਰੇ ਖਿਆਲ ਹਲੇ ਵੀ 2 2.5 ਲੱਖ ਬੰਦੇ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਹੈਗੇ ਰਾਈਟ ਰਾਈਟ ਇਹਦਾ ਮਤਲਬ ਕੀ ਹੈ ਕਿ ਜੇ 2.5 ਲੱਖ ਬੰਦੇ ਨੇ ਜੈਨੂਇਨਲੀ ਦੇਖਿਆ ਬਹੁਤ ਲੋਕ ਹੋਣਗੇ ਜਿਹੜੇ ਹਲੇ ਸੋਸ਼ਲ ਮੀਡੀਆ ਨਾਲ ਜੁੜੇ ਨਹੀਂ ਹੋਏ ਜਿਹੜੇ ਘਰਾਂ 'ਚ ਬੈਠੇ ਜੋ ਮੇਰੇ ਫੈਨ ਸੀ ਜੀ ਹੁਣ ਤਾਂ ਬੱਚੇ ਸਾਰੇ ਫੋਨ ਦੇ ਉੱਪਰ ਨੇ ਹਮ ਹਲੇ ਉਹ ਕਿੰਨੇ ਲੋਕ ਹੋਣਗੇ ਜਦੋਂ ਇੰਨਾ ਲੋਕਾਂ ਤੱਕ ਸਾਰੇ ਤੱਕ ਗਾਣਾ ਪਹੁੰਚੂ ਤੇ ਸ਼ਾਇਦ ਇਹ ਕਿੰਨੇ ਮਿਲੀਅਨ ਕ੍ਰਾਸ ਕਰ ਜੂ ਪਤਾ ਨਹੀਂ ਸਾਨੂੰ ਜੀ ਰਾਈਟ ਜਦੋਂ ਨਸੀਬੋ ਚੇਤੇ ਕਰਦੀ ਆ ਗਾਣਾ ਆਇਆ ਮੈਨੂੰ ਯਾਦ ਹੈ ਅਜੇਂਦਰ ਭਾਜੀ ਕਹਿੰਦੇ ਯਾਰ ਕੱਲ ਆਪਾਂ ਕੈਸਟ ਲਾਂਚ ਕੀਤੀ ਐ ਤੇ ਮੈਨੂੰ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਕਿੰਨਾ ਆਰਡਰ ਆ ਗਿਆ ਇੱਕ ਵੀਕ ਹੋਰ ਨਿਕਲਿਆ ਆਰਡਰ ਹੋਰ ਵੱਧ ਗਿਆ ਜਦੋਂ ਮੈਂ ਕੈਨੇਡਾ ਗਿਆ ਜਦੋਂ ਜਿੱਦਨ ਮੈਂ ਉਹ ਗੱਲ ਦੱਸੀ ਭਾਜੀ ਨੂੰ ਭਾਜੀ ਕਹਿੰਦੇ ਨਿੱਕੂ ਉਹ ਤੇਰੇ ਤਾਂ ਕੋੜੀਆ ਪੋਸਟਰ ਵੀ ਵਿਕਦੇ ਨੇ ਅੱਛਾ ਲੋਕਾਂ ਦੀ ਕੈਸਟਾਂ ਵਿਕਦੇ ਤੇਰੇ ਪੋਸਟਰ ਵੀ ਵਿਕਦੇ ਨੇ ਉਹ ਪੱਕ ਕਰਕੇ ਲੋਕ ਲੈ ਕੇ ਜਾਂਦੇ ਹੋਣਗੇ ਉਸ ਤੋਂ ਬਾਅਦ ਚੱਲਦੇ ਚੱਲਦੇ ਜਦੋਂ ਮੈਂ ਫਾਈਨ ਟੱਚ ਦੇ ਵਿੱਚ ਗਿਆ ਰੂਬੀ ਬਾਜੀ ਕੋਲੇ ਸਿੰਘ ਇਜ਼ ਕਿੰਗ ਜਦੋਂ ਲਾਂਚ ਹੋਇਆ ਜੀ ਸਿੰਘ ਇਜ਼ ਕਿੰਗ ਜਿਹੜੀ ਉਹਦੀ ਕੈਸਟ ਜਿਹੜੀ ਸੀਗੀ ਹਮ ਕੈਸਟ ਸੀ ਉਸਮ ਕੈਸਟ ਵੀ ਸੀਗੀ ਜੀ ਸੀਡੀ ਸ਼ਾਇਦ 75 ਰੁਪਏ ਦੀ ਸੀ ਹਮ ਕੈਸਟ 35 40 ਰੁਪਏ ਦੀ ਜੋ ਵੀ ਰੇਟ ਸੀਗਾ ਪੋਸਟਰ ਮੈਨੂੰ ਯਾਦ ਆ ਸਵਾ 100 ਰੁਪਏ ਦਾ ਪੋਸਟਰ ਵਿਕਿਆ ਉਹਦਾ ਤੇ ਕੰਪਨੀ ਨੇ 10000 ਪੋਸਟਰ ਉਹਦਾ ਸੈਲ ਕੀਤਾ ਅੱਛਾ ਜੀ ਜਿਸ ਦਿਨ 10000 ਪੋਸਟਰ ਸੈਲ ਕੀਤਾ ਮੈਨੂੰ ਕਹਿੰਦੇ ਤੇਰੀ ਸੀੜੀ ਤੋਂ ਜ਼ਿਆਦਾ ਕਮਾਈ ਮੈਂ ਤੇਰੇ ਪੋਸਟਰਾਂ ਚ ਹੋ ਰਹੀ ਹੈ ਇੱਕ ਮਿੰਟ ਤੁਹਾਡਾ ਤੁਹਾਡਾ ਇੱਕ ਪੋਸਟਰ ਤੁਹਾਨੂੰ ਬਿਠਾ ਕੇ ਵੀ ਬਣਵਾਇਆ ਗਿਆ ਸੀ ਨਾ ਜਿਸ ਤੇ ਪੂਰਾ ਗੀਤ ਤੁਹਾਡੀ ਸ਼ਖਸੀਅਤ ਤੇ ਲਿਖ ਦਿੱਤਾ ਗਿਆ ਸੀ ਉਹ ਗਮ ਨੇ ਲਿਖਿਆ ਸੀਗਾ ਔਰ ਉ ਵੀ ਭਾਜੀ ਨੇ ਲਿਖਵਾਇਆ ਸੀ ਕਿ ਮੈਂ ਚਿੰਨਾ ਸੁਣਿਆ ਚਿੰਨਾ ਤੋਂ ਪਗੜੀ ਦੇ ਲੜਵੇ ਜੀ ਔਰ ਫਿਰ ਭਾਜੀ ਨੇ ਹੀ ਦੱਸਿਆ ਕਿ 10000 ਪੋਸਟਰ ਜਿਹੜਾ ਤੇਰਾ ਵਿਕਿਆ ਹਾਂ ਉਹ ਜਦੋਂ ਦੱਸਿਆ ਤੇ ਉਹ ਚੀਜ਼ ਦੀ ਜਿਹੜੀ ਖੁਸ਼ੀ ਸੀ ਕਿ ਯਾਰ ਲੋਕ ਜਦੋਂ ਸਾਡੇ ਗਾਣਿਆਂ ਨੂੰ ਪਿਆਰ ਕਰਦੇ ਨੇ ਤੇ ਜਦੋਂ ਇਨਸਾਨ ਨੂੰ ਪਿਆਰ ਕਰਦੇ ਨੇ ਆਰਟਿਸਟ ਨੂੰ ਉਹ ਜ਼ਿਆਦਾ ਵੱਡੀ ਸਾਡੀ ਉਪਲਬਧੀ ਹੁੰਦੀ ਹੈ ਜੀ ਗਾਣਾ ਕਿਸੇ ਦਾ ਵੀ ਚੱਲ ਸਕਦਾ ਜੀ ਗਾਣਾ ਵਧੀਆ ਤੇ ਗਾਣਾ ਚੱਲ ਗਿਆ ਗਾਣੇ ਦੇ ਨਾਲ ਜਦੋਂ ਇਨਸਾਨ ਨੂੰ ਲੋਕੀ ਪਿਆਰ ਕਰਦੇ ਨੇ ਜਾਂ ਉਹਦੀ ਪਰਸਨੈਲਿਟੀ ਨੂੰ ਪਿਆਰ ਕਰਦੇ ਨੇ ਫਿਰ ਸ਼ਾਇਦ ਹੋਰ ਵੱਡੀ ਗੱਲ ਹੋ ਜਾਂਦੀ ਹੈ ਇਹਦੇ ਕਰਕੇ ਜੇ ਮੇਰਾ ਵਿਚਾਲੇ 8-9 ਸਾਲ ਦਾ ਗੈਪ ਹੋ ਗਿਆ ਜੀ ਲੇਕਿਨ ਮੈਨੂੰ ਲੱਗਦਾ ਜਦੋਂ ਮੈਂ ਕਿਤੇ ਕਿਤੇ ਵੀ ਜਾਣਾ ਹਮਮ ਤੇ ਲੋਕਾਂ ਦੀ ਨਜ਼ਰ ਚ ਕਦੇ ਉਹ ਗੈਪ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਰਾਈਟ ਐਂ ਲੱਗਦਾ ਲੋਕ ਯਾਰ ਭਾਜੀ ਤੁੜਾ ਗਾਣਾ ਨਹੀਂ ਆਇਆ ਲੇਕਿਨ ਤੁਸੀਂ ਉਹ ਜੀ ਪਿਓ ਯਾਰ ਤੁਸੀਂ ਐਨਾ ਐਂ ਲੱਗਦਾ ਕਿ ਮੈਂ ਲੋਕਾਂ ਚੋਂ ਸੱਚੀ ਕਿਤੇ ਗਿਆਨੀ ਹਾਂ ਲੋਕਾਂ ਨੂੰ ਉਦਾਂ ਹੀ ਸਾਰਾ ਕੁਝ ਯਾਦ ਹੈ ਲੋਕ ਉਹਦੇ ਪਿਆਰ ਕਰਦੇ ਨੇ ਬਿਲਕੁਲ ਆ ਸਾਰ ਕੋਈ ਕਹਿੰਦਾ ਹੈ ਕਿ ਔਰ ਕਹਿੰਦਾ ਨਹੀਂ ਇਹ ਸੱਚਾਈ ਹੈ ਕਿ ਤੁਹਾਡੀ ਪੱਗ ਤੋਂ ਇੱਕ ਟ੍ਰੈਂਡ ਸੈੱਟ ਹੋਇਆ ਆਰਟਿਸਟ ਵੀ ਆਰਟਿਸਟ ਵੀ ਜਿਹੜੇ ਬਾਅਦ ਵਿੱਚ ਆਏ ਉਹਨਾਂ ਨੇ ਤੁਹਾਨੂੰ ਫੋਲੋ ਕਰਨਾ ਸ਼ੁਰੂ ਕੀਤਾ ਪਰ ਮੈਂ ਇਹ ਗੱਲ ਜਾਨਣਾ ਚਾਹਾਂਗੀ ਕਿ ਤੁਹਾਡੇ ਅੰਦਰ ਪੱਗ ਨੂੰ ਅਜਿਹਾ ਬਨਨ ਦਾ ਕ੍ਰੇਜ਼ ਕਿਸ ਤੋਂ ਹੈ ਤੁਸੀਂ ਕਿਸ ਤੋਂ ਇਨਸਪਾਇਰਡ ਹੁੰਦੇ ਸੀ ਤੇ ਤੁਸੀਂ ਕਿੰਨੂੰ ਵੇਖ-ਵੇਖ ਖੁਸ਼ ਹੁੰਦੇ ਸੀ ਤੇ ਉਹਦੀ ਖੁਸ਼ੀ ਤੁਹਾਨੂੰ ਇੰਨੀ ਜ਼ਿਆਦਾ ਇਨਸਪਾਇਰ ਕੀਤੀ ਕਿ ਤੁਸੀਂ ਫਿਰ ਉਸ ਪੱਗ ਨੂੰ ਇੱਕ ਟ੍ਰੈਂਡ ਬਣਾਇਆ ਤੇ ਉਹ ਫਿਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਮੁਕੰਮਲ ਹੋ ਗਿਆ ਐਕਚੁਅਲੀ ਜਦੋਂ ਇਦਾਂ ਦੀਆਂ ਚੀਜ਼ਾਂ ਕੁਝ ਹੁੰਦੀਆਂ ਨੇ ਨਾ ਜੀ ਕਦੇ ਵੀ ਇਨਸਾਨ ਕੁਝ ਨਹੀਂ ਕਰਦਾ ਹਮ ਵਾਹਿਗੁਰੂ ਖੁਦ ਖੜਾ ਹੋ ਕੇ ਨਾਲ ਉਹ ਚੀਜ਼ਾਂ ਕਰਵਾਉਂਦਾ ਜੀ ਕਾਲਜ ਟਾਈਮ ਮੇਰੇ ਜਿਹੜੇ ਸੀਨੀਅਰ ਸੀ ਉਹ ਕਹਿੰਦੇ ਹੁੰਦੇ ਸੀ ਨਿੱਕੂ ਤੂੰ ਪੱਗ ਨਹੀਂ ਸੋਹਣੀ ਬੰਦਾ ਯਾਰ ਜੇ ਮੁੰਡੇ ਦੇ ਕਾਲਜ ਦੇ ਵਿੱਚ ਪੱਗ ਸੋਹਣੀ ਨਾ ਹੋਵੇ ਜੇ ਉਹਨੂੰ ਕੋਈ ਕਾਲਜੀਏਟ ਨਾ ਕਹੇ ਤੇ ਮਜ਼ਾ ਨਹੀਂ ਆਉਂਦਾ ਅੱਛਾ ਮੁੰਡਾ ਲੱਗਣਾ ਚਾਹੀਦਾ ਵੀ ਕਾਲਜੀਏਟ ਮੁੰਡਾ ਪਰਸਨੈਲਿਟੀ ਵਾਲਾ ਨਾ ਜੀ ਮੈਂ ਬਥੇਰਾ ਜ਼ੋਰ ਲਾਉਣਾ ਪੱਗ ਠੀਕ ਨਾ ਰਣੀ ਪੇਪਰ ਵੀ ਛੱਡੇ ਜਾਣੇ ਲੈਕਚਰ ਵੀ ਸ਼ਾਰਟ ਹੋ ਜਾਣੇ ਜੀ ਵਿੱਚ ਹੀ ਉਹਨਾਂ ਟਾਈਮਾਂ ਚੋਂ ਮੈਂ ਨਿਕਲ ਕੇ ਆਪਣੇ ਉਸਤਾਦ ਜੀ ਕੋਲ ਸਿੱਖਣ ਜਾਣਾ ਮ ਭਜਨਾਠ ਬਹੁਤ ਹੁੰਦੀ ਸੀ ਫਿਰ ਸਾਧਨ ਵੀ ਐਨੇ ਨਹੀਂ ਹੁੰਦੇ ਸੀ ਕਦੇ ਕਿਸੇ ਤੋਂ ਸਾਈਕਲ ਮੰਗ ਕੇ ਗਿਆ ਕਦੇ ਕਿਸੇ ਬਸ ਤੇ ਚੜ ਕੇ ਗਿਆ ਜੀ ਕਰਦੇ ਕਰਦੇ ਜਦੋਂ ਇਸ ਲਾਈਨ ਦੇ ਵਿੱਚ ਆਇਆ ਰਜਿੰਦਰ ਭਾਜੀ ਨੇ ਰਾਤ ਨੂੰ ਭੇਜਿਆ ਕਿ ਚੱਡੀ ਕੰਪਨੀ ਚ ਬਲਮਗੜ ਤੋਂ ਸੀ ਸਾਡਾ ਇੱਕ ਮਿੱਤਰ ਰਾਜ ਜੀ ਉਹਦਾ ਗਾਣਾ ਮੈਂ ਗਾਇਆ ਸੀ ਰਾਜ ਦਾ ਜਿੰਦਰ ਰੱਖ ਕੇ ਤਲੀ ਦੇ ਉੱਤੇ ਸੋਹਣੀਆਂ ਜੰਦੀਆਂ ਨਭਾਈਆਂ ਯਾਰੀਆਂ ਜੀ ਰਾਤ ਨੂੰ ਭੇਜਿਆ ਕਿ ਜਾਓ ਤੁਸੀਂ ਇਹਦੇ ਲਈ ਨਿਕੂਲੇ ਪੱਗ ਲੈ ਕੇ ਆਓ ਤੇ ਇੱਕ ਸ਼ਰਟ ਪੈਂਟ ਸ਼ਰਟ ਲੈ ਕੇ ਆਓ ਸਵੇਰੇ ਆਪਾਂ ਇਹਦਾ ਪੋਰਟਫੋਲੀਓ ਕਰਾਉਣਾ ਜੀ ਤੇ ਰਾਤੀ ਜਦੋਂ ਅਸੀਂ ਜਾ ਕੇ ਪੱਗ ਲਿਆਂਦੀ ਪੱਗ ਜਦੋਂ ਨਵੀਂ ਹੁੰਦੀ ਹੈ ਚਮਾਵਾ ਹੁੰਦਾ ਨਾ ਜੀ ਰਾਤ ਨੂੰ ਅਸੀਂ ਓਪੇ ਹੋਂਗੇ ਰੱਖਤੇ ਤੇ ਸਵੇਰੇ ਉੱਠ ਕੇ ਮੈਂ ਬਨ ਬਨ ਕੇ ਤਿਆਰ ਹੋ ਗਿਆ अर्ਲੀ ਮਾਰਨਿੰਗ ਅੱਜ ਫੋਟੋ ਆਉਣੀਆਂ ਨੇ ਚਾਹ ਹੁੰਦਾ ਨਵੇਂ ਨਵੇਂ ਹਨ ਪਹਿਲੀ ਕੈਸਟ ਦੀ ਪਹਿਲੀ ਫੋਟੋ ਸੀ ਉਹ ਤੇ ਰਜਿੰਦਰ ਭਾਜੀ ਆਪ ਚੰਡੀਗੜ੍ਹ ਚਲੇ ਗਏ ਅੱਛਾ ਮੈਂ ਵੇਟ ਕਰਦਾ ਕਰਦਾ ਕਿਉਂਕਿ ਫਾਈਨ ਟਨ ਚ ਹੀ ਰਹਿੰਦਾ ਸੀ ਜਦੋਂ ਮੈਂ ਜ਼ਿਆਦਾ ਹੁੰਦੇ ਹੈ ਨਾ ਜੀ ਬੈਠੇ ਬੈਠੇ ਦੁਰਦੁਰ ਬੈਠੇ ਬੈਠੇ ਧੰਨੀ ਦੌਣ ਲੱਗੀ ਬੈਠੇ 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 ਕਰਦੇ ਕਰਦੇ ਸੌਂ ਗਿਆ ਹੌਲੀ ਹੌਲੀ ਬੈੱਡ ਤੇ ਪ੍ਰੋਪਰ ਸੌਂ ਗਿਆ ਹੂੰ ਜਦੋਂ ਮੈਂ ਉੱਠਿਆ ਹੁਣ ਪੱਗ ਨਵੀਂ ਸੀ ਉਹ ਮਾਵਾਂ ਜਿਹਾ ਸੀਗਾ ਜਿੱਧਰ ਨੂੰ ਮੈਂ ਇਦਾਂ ਪੈ ਗਿਆ ਇਦਨੂੰ ਪ੍ਰੈਸ ਹੋ ਗਈ ਇਦਨੂੰ ਪੈ ਗਿਆ ਇਦਨੂੰ ਪ੍ਰੈਸ ਹੋ ਗਈ ਓਕੇ ਮੈਂ ਤੁਹਾਨੂੰ ਮੈਂ ਦੱਸਿਆ ਨਾ ਕਿ ਜਦੋਂ ਕੋਈ ਚੀਜ਼ ਕੋਈ ਕਿਸੇ ਮੁਕਾਮ ਤੇ ਅਸੀਂ ਪਹੁੰਚਦੇ ਆ ਜਾਂ ਕੋਈ ਟ੍ਰੈਂਡ ਸੈਟ ਹੁੰਦਾ ਕਿਤੇ ਅਸੀਂ ਨਹੀਂ ਕਰਦੇ ਵਾਹਿਗੁਰੂ ਖੁਦ ਕਰਵਾਉਂਦਾ ਜੀ ਹੁਣ ਦੇਖੋ ਮੇਰੇ ਸੁੱਤੇ ਪਏ ਪਏ ਮੇਰੀ ਪੱਗ ਦੀ ਸ਼ੇਪ ਚੇਂਜ ਹੋ ਗਈ ਹੂੰ ਉਹ ਕੀ ਬਣਿਆ ਕੀ ਨਹੀਂ ਬਣਿਆ ਮੈਨੂੰ ਪਤਾ ਨਹੀਂ ਜਦੋਂ ਫੋਟੋ ਕਰਾ ਕੇ ਅਸੀਂ ਵਾਪਸ ਆਏ ਉਹ ਬੰਦੇ ਨੇ ਜਿਹੜੇ ਸਟੂਡੀਓ ਵਾਲੇ ਸੀਗੇ ਨਾ ਉਹਨਾਂ ਨੇ ਵੀ ਫੋਟੋ ਐਸ ਤਰੀਕੇ ਨਾਲ ਖਿੱਚੀ ਜਿਹੜਾ ਮੇਰੇ ਉਹ ਐਦਾ ਪੈਨ ਨਾਲ ਪੱਗ ਪਿੱਛੇ ਨੂੰ ਵੱਡੀ ਹੋ ਗਈ ਜੀ ਪੱਗ ਵੱਡੀ ਸੀਗੀ ਮੂੰਹ ਛੋਟਾ ਸੀ ਮੇਰਾ ਅੱਛਾ ਉਹ ਵੱਡੀ ਪਿੱਛੇ ਨੂੰ ਬਣ ਗਈ ਲੇਕਿਨ ਸਾਈਡਾਂ ਪ੍ਰੈਸ ਹੋ ਕੇ ਛੋਟੀ ਹੋ ਗਈ ਓਹ ਅੱਛਾ ਅੱਜ ਮੈਂ ਹੁਣ ਬੰਨੀ ਹੋਈ ਆ ਉਹ ਤੋਂ ਵੇਲੇ ਜਦੋਂ ਫੋਟੋ ਖਿੱਚੀ ਉਹਨਾਂ ਨੇ ਆ ਸਾਈਡ ਵਾਲਾ ਹਿੱਸਾ ਲਿਆ ਨਹੀਂ ਤੇ ਫਰੰਟ ਸਾਰੀ ਫੋਟੋ ਆ ਗਈ ਤੇ ਆ ਪੇਚ ਦਿਖੇ ਸਾਰੇ ਜਦੋਂ ਫੋਟੋ ਆਇਤੀ ਲੂਕ ਕਹਿਣ ਲੱਗੇ ਯਾਰ ਸੋਹਣੀ ਜੀ ਪੱਗ ਵਾਲਾ ਮੁੰਡਾ ਇੱਕ ਨਵਾਂ ਆਇਆ ਰਾਤੋਂ ਦਾ ਗਾਣਾ ਸੀ ਜੋਗੀ ਬਣਿਆ ਨਹੀਂ ਜਾਣਾ ਹੂੰ ਉਹ ਜਦੋਂ ਸੋਹਣੀ ਜੀ ਪੱਗ ਵਾਲਾ ਮੁੰਡਾ ਕਹਿਣ ਲੁਕੀ ਲੱਗੇ ਮੈਨੂੰ ਵੀ ਲੱਗਿਆ ਕਿ ਮੇਰੀ ਜਿਹੜੀ ਪੱਗ ਹੈ ਲੋਕਾਂ ਨੇ ਕਬੂਲ ਕਰ ਲਈ ਇਹਨੂੰ ਪਿਆਰ ਕਰਨਾ ਸ਼ੁਰੂ ਹੋ ਗਏ ਹੁਣ ਮੇਰੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਪੱਗ ਨੂੰ ਸੋਹਣੀ ਬੰਨਣਾ ਫਿਰ ਮੈਂ ਆਪਣੀ ਪੱਗ ਨੂੰ ਦੇਖ ਦੇ ਕੇ ਪੱਗ ਬੰਨਣੀ ਸ਼ੁਰੂ ਕੀਤੀ ਟ੍ਰੈਂਡ ਸੈਟਰ ਇਹ ਗੱਲਾਂ ਨੇ ਸਭ ਕੁਦਰਤੀ ਹੁੰਦੀਆਂ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਵਾਹਿਗੁਰੂ ਜਿਵੇਂ ਕਰਦੇ ਨੇ ਜਦੋਂ ਤੇ ਉਸ ਤੋਂ ਪਹਿਲਾਂ ਜਿਹੜਾ ਕਾਲਜ ਦੇ ਵਿੱਚ ਮੇਰਾ ਸਾਡਾ ਮੁੰਡਾ ਕਿਰਨ ਹੁੰਦਾ ਸੀ ਲਾਪਰਪਿੰਡ ਤੋਂ ਉਹਦੀ ਪੱਗ ਬਹੁਤ ਸੋਹਣੀ ਲੱਗਦੀ ਸੀ ਉਹਨੂੰ ਦੇਖ ਦੇਖ ਕੇ ਮੈਂ ਬੰਨ ਟਰਾਈ ਕਰਦਾ ਸੀ ਪਰ ਉਹਦੇ ਵਰਗੀ ਪੱਗ ਹਲੇ ਵੀ ਮੇਰੀ ਨਹੀਂ ਹੈਗੀ ਜੀ ਅੱਛਾ ਅਜੇ ਵੀ ਨਹੀਂ ਗਈ ਉਹ ਬਹੁਤ ਸੋਹਣੀ ਪੱਗ ਹੁੰਦਾ ਸੀ ਉਹ ਕੇ ਸੋ ਹੋਂਦ ਇੰਡਸਟਰੀ ਚ ਬਹੁਤ ਬਹੁਤ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਕਲਾਕਾਰ ਜਿਹੜੇ ਅਜਿਹੇ ਆ ਗਏ ਨੇ ਜੋ ਅੱਛੇ ਟਰਬਨ ਬੰਨਦੇ ਨੇ ਔਰ ਜਿਹੜਾ ਦੀ ਬਹੁਤ ਅਪਰੀਸ਼ੀਏਸ਼ਨ ਵੀ ਉਹਨਾਂ ਨੂੰ ਮਿਲਦੀ ਹੈ ਔਰ ਬਾਲੀਵੁੱਡ ਦੇ ਵਿੱਚ ਵੀ ਜਿਹੜਾ ਟ੍ਰੈਂਡ ਹੈ ਉਹ ਚੇਂਜ ਹੋਇਆ ਨਜ਼ਰੀਆ ਚੇਂਜ ਹੋਇਆ ਪਹਿਲੇ ਕਮੀਡੀਅਨ ਦੇ ਤੌਰ ਤੇ ਟਰਬਨ ਨੂੰ ਲਿਆ ਜਾਂਦਾ ਸੀ ਟਰਬਨ ਨੂੰ ਸਰਦਾਰ ਨੂੰ ਕਮੀਡੀਅਨ ਲੈਂਦੇ ਸੀ ਪਰ ਹੁਣ ਸਾਡੇ ਹੀਰੋ ਜਿਹੜੇ ਉੱਥੇ ਪਹੁੰਚ ਚੁੱਕੇ ਹਨ ਬਹੁਤ ਅੱਛਾ ਮੁਕਾਮ ਹਾਸਿਲ ਕਰ ਚੁੱਕੇ ਨੇ ਦਿਲਜੀਤ ਨੇ ਬਹੁਤ ਵਧੀਆ ਕੰਮ ਕੀਤਾ ਨੇ ਉੱਥੇ ਜਾ ਕੇ ਕੋ ਸਾਡੇ bade मुंडे ਨੇ ਜਿਹੜੇ ਪੰਜਾਬ ਤੋਂ ਉੱਥੇ ਜਾਨਾ ਉਹਨਾਂ ਨੇ ਤਾਂ ਸਟੇਜ ਤੇ ਤੁਹਾਡੀ ਬਹੁਤ ਤਾਰੀਫ਼ ਵੀ ਕੀਤੀ ਹੈ ਇੱਕ ਟਾਈਮ ਤੇ ਕਮਲਾ ਉਹ ਵੀ ਐਵੇਂ ਹੀ ਕਰਦਾ ਰਹਿੰਦਾ ਅੱਛਾ ਐਵੇਂ ਹੀ ਕਰਦੇ ਰਹਿੰਦੇ ਸੀ ਪਰ ਮੇਰਾ ਛੋਟਾ ਹਾਜੀ ਪਰ ਮੋਮੈਂਟਸ ਤੁਸੀਂ ਸ਼ੇਅਰ ਕੀਤੇ ਨੇ ਬਹੁਤ ਜੀ ਸਟਾਰਟਿੰਗ ਦੇ ਵਿੱਚ ਸਟਾਰਟਿੰਗ 'ਚ ਬੜੀਆਂ ਚੀਜ਼ਾਂ ਬੜੀਆਂ ਨਿੱਦਾਂ ਦੀਆਂ ਜਿਹੜੀਆਂ ਯਾਦਾਂ ਨੇ ਜੀ ਜਿਹੜੀ ਕੰਪਨੀ ਤੋਂ ਮੈਂ ਸ਼ੁਰੂਆ ਦਿਲਜੀਤ ਵੀ ਉੱਥੋਂ ਸ਼ੁਰੂ ਹੋਇਆ ਸੀ ਤੇ ਭਾਜੀ ਕਹਿੰਦੇ ਹੁੰਦੇ ਸੀ ਕਿ ਜਿਵੇਂ ਮੈਂ ਰਵਿੰਦਰ ਗਰੇਵਾਲ ਤੇ ਅਤੇਂਦਰਜੀਤ ਨਿੱਕੂ ਨੂੰ ਸਰਦਾਰ ਮੁੰਡੇ ਨੂੰ ਲੈ ਕੇ ਆਇਆ ਤੇ ਮੈਂ ਚਾਹਣਾ ਇੱਕ ਹੋਰ ਸਰਦਾਰ ਮੁੰਡਾ ਇਹਨਾਂ ਤੋਂ ਬਾਅਦ ਕਿਉਂਕਿ ਸਾਡਾ ਜਿਹੜੇ ਜਿਹੜੇ ਐਗਰੀਮੈਂਟ ਜਦੋਂ ਹੁੰਦੇ ਨੇ ਨਾ ਜੀ ਕਿ ਮੈਂ 5 ਸਾਲ ਦੀ ਬਾਉਂਡਾ ਮੈਂ 4 ਸਾਲ ਦੀ ਜਿਵੇਂ ਵੀ ਸੀਗੇ ਸਿਸਟਮ ਲੇਕਿਨ ਮੈਨੂੰ ਇਦਾਂ ਲੱਗਦਾ ਕਿ ਜਦੋਂ ਕਿਸੇ ਕੰਪਨੀ ਦੇ ਨਾਲ ਅਸੀਂ ਬਾਉਂਡੇਸ਼ਨ ਚੁੰਨੇ ਆ ਨਾ ਉਹ ਇੱਕ ਬਾਉਂਡੇਸ਼ਨ ਨਹੀਂ ਹੁੰਦਾ ਉਹ ਇੱਕ ਟੀਮ ਵਰਕ ਹੁੰਦਾ ਉਹ ਕਈ ਵਾਰ ਸਾਨੂੰ ਬੋਝ ਲੱਗਣ ਲੱਗ ਜਾਂਦਾ ਉਹ ਚੀਜ਼ਾਂ ਦਾ ਜੀ ਕਿ ਅਸੀਂ ਇੱਥੇ ਬਾਉਂਡ ਆ ਜਦ ਕਿ ਉਹ ਬਾਉਂਡ ਕੁਝ ਨਹੀਂ ਹੁੰ ਜੇ ਫਾਈਨ ਟੋਨ ਅਰਜੰਦਰ ਪਾਜੀ ਉਸ ਟਾਈਮ ਬਾਉਂਡ ਨਾ ਕਰਦੇ ਸ਼ਾਇਦ ਪਹਿਲੀ ਦੂਜੀ ਟਿਪ ਤੋਂ ਬਾਅਦ ਮੈਂ ਉਥੋਂ ਨਿਕਲ ਕੇ ਚਲਾ ਜਾਂਦਾ ਕਿਤੇ ਕਿ ਬਾਰੋਂ ਕਿਤੋਂ ਪੈਸੇ ਆਫਰ ਹੋ ਰਹੇ ਨੇ ਸ਼ਾਇਦ ਮੈਂ ਉਤੋਂ ਬਾਅਦ ਨਿੱਕੂ ਬਣਦਾ ਨਾ ਸ਼ਾਇਦ ਮੇਰੇ ਹੋਰ ਗਾਣੇ ਆਉਂਦੇ ਨਾ ਕਿਉਂਕਿ ਜਦੋਂ ਅਸੀਂ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਆ ਸਾਨੂੰ ਚਾਰ ਬੰਦੇ ਸਾਡੇ ਨਾਲ ਨੇ ਉਹ ਸਾਡੀ ਕੇਅਰ ਕਰਦੇ ਨੇ ਜੀ ਜਦੋਂ ਅਸੀਂ ਲੋਕਾਂ ਦੇ ਵਿੱਚ ਚਲੇ ਜਾਂਦੇ ਆ ਬਾਹਰ ਜਿਹੜੇ ਸਿਰਫ ਸਾਨੂੰ ਕਮਰਸ਼ੀਅਲ ਯੂਜ਼ ਕਰਦੇ ਨੇ ਉਹ ਸਿਰਫ ਸਾਨੂੰ ਯੂਜ਼ ਕਰਦੇ ਨੇ ਤੇ ਸਿੱਟ ਦਿੰਦੇ ਨੇ ਜੀ ਉਹਨਾਂ ਨੇ ਸਿਰਫ ਉਹਨਾਂ ਦਾ ਫਾਇਦਾ ਲੈਣਾ ਜਿੰਨਾਂ ਕੋ ਉਹਨਾਂ ਨੂੰ ਲੱਗਦਾ ਕਿਸੇ ਤੋਂ ਫਾਇਦਾ ਲੈ ਤੇ ਆਪਣੇ ਕਦੇ ਵੀ ਇਦਾਂ ਨਹੀਂ ਕਰਦੇ ਸੁਰਜਿੰਦਰ ਭਾਈ ਦਾ ਹਮੇਸ਼ਾ ਦਿਲੋਂ ਰਗੜਾ ਹੈ ਰੂਬੀ ਭਾਜੀ ਜਿਹੜੇ ਫਾਇੰਟਚ ਉਹਨਾਂ ਦਾ ਵੀ ਹਮੇਸ਼ਾ ਦਿਲੋਂ ਰਗੜਾ ਹੈ ਜਿਹੜੇ ਲੋਕ ਆਰਟਿਸਟਾਂ ਨੂੰ ਬਣਾਉਂਦੇ ਨੇ ਇਹ ਉਹ ਲੋਕ ਨੇ ਜੀ ਤੇ ਜੇ ਆਪਾਂ ਟਿਪੀਕਲ 7 ਸਾਲਾਂ ਦੀ ਗੱਲ ਕਰੀਏ ਹੈਨਾ ਕਿਉਂਕਿ ਤੁਸੀਂ ਪੱਗ ਦੀ ਗੱਲ ਕਰੀ ਸੀ ਤੇ ਮੇਰੇ ਮਾਈਂਡ 'ਚ ਇਹ ਚੀਜ਼ ਇੱਕੋ ਦਾ ਮਾਈ ਕੀ ਕਈ ਵਾਰ ਇਨਸਾਨ ਇੱਕ ਚੀਜ਼ ਨੂੰ 1 ਮਿੰਟ 2 ਮਿੰਟ 1 ਮਹੀਨੇ 2 ਮਹੀਨੇ 4 ਮਹੀਨੇ ਹੈਨਾ ਦੇਖੋ 7 ਸਾਲ ਬਹੁਤ ਜ਼ਿਆਦਾ ਟਾਈਮ ਨਹੀਂ ਸੀਗਾ ਉਦੋਂ ਕੰਪਨੀ ਕਿਹੜੇ ਵਾਲਾ ਜਿਸ ਟਾਈਮ ਤੇ ਤੁਸੀਂ ਚੁੱਪ ਕਰ ਚੁੱਕੇ ਸੀ ਜਦੋਂ ਤੁਸੀਂ ਨਿਰਾਸ਼ ਹੋ ਚੁੱਕੇ ਸੀ ਜਦੋਂ ਇੱਕ ਜਦੋਂ ਇੱਕ ਚੁੱਪੀ ਸਾਧਨ ਦਾ ਅੱਛਾ ਜਿਹੜਾ ਪਿਛਲਾ ਡਾਊਨਫਾਲ ਤੁਸੀਂ ਸਮਝ ਤੁਸੀਂ ਕਹਿੰਦੇ ਪਿਓ ਉਹਦੇ ਵਿੱਚ ਅਰੇ ਉਹਦੇ ਵਿੱਚ ਕੁਝ ਵੀ ਨਹੀਂ ਹੋਇਆ ਉਹਦੇ ਵਿੱਚ ਜਿਹੜੀਆਂ ਸਭ ਨੂੰ ਪਤਾ ਜਿਹੜੀਆਂ ਬਾਰ-ਬਾਰ ਗੱਲਾਂ ਵੀ ਨਹੀਂ ਕਰਦੇ ਚੰਗੇ ਲੱਗਦੇ ਨੋ ਨੋ ਆਮ ਨੋਟ ਟਾਕਿੰਗ ਅਬਾਊਟ ਥੈਟ ਆਪਾਂ ਨੂੰ ਪਤਾ ਹੈ ਇੱਕ ਡਾਊਨਫਾਲ ਆਇਆ ਉਹ ਵੀ ਤੁਸੀਂ ਦੱਸਤਾ ਵੀ ਕੀ ਰੀਜ਼ਨ ਬਣਿਆ ਉਸ ਟਾਈਮ ਤੇ ਕੰਪਨੀ ਵਾਲਿਆਂ ਦੀ ਗੱਲ ਕਰੀਏ ਜਾਂ ਆਪਣੀ ਇੰਡਸਟਰੀ ਦੀ ਗੱਲ ਕਰੀਏ ਕਿਉਂਕਿ ਇੱਕ ਸਾਡਾ ਮੈਂਬਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਲੁੱਕ ਗਿਆ ਹੈ ਜਾਂ ਕਹਿ ਲੋ ਕਿ ਕਿਤੇ ਨਾ ਕਿਤੇ ਬਹੁਤ ਪਿੱਛੇ ਚਲਾ ਗਿਆ ਹੈ ਜਾਂ ਹੈਨਾ ਘਰ 'ਚ ਵੀ ਕੋਈ ਮੈਂਬਰ ਰੋਸ ਕੇ ਸੋਫੇ ਤੇ ਬਹਿ ਜਾਏ ਨਾ ਤੇ ਉਹਨੂੰ ਉਠਾ ਕੇ ਪੁੱਛਿਆ ਜਾਂਦਾ ਵੀ ਕੀ ਹੋਇਆ ਹਮਤੂ ਰੁੱਸਿਆ ਕਿਉਂ ਕਿਉਂ ਨਹੀਂ ਹੋਇਆ ਇਦਾਂ 7 ਸਾਲ ਬੋਟਲੰਪਾਰਸ ਹੈ 7 ਮਹੀਨੇ ਲੰਘੇ ਇਹ ਇੱਕ ਸਾਲ ਨਹੀਂ ਗਾਇਕ ਕਿ 7 ਸਾਲ ਬਹੁਤ ਜ਼ਿਆਦਾ ਇਹਦਾ ਜਵਾਬ ਜਿਹੜੇ ਲੋਕ ਮਨਾਉਣ ਨਹੀਂ ਆਏ ਉਹਨਾਂ ਨੂੰ ਪਤਾ ਹੋਣਾ ਹੈ ਕਿਉਂ ਮਨਾਉਣ ਨਹੀਂ ਆਏ ਜਾਂ ਕੀ ਚੱਕਰ ਤੁਸੀਂ ਕਈਆਂ ਦੇ ਨਾਮ ਲੈ ਰਹੇ ਹੋ ਤੁਸੀਂ ਕਈਆਂ ਨੂੰ ਦੋਸਤ ਕਹਿ ਰਹੇ ਹੋ ਐਕਚੁਅਲੀ ਰਜਿੰਦਰ ਪਾਜੀ ਤਾਂ ਉਹ ਤੋਂ ਬਾਅਦ ਉਹ ਕੰਪਨੀ ਬੰਦ ਹੀ ਕਰ ਚੁੱਕੇ ਸੀ ਉਹਨਾਂ ਦੇ ਬੱਚਿਆਂ ਨੇ ਕਿ ਹੈਪੀ ਉਹਨਾਂ ਨੇ ਸਟਾਰਟ ਕੀਤਾ ਇੱਕ ਗਾਣਾ ਕੀਤਾ ਸੀ ਆਪਾਂ ਨਸ਼ਾ ਤੇਰੇ ਹੀ ਨਸ਼ੇ ਦੇ ਵਿੱਚ ਯਾਰਾ ਹਰ ਪਲ ਰਹਿਣੇ ਆ ਨਾ ਡਿਊਟ ਗਾਣਾ ਸੀਗਾ ਤੇ ਰੂਬੀ ਭੱਜ ਨੇ ਵੀ ਕੁਝ ਟਾਈਮ ਲਈ ਬੰਦ ਕੀਤਾ ਸੀ ਕਿਉਂਕਿ ਉੱਥੇ ਵੀ ਕੁਝ ਸਿਸਟਮ ਐਦਾਂ ਦੇ ਬਣੇ ਉਹਨਾਂ ਨੇ ਕੁਝ ਹੋਰ ਇੱਕ ਦੋ ਕੰਮ ਸਟਾਰਟ ਕਰ ਲਏ ਜੀ ਤੇ ਉਹ ਉਹਨਾਂ ਨੇ ਵੀ ਪਿੱਛੇ ਜੇ ਸਟਾਰਟ ਕੀਤਾ ਹੁਣ ਰਾਈਟ ਹੁਣ ਧਾਰਮਿਕ ਕਾਫੀ ਪ੍ਰੋਜੈਕਟ ਕੀਤੇ ਨੇ ਤੋਂ ਤੋਂ ਬਾਅਦ ਹੁਣ ਕਮਰਸ਼ੀਅਲ ਸ਼ੁਰੂ ਕਰਨਗੇ ਹਮ ਤੇ ਉਹ ਤੋਂ ਬਿਨਾਂ ਜਿਹੜੇ ਬਾਕੀ ਲੋਕ ਸੀ ਉੱਥੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਮੈਨੂੰ ਸਮਝਣ ਲੱਗੀ ਪਰ ਜਿਹੜੇ ਲੋਕਾਂ ਨੇ ਇਸ ਸਮੇਂ ਦੇ ਵਿੱਚ ਨਾਲ ਕਿਤੇ ਸਾਥ ਦਿੱਤਾ ਉਹਨਾਂ ਨਾਲ ਆਪਣੇ ਹੁਣ ਬਹੁਤ ਸਾਰੇ ਗਾਣੇ ਆਉਣਗੇ ਜਿਹੜੇ ਲੋਕ ਇਹਨਾਂ ਸਮਿਆਂ ਚ ਕਿਤੇ ਵੀ ਨਾਲ ਮਤਲਬ ਥੋੜਾ ਜਿਹਾ ਵੀ ਨਹੀਂ ਖੜੇ ਉਹਨਾਂ ਨੂੰ ਆਪਾਂ 게ਟਾਂ ਦੇ ਬਾਹਰ ਫਿਰ ਦੁਬਾਰਾ ਖੜਾਵਾਵਾਂਗੇ ਇੱਕ ਗਰੰਟੀ ਹੈ ਇਹ ਅੰਦਰ ਇੱਕ ਰੋਸ ਵੀ ਹੈ ਤੇ ਇੱਕ ਐਦਾਂ ਵੀ ਹਾਂ ਇਹਨਾਂ ਲੋਕਾਂ ਨੇ ਐਦਾਂ ਕੀਤਾ ਨਾ ਇਹਨਾਂ ਨੂੰ ਇੱਕ ਵਾਰ ਮਹਿਸੂਸ ਹੋ ਜ਼ਰੂਰ ਕਰਾਉਣਾ ਐਂਡ ਇਹੀ ਲੋਕ ਮੇਰੀ ਸਟਰੈਂਥ ਬਣ ਗਏ ਬਣਨ ਗਏ ਕਿ ਇਹਨਾਂ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਰਾਈਟ ਮੇਰੇ ਫੈਨ ਮੇਰੇ ਨਾਲ ਨੇ ਕੁਝ ਮੇਰੇ ਦੋਸਤ ਮੇਰੇ ਨਾਲ ਨੇ ਮੇਰਾ ਪਰਿਵਾਰ ਮੇਰੇ ਨਾਲ ਹੈ ਚੱਕ ਦੇ ਆਂਗੇ ਫਟੇ ਟੈਨਸ਼ਨ ਕੋਈ ਨਹੀਂ ਮੈਨੂੰ ਲੱਗਦਾ ਸਾਡੀ ਇੰਡਸਟਰੀ ਚੋਂ ਕੱਲਾ ਬੱਬੂ ਮੇਰੇ ਨਾਲ ਆ ਮੈਂ ਤਾਂ ਵੀ ਨਹੀਂ ਲਿਆ ਦੂ ਮੁੱਕ ਦੇਣੀ ਆਪਾਂ ਉਹ ਆਪਣੇ ਨਾਲ ਹਮੇਸ਼ਾ ਕਿਆ ਬਾਤ ਵਾਹਿਗੁਰੂ ਹਮੇਸ਼ਾ ਚੰਗੇ ਲੋਕਾਂ ਦਾ ਸਾਥ ਬਣਾਏ ਰੱਖੇ ਰਾਜਪਰਾਟ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ ਵੀ ਜਦੋਂ ਉਹਨਾਂ ਦਾ ਮਨ ਭਾਰੀ ਹੁੰਦਾ ਸੀਗਾ ਜਦੋਂ ਉਹਨਾਂ ਦਾ ਮਨ ਪਰੇਸ਼ਾਨ ਹੁੰਦਾ ਸੀਗਾ ਤੇ ਮੱਛੇਰੋ ਵਾਲੇ ਹੋ ਗਏ ਆ ਤੁਹਾਨੂੰ ਫੋਨ ਕਰਦੇ ਸੀ ਵੀ ਆਇਓ ਤੁਸੀਂ ਕਾਰ ਚ ਗੇੜੀਆਂ ਲਾਉਂਦੇ ਸੀ ਮਨ ਹਲਕੇ ਕਰਦੇ ਸੀ ਨਿੱਕੂ ਦਾ ਮਨ ਜਦੋਂ ਬਹੁਤ ਭਾਰਾ ਹੁੰਦਾ ਨਿੱਕੂ ਦਾ ਫੋਨ ਕਿੰਨੂੰ ਜਾਂਦਾ ਹੈ ਕਿ ਭਾਈ ਮੈਂ ਬਹੁਤ ਜ਼ਿਆਦਾ ਇਸ ਟਾਈਮ ਪਰੇਸ਼ਾਨ ਆ ਮੈਂ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦਾ ਜਾਂ ਮੇਰਾ ਵੀ ਮਨ ਹੌਲਾ ਕਰਨ ਦਾ ਦਿਲ ਹੈ ਮੇਛੇਰੋ ਤੋਂ ਰੈਣਾ ਸਭ ਗੁਰੂਦਰ ਜਨਾ ਅੱਛਾ ਜੀ ਜਦੋਂ ਮੈਨੂੰ ਇਦਾਂ ਲੱਗਦਾ ਫਿਰ ਮੈਂ ਗੁਰਦਰਸਬ ਜਾ ਕੇ ਸੇਵਾ ਕਰਨ ਪਹੁੰਚਣ ਨਾ ਤੇ ਹੂੰ ਤੇ ਉੱਥੇ ਹੀ ਸਮਾਂ ਬਤੀਤ ਕਰਦੇ ਆ ਤੇ ਪਰਿਵਾਰ ਦੇ ਮੈਂਬਰਾਂ ਨਾਲ ਲੈ ਕੇ ਉੱਥੇ ਗਏ ਸਾਰਾ ਦਿਨ ਨਿਕਲਿਆ ਜਦੋਂ ਮਨ ਸ਼ਾਂਤ ਹੋ ਗਿਆ ਫਿਰ ਵਾਪਸ ਕਰਨ ਨੂੰ ਆ ਗਏ ਹੋਰ ਆਪਾਂ ਕੁਝ ਨਹੀਂ ਕਰਦੇ ਸੀ اچھا ਤੁਸੀਂ ਗੱਲ ਕੀਤੀ ਅੰਗਰੇਜ਼ ਵਾਲੀ ਜੀ ਦੀ ਰਵਿੰਦਰ ਗਰੇਵਾਲ ਜੀ ਹੋ ਗਏ ਹੈਨਾ ਸੁਖਵਿੰਦਰ ਸੁਖੀ ਜੀ ਹੋ ਗਏ ਸੋ ਇੱਕ ਟਾਈਮ ਤੇ ਟੀਸੀ ਤੇ ਸੀਗੇ ਸਾਰੇ ਦੇ ਸਾਰੇ ਹੈਨਾ ਗਾਣੇ ਅੱਜ ਵੀ ਉਹਨਾਂ ਹੀ ਪਿਆਰ ਕੀਤਾ ਜਾਂਦਾ ਹੈ ਗੀਤਾਂ ਨੂੰ ਹੈਨਾ ਅਬ ਨਿੱਕੂ ਜੀ ਤੁਹਾਨੂੰ ਕੀ ਲੱਗਦਾ ਕਿ ਬਿਨਾਂ ਸ਼ੱਕ ਟ੍ਰੈਂਡ ਚੇਂਜ ਹੁੰਦਾ ਹੈ ਬਿਨਾਂ ਸ਼ੱਕ ਟੇਸਟ ਚੇਂਜ ਹੁੰਦਾ ਹੈ ਸਟਾਈਲ ਚੇਂਜ ਹੁੰਦਾ ਹੈ ਪਰ ਕਿੱਥੇ ਪ੍ਰੋਬਲਮ ਆ ਗਈ ਹੈ ਕਿ ਅੱਜ ਜਦੋਂ ਗੀਤ ਆ ਰਹੇ ਨੇ 뮤직 ਸੁਣਨ ਨੂੰ ਮਿਲ ਰਿਹਾ ਹੈ ਲੇਕਿਨ ਫਿਰ ਵੀ ਆਡੀਅנס ਵੱਲੋਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਹੈ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇਹ ਸਭ ਚੀਜ਼ਾਂ ਜਦੋਂ ਜਦੋਂ ਚੇਂਜ ਆਉਂਦਾ ਪ੍ਰਕਿਰਤੀ ਦੇ ਵਿੱਚ ਹੂੰ ਜਿਵੇਂ ਕਹਿੰਦੇ ਉਹਨੇ ਜਦੋਂ ਬਹੁਤ ਨੇਰੀਆਂ ਚਲਦੀਆਂ ਹੋਣ ਜੀ ਜਿਹੜੇ ਰੁੱਖ ਝੁੱਕ ਜਾਂਦੇ ਨੇ ਉਹ ਬਚ ਜਾਂਦੇ ਨੇ ਤੇ ਬਾਕੀ ਜਿਹੜਾ ਚੁਪਟੇ ਜਾਂਦੇ ਨੇ ਜੀ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਹੁਣ ਮੇਰੇ ਵੱਲ ਉਂਗਲ ਕਰਦੇ ਹੋ ਜਿਹੜਾ ਸਮਾਂ ਚੱਲ ਰਿਹਾ ਪਿਛਲਾ ਸਮਾਂ ਆਪਾਂ ਜੋ ਦੇਖਿਆ ਜਿਹਦੇ ਵਿੱਚ ਨਵੇਂ ਬੱਚੇ ਬਹੁਤ ਆਏ ਗਾਣਿਆਂ ਦਾ ਮਿਊਜ਼ਿਕ ਦਾ ਸਟਾਈਲ ਚੇਂਜ ਹੋਇਆ ਵਰਡਿੰਗ ਦਾ ਸਟਾਈਲ ਚੇਂਜ ਹੋਇਆ ਇਹ ਕਿੰਨੇ ਪੁਰਾਣੇ ਸਾਡੇ ਆਰਟਿਸਟ ਨੇ ਕਿੱਥੇ ਨੇ ਸਾਰੇ ਹਮ ਕਿਉਂਕਿ ਸਭ ਨੂੰ ਪਤਾ ਕਿ ਜਿਹੜਾ ਆ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਇਹ ਸਾਤੋਂ ਹੋਣੀਆਂ ਨਹੀਂ ਬਿਲਕੁਲ ਅਸੀਂ ਆਪਣਾ ਤੇ ਆਪਣਾ ਵਿਰਸਾ ਆਪਣਾ ਕਲਚਰ ਨਹੀਂ ਛੱਡ ਸਕਦੇ ਸੋ ਇਹ ਤੋਂ ਬੈਟਰ ਆ ਥੋੜੀ ਦੇਰ ਲਈ ਆਪਾਂ ਚੁੱਪ ਕਰਕੇ ਸਾਈਡ ਤੇ ਬੈਠ ਜਾਈਏ ਇਹ ਜਦੋਂ ਹਨੇਰੀ ਨਿਕਲ ਜੂਗੀ ਆਪਾਂ ਫਿਰ ਆਪਣੇ ਕਲਚਰ ਨੂੰ ਫਿਰ ਦੁਬਾਰਾ ਪ੍ਰਮੋਟ ਕਰਾਂਗੇ ਕਿਉਂਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆਂ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਅਸੀਂ ਪ੍ਰਣ ਕੀਤਾ ਹੋਇਆ ਸੋ ਅਸੀਂ ਐ ਜਿਹੀਆਂ ਕੋਤਾਈਆਂ ਨਹੀਂ ਕਰ ਸਕਦੇ ਜਿਨ੍ਹਾਂ ਨਾਲ ਸਾਡੀ ਆਡੀਅנס ਸਾਨੂੰ ਪਿਆਰ ਕਰਨ ਵਾਲੇ ਕਿਤਨਾ ਕਿਤੇ ਸਤੋਂ ਨਿਰਾਸ਼ ਹੋਣ ਸੋ ਅਸੀਂ ਆਪਣੀਆਂ ਚੀਜ਼ਾਂ ਦੇ ਨਾਲ ਹੀ ਵਾਪਸ ਆਵਾਂਗੇ ਹੁਣ ਮੇਰਾ ਗਾਣਾ ਆ ਰਿਹਾ ਆਹ ਜ਼ਿੰਦਗੀ ਐ ਮੇਰੀ ਯਾਰਾ ਮੇਰੇਆ ਜ਼ਿੰਦਗੀ ਤੇ ਹੱਕ ਸਭ ਤੇਰੇ ਨੇ ਤੇਰੀ ਮਰਜ਼ੀ ਦੇ ਨਾਲ ਪੂਰੇ ਕਰਨੇ ਨਿੱਕੇ ਨਿੱਕੇ ਖ਼واب ਚੰਨਾ ਮੇਰੇ ਨੇ ਤੈਨੂੰ ਤੱਕ ਕੇ ਮੈਂ ਸਭ ਭੁੱਲ ਜਾਨੀਆਂ ਤੈਨੂੰ ਤੱਕ ਕੇ ਮੈਂ ਸਭ ਭੁੱਲ ਜਾਨੀਆਂ ਤੂੰ ਨਹੀਂ ਜਾਣਦਾ ਤੂੰ ਬਣ ਗਿਆ ਫਤੂਰ ਕੁੜੀ ਦਾ ਤੈਨੂੰ ਪਾਗਲਾ ਏ ਪਿਆਰ ਬੇਸ਼ੁਮਾਰ ਕਰਦੀ ਇਹ ਤੋਂ ਵੱਧ ਕੋਈ ਨਕਸੂਰ ਕੁੜੀ ਦਾ ਤੈਨੂੰ ਪਾਗਲਾ ਏ ਪਿਆਰ ਬੇਸ਼ੁਮਾਰ ਕਰਦੀ ਇਹ ਤੋਂ ਵੱਧ ਕੋਈ ਨਕਸੂਰ ਕੁੜੀ ਦਾ ਬਸ ਇਹਨਾ ਸੋਹਣਾ ਕਸੂਰ ਕੁੜੀ ਦਾ ਇਹ ਜਦੋਂ ਸਟਾਰਟ ਆ ਵੀ ਉਹ ਹੀ ਚੀਜ਼ਾਂ ਫਿਰ ਵਾਪਸ ਆ ਜਾਂਦੀਆਂ ਆ ਤੁਹਾਡੀ ਗੱਲ ਤਾਂ ਮੈਨੂੰ ਯਾਦ ਆਇਆ ਅੰਗਰੇਜ਼ ਜਲੀ ਜੀ ਨਾਲ ਜਦੋਂ ਗੱਲ ਹੋਈ ਨਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਅ ਅਸੀਂ ਸਿਰਫ ਇੱਕ ਵਕਤ ਦੀ ਉਹ ਡੀ ਕਰ ਰਹੇ ਹਾਂ ਕਿਉਂਕਿ ਹਰ 10 ਸਾਲਾਂ ਤੋਂ ਬਾਅਦ ਜਿਹੜਾ ਹੈ ਉਹ ਸਮਾਂ ਬਦਲਦਾ ਵਕਤ ਦੀ ਵੀ ਉਹ ਡੀ ਕਰਨ ਦੀ ਲੋੜ ਨਹੀਂ ਸਾਨੂੰ ਸਾਨੂੰ ਸਿਰਫ ਜਿਹੜੀ ਇਹ ਨੇਰੀ ਚੱਲਦੀ ਐ ਅਸੀਂ ਉਹ ਨੇਰੀ ਤੋਂ ਬਚਣ ਲਈ ਸਾਈਡ ਤੇ ਬੈਠੇ ਆ ਲੇਕਿਨ ਇਹ ਨਹੀਂ ਕਿ ਅੰਦਰ ਸਾਡੇ ਜਨੂਨ ਨਹੀਂ ਜਾਂ ਸਾਨੂੰ ਗੌਣਾ ਭੁੱਲ ਗਿਆ ਜਾਂ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਜੀ ਕਈ ਵਾਰ ਜ਼ਿੰਦਗੀ ਚ ਆਉਂਦੀਆਂ ਨੇ ਪ੍ਰੋਬਲਮਸ ਐਸੀਆਂ ਕਿ ਜਿੱਥੇ ਸਾਨੂੰ ਬੜੀਆਂ ਚੀਜ਼ਾਂ ਸਾ ਤੋਂ ਹਰ ਬੰਦੇ ਨੂੰ ਪੈਸੇ ਦੀ ਵੀ ਪ੍ਰੋਬਲਮ ਪੈਂਦੀ ਹੈ ਕਿਉਂਕਿ ਜਦ ਦੀ ਨੋਟਬੰਦੀ ਆਈ ਹੈ بڑے ਲੋਕ ਪੈਸੇ ਕਰਕੇ ਵੀ ਓਕੇ ਹੋਏ ਨੇ ਜੀ ਜਦੋਂ ਕੋਲੇ ਪੈਸਾ ਖੁੱਲਾ ਪਿਆ ਬੰਦਾ ਕੁਝ ਵੀ ਕਰ ਸਕਦਾ ਹੁਣ ਜਦੋਂ ਵਾਪਸ ਸਾਡੇ ਕੋਲ ਫੇਰ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਹੁਣ ਫਿਰ ਨੇ ਰੀਲ ਲਾਵਾਂਗੇ ਅ ਕਿਉਂਕਿ ਤੁਸੀਂ ਬਹੁਤ ਕੁਝ ਹੰਡ ਆਇਆ ਹੈ ਇੰਡਸਟਰੀ ਜਿਸ ਦੀ ਜੀ ਗੱਲ ਕਰੀਏ ਪ੍ਰੋਫੈਸ਼ਨਲੀ ਹੈ ਨਾ ਤੇ ਅ ਅਸੀਂ ਦੇਖਦੇ ਹਾਂ ਕਿ ਸਟੇਜ ਸ਼ੋਅ ਦੇ ਪੁਰਾਣੇ ਖੋਲ ਕੇ ਵੇਖੀਏ ਤੇ ਆਪਾਂ ਦੇਖਦੇ ਹਾਂ ਕਿ ਤੁਸੀਂ ਕਿੰਨੇ ਕਲਾਕਾਰ ਖੜੇ ਹੋ ਆਪਸ ਦੇ ਵਿੱਚ ਇੱਕ ਦੂਜੇ ਨੂੰ ਅੱਗੇ ਬੁਲਾ ਰਹੇ ਹੋ ਵੀ ਹੈਨਾ ਮਾਨ ਦੇ ਰਹੇ ਹੋ ਸਨਮਾਨ ਦੇ ਰਹੇ ਹੋ ਲੇਕਿਨ ਅੱਜ ਜੇ ਤੁਸੀਂ ਕਿਸੇ ਸਟੇਜ ਸ਼ੋਅ ਦੇ ਟਾਈਮ ਤੇ ਮੌਜੂਦ ਹੋ ਅੱਜ ਕੱਲ ਦੇ ਕਲਾਕਾਰਾਂ ਦੀ ਜੇ ਗੱਲ ਕਰੀਏ ਬਿਲਕੁਲ ਨਿਊ ਜਨਰੇਸ਼ਨ ਦੀ ਗੱਲ ਕਰੀਏ ਉਹ ਵਾਰਮ ਵੈਲਕਮ ਮਿਲਦਾ ਹੈ ਨਿਕੋ ਜੀ ਕੋਈ ਖੜ ਕੇ ਇਦਾਂ ਬੁਲਾ ਕੇ ਪ੍ਰੋਪਰ ਨਹੀਂ ਮੈਨੂੰ ਇਹ ਲੱਗਦਾ ਕਿ ਇਹ ਆਪਣੀ ਸ਼ਾਇਦ ਕਿਤੇ ਵਹਿਮ ਹੈ ਜਾਂ ਅਸੀਂ ਕੁਝ ਸਾਡੀ ਸਭ ਦੀ ਕਾਦਤ ਹੈ ਕਿ ਅਸੀਂ ਜਿਵੇਂ ਮੂੰਹ ਦੇ ਵਿੱਚ ਸਾਡੇ ਕੋਈ ਦੰਦ ਟੁੱਟ ਜੇ ਨਾ ਕਿਸੇ ਦੇ ਛੋਟੇ ਬੱਚਿਆਂ ਦੇ ਦੇਖੋ ਕਈ ਵਾਰ ਸਾਡੀ ਜੀਭ ਉੱਥੇ ਰਹਿੰਦੀ ਜਿਹੜਾ ਦੰਦ ਟੁੱਟ ਜਾਂਦਾ ਅਸੀਂ ਉਹਦੇ ਬਾਰੇ ਸੋਚਦੇ ਰਹਿੰਦੇ ਆ ਕਿ ਆ ਦੰਦ ਟੁੱਟ ਗਿਆ ਇਥੋਂ ਜੀਭ ਉੱਥੇ ਬਾਰ-ਬਾਰ ਜਾਂਦੀ ਹੈ ਸਾਡਾ ਸਾਡੀ ਫਿਤਰਤ ਹੋ ਚੁੱਕੀ ਹੈ ਇਨਸਾਨਾਂ ਦੀ ਕਿ ਅਸੀਂ 네ਗਟਿਵਿਟੀ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਮਾਰਕੀਟ 'ਚ ਕੋਈ 네ਗਟਿਵ ਨਿਊਜ਼ ਆਉਂਦੀ ਆ ਉਹਨੂੰ ਭੱਜ ਕੇ ਫੜਦੇ ਆ ਚੰਗੀਆਂ ਚੀਜ਼ਾਂ ਨੂੰ ਅਸੀਂ ਘੱਟ ਛੇਤੀ ਉਹਨਾਂ ਤੱਕ ਪਹੁੰਚਦੇ ਆ ਕੋਈ ਚੰਗੀ ਗੱਲ ਕਰ ਰਿਹਾ ਸੀ ਕਹਿੰਦਾ ਯਾਰ ਕੋਈ ਨਾ ਇਹ ਤਾਂ ਸਾਨੂੰ ਪਤਾ ਹੈ ਕੋਈ ਮੰਦੀ ਗੱਲ ਕਰਦਾ ਕੋਈ ਬੁਰੀ ਗੱਲ ਕਰਦਾ ਅਸੀਂ ਆਹ ਸੁਣੀ ਗੱਲ ਨਾਲ 10 ਬੰਦੇ ਨੂੰ ਅਸੀਂ ਹੋਰ ਦੱਸਦੇ ਆ ਜੀ ਮੈਨੂੰ ਲੱਗਦਾ ਕਿ ਜਿਹੜੀ ਹੁਣ ਦੀ ਜਨਰੇਸ਼ਨ ਦੇ ਬੱਚੇ ਨੇ ਇਹਨਾਂ ਦੇ ਵਿੱਚ ਵੀ ਓਨਾ ਹੀ ਪਿਆਰ ਹੈ ਮੈਂ ਬੜੇ ਆਰਟਿਸਟ ਦੇਖੇ ਨੇ ਜਿਹੜੇ ਇਸ ਚੀਜ਼ਾਂ ਦੇ ਇਕੱਠੇ ਹੁੰਦੇ ਨੇ ਇੱਕ ਦੂਸਰੇ ਨੂੰ ਕਹਿੰਦੇ ਤੂੰ ਆ ਪਹਿਲਾਂ ਗਾਣਾ ਤੂੰ ਗਾ ਤੂੰ ਪਹਿਲਾਂ ਗਾ ਮੈਂ ਤੇਰੇ ਤੋਂ ਬਾਅਦ ਗਾਉਂਗਾ ਬੜੇ ਹੋਣ ਆਰਟਿਸਟ ਦੇਖਦੇ ਆ ਜੀ ਬੜੇ ਆਰਟਿਸਟ ਇਸਾਂ ਤੇ ਵਿਆਹਾਂ ਤੇ ਵੀ ਮੈਂ ਇਕੱਠੇ ਦੇਖੇ ਨੇ ਹੂੰ ਤੇ ਤੁਸੀਂ ਆਪਸ ਦੇ ਉਹਨਾਂ ਆਰਟਿਸਟ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਇੱਕ ਗੈਪ ਤੋਂ ਬਾਅਦ ਜਿਹੜਾ ਇੱਕ ਮੈਂ ਮੈਂ ਤਾਂ ਗੱਲ ਕਰ ਰਹੇ ਜਿਹੜੇ ਹੁਣ ਦੇ ਬੱਚੇ ਆਪਾਂ ਕਈ ਵਾਰ ਕਹਿੰਦੇ ਨੇ ਕਿ ਹੁਣ ਦੇ ਬੱਚੇ ਓਦਾਂ ਨਹੀਂ ਕਰਦੇ ਹੁਣ ਦੇ ਜਿਹੜੇ ਆਰਟਿਸਟ ਨੇ ਉਹ ਵੀ ਇੰਨੇ ਪਿਆਰ ਨਾਲ ਹੀ ਰੰਦੇ ਨੇ ਫਿਰ ਫਰਕ ਕਿੱਥੇ ਹੈ ਮੈਨੂੰ ਤਾਂ ਕਿਤੇ ਨਹੀਂ ਫਰਕ ਮਹਿਸੂਸ ਹੁੰਦਾ ਮੈਂ ਹੁਣ ਜਿੰਨੇ ਨਵੇਂ ਆਰਟਿਸਟ ਮਿਲੇ ਨੇ ਕਿੰਨੇ ਮਿਲਦੇ ਨੇ ਗੁਰਨਾਮ ਬਹੁਤ ਵਾਰ ਮਿਲਿਆ ਐਮੀ ਹੁਣੀ ਬਹੁਤ ਵਾਰ ਮਿਲੇ ਨੇ ਹੋਰ ਜਿੰਨੇ ਮੁੰਡਿਆ ਨਵੇਂ ਕੁਲਵਿੰਦਰ ਵਿਲਾ ਮਿਲਦਾ ਰਹਿੰਦਾ ਜਿੰਨੇ ਆਰਟਿਸਟ ਨਵੇਂ ਨੇ ਸਾਰੇ ਮਿਲਦੇ ਨੇ ਐਂ ਪਿਆਰ ਨਾ ਮਿਲਦੇ ਨੇ ਓਕੇ ਤੇ ਇੱਕ ਪਾਸੇ ਕੀ ਆ ਜਾਂਦਾ ਮਿਆਰ ਉੱਚਾ ਜਾ ਰਿਹਾ ਦੂਜੇ ਪਾਸੇ ਕਹਿੰਦੇ ਆ ਵੀ ਮਿਆਰ ਨੀਵਾ ਜਾ ਰਿਹਾ ਇੱਕ ਪਾਸੇ ਕੀ ਆ ਜਾਂਦਾ ਇੱਕਾ ਬਹੁਤ ਜਾਂਦਾ ਦੂਜੇ ਪਾਸੇ ਕੀ ਆ ਜਾਂਦਾ ਕਿ ਇੱਕੇ ਦੀ ਕਿਤੇ ਨਾ ਕਿਤੇ ਘਾਟ ਹੈ ਇੱਕ ਪਾਸੇ ਕੀ ਆ ਜਾਂਦਾ ਨਵਾਂ ਜ਼ਮਾਨਾ ਪਿਛਲਿਆਂ ਵਰਗਾ ਨਹੀਂਗਾ ਕਿਉਂਕਿ ਪੁਰਾਣੇ ਕਲਾਕਾਰ ਜਿਹੜੇ ਨੇ ਉਹ ਆਪਣੇ ਕੰਮ ਵੱਲ ਜ਼ਿਆਦਾ ਸੀਗੇ ਕੰਪੀਟੀਸ਼ਨ ਨਹੀਂ ਸੀ ਅੱਜ ਕੰਪੀਟੀਸ਼ਨ ਬਹੁਤ ਆ ਗਿਆ ਆਈ ਐਮ ਇੰਨੇ ਸਾਰੇ ਇੰਨੇ ਸਾਰੇ ਕਨਫਿਊਜਨਸ ਕਿਉਂ ਨੇ ਫਿਰ ਮੈਂ ਮੈਨੂੰ ਸੱਚੀ ਸੱਚ ਪੁੱਛੋ ਇਦਾਂ ਲੱਗਦਾ ਹੈ ਕਿ ਜਿਵੇਂ ਪਹਿਲਾਂ ਕੀ ਸੀ ਕਿ ਗਾਣਾ ਆਇਆ ਜੀ ਗਾਣਾ ਦੂਰਦਰਸ਼ਨ ਤੇ ਜਾਂ ਕਿਸੇ ਚੈਨਲ ਤੇ ਚੱਲਿਆ ਜੀ ਤੇ ਪੂਰੀ ਦੁਨੀਆ ਨੂੰ ਪਤਾ ਹੈ ਹਮ ਹੁਣ ਕੀ ਹੈ ਟੀਵੀ ਤੇ ਗਾਣਾ ਚੱਲਦਾ ਨਹੀਂ ਚੱਲਦਾ ਕਿਤੇ ਹੋਰ ਜਾਂਦਾ ਨਹੀਂ ਜਾਂਦਾ ਸੋਸ਼ਲ ਮੀਡੀਆ ਤੇ ਜੇ ਗਾਣਾ ਹਿੱਟ ਨਹੀਂ ਹੈਗਾ ਤੇ ਐਂ ਲੱਗਦਾ ਗਾਣਾ ਹੱਟੇ ਨਹੀਂ ਸੋਸ਼ਲ ਮੀਡੀਆ ਤੇ ਹਰ ਬੰਦਾ ਜਿਹੜਾ ਇੱਕ ਪ੍ਰੋਪਰ ਰਿਸਪੈਕਟ ਵਾਲਾ ਪੱਤਰਕਾਰ ਪ੍ਰੈਸ ਰਿਪੋਰਟਰ ਜਾਂ ਕੋਈ ਚੰਗੀ ਗੱਲ ਕਰਨ ਵਾਲਾ ਬੰਦਾ ਗੱਲ ਕਰਦਾ ਸੀ ਅੱਜ ਉਹ ਹਰ ਬੰਦਾ ਗੱਲ ਕਰ ਰਿਹਾ ਜਿਸ ਬੰਦੇ ਨੂੰ ਨੌਲੇਜ ਨਹੀਂ ਉਹ ਵੀ ਕਮੈਂਟ ਕਰ ਰਿਹਾ ਹੂੰ ਕਿੰਨਾ ਕਿਤੇ ਕਨਫਿਊਜ਼ਨ ਜਿਹੜੀ ਹੈ ਕੁਝ ਉਹ ਜਿਹੜੇ ਕੁਝ ਬੇਵਕੂਫ ਲੋਕ ਕਿਉਂਕਿ ਲਿਮਿਟਿਡ ਲਿਮਿਟਿਡ ਕਿਉਂਕਿ ਦੁਨੀਆ ਇੰਨੀ ਸਿਆਣੀ ਆ ਪਿਆਰ ਕਰਨ ਵਾਲੇ ਇੰਨੇ ਸਿਆਣੇ ਨੇ ਹਰ ਵਰਗ ਦੇ ਲੋਕਾਂ ਨੂੰ ਪਿਆਰ ਕੀਤਾ ਹੈ ਲੋਕਾਂ ਨੇ ਜੀ ਹਰ ਹਰ ਬੰਦੇ ਨੂੰ ਸੁਣਦੇ ਨੇ ਹਰ ਬੰਦੇ ਦਾ ਗਾਣਾ ਸੁਣ ਕੇ ਦੱਸਦੇ ਨੇ ਕਿ ਆ ਗਾਣਾ ਚੰਗਾ ਤੇ ਆ ਮੰਦਾ ਇਹ ਬਹੁਤ ਬਹੁਤ ਨੌਲੇਜ ਆ ਪੂਰੀ ਦੁਨੀਆ ਨੂੰ ਲੇਕਿਨ ਕੁਝ ਬੰਦੇ ਐਸੇ ਨੇ ਜਿਨ੍ਹਾਂ ਨੇ ਸਿਰਫ ਜਿਵੇਂ ਮਦਾਰੀ ਦਾ ਤਮਾਸ਼ਾ ਨਹੀਂ ਦੇਖਦੇ ਵੀ ਪੈਸਾ ਸਿੱਟਿਆ ਇੱਕ ਟਪੂਸੀ ਹੋਰ ਮਰਵਾਈ ਬੰਦਰ ਦੀ ਅੱਜ ਕੱਲ ਲੋਕ ਕੁਝ ਲੋਕ ਉਹ ਕਰਦੇ ਪਏ ਨੇ ਕਿ ਆ ਸਿੱਧੂ ਨੇ ਆ ਕਹਿਤਾ ਬੱਬੂ ਦੇ ਫੈਨਸ ਨੇ ਆ ਕਹਿਤਾ ਆਤਮ ਕੇ ਨੇ ਆ ਕਹਿਤਾ ਨਾਮ ਲੈ ਲੈ ਕੇ ਦ ਬੇਵਜਾ ਕਰਦੇ ਨੇ ਇਨ ਇਹਨਾਂ ਨਾਲ ਉਹ ਕੁਝ ਲੋਕਾਂ ਕਰਕੇ ਅੱਗੇ ਦੀ ਅੱਗੇ ਕੁਝ ਹੋਰ ਲੋਕ ਜੁੜ ਕੇ ਜਨ ਜਿਹੜੇ ਕਈ ਵਾਰ ਗੱਲਾਂ 'ਚ ਆਉਣ ਵਾਲੇ ਲੋਕ ਸਵਾਦ ਲੈਣ ਆ ਸਿਰਫ ਸੋ ਫਿਰ ਮੁੜ ਕੇ ਆ ਜਾਂਦੇ ਨੇ ਤੀਜੀ ਕੈਟਾਗਰੀ ਜਿਹੜੇ ਸਵਾਦ ਲੈਂਦੇ ਨੇ ਜੀ ਕਿ ਦੇਖਦੇ ਆ ਕੀ ਕਰਦੇ ਨੇ ਹੂੰ ਉਹਦੇ ਕਰਕੇ ਕਿਤੇ ਨਾ ਕਿਤੇ ਆ ਕਨਫਿਊਜ਼ਨ ਹੋ ਸਕਦੀ ਆ ਅਦਰਵਾਇਜ਼ ਤਾਂ ਸਾਡੇ ਆਰਟਿਸਟਾਂ 'ਚ ਸਾਰਿਆਂ 'ਚ ਪਿਆਰ ਬਹੁਤ ਹੁੰਦਾ ਜਿਵੇਂ ਇੱਕ ਪਰਿਵਾਰ ਦੇ ਵਿੱਚ ਵੀ ਇੱਕ ਅਧਾ ਜੀਤਾ ਐਸਾ ਹੁੰਦਾ ਨਾ ਜਿਹਦੀ ਸੋਚ ਬਾਕੀਆਂ ਨਾਲ ਮੈਚ ਨਹੀਂ ਹੁੰਦੀ ਜੀ ਸਾਡੇ ਆਰਟਿਸਟਾਂ 'ਚ ਵੀ ਕੋਈ ਨਾ ਕੋਈ ਹੋ ਸਕਦਾ ਐਦਾਂ ਪੋਸਿਬਿਲਿਟੀ ਹੈ ਉਹਦੇ ਕਰਕੇ ਇੱਕ ਅਧੇ ਆਰਟਿਸਟ ਕਰਕੇ ਸਾਰੇ ਆਰਟਿਸਟਾਂ ਨੂੰ ਗਲਤ ਕਹਿਣਾ ਜਾਂ ਇਹ ਕਹਿਣਾ ਕਿ ਨਮਿਆਂ ਦੇ ਵਿੱਚ ਆ ਅੱਜ ਚੱਲਦਾ ਪ੍ਰਾਣਿਆਂ ਚ ਆ ਚੱਲਦਾ ਜੈਲਸੀ ਫੈਕਟਰ ਵੀ ਹਰ ਵਰਗ ਦੇ ਵਿੱਚ ਆ ਨਮਿਆਂ ਚ ਵੀ ਹੋਣਾ ਪ੍ਰਾਣਿਆਂ ਚ ਵੀ ਹੋਣਾ ਸੋ ਇਸ ਕਰਕੇ ਕਨਫਿਊਜ਼ਨ ਕੁਝ ਬੰਦਿਆਂ ਦੀ ਕ੍ਰੀਏਟ ਕੀਤੀ ਹੈ ਹੋਰ ਕੁਝ ਨਹੀਂ ਹੈ ਬਟ ਨਹੀਂ ਥੈਂਕ ਯੂ ਸੋ ਵੈਰੀ ਮਚ ਕਿਉਂਕਿ ਤੁਹਾਡੇ ਜਵਾਬ ਵਾਕਈ ਬਹੁਤ ਸੋਹਣਾ ਹੈ ਕਿ ਕਲਾਕਾਰਾਂ ਦੇ ਵਿੱਚ ਇੰਨੀ ਆਪਸੀ ਪ੍ਰੋਬਲਮ ਹੈ ਨਹੀਂ ਜਿੰਨੀ ਬਾਹਰੋਂ ਫੈਲਾਈ ਜਾ ਰਹੀ ਤੇ ਦਿਖਾਈ ਜਾ ਰਹੀ ਹੈ ਅਸੀਂ ਜਦੋਂ ਕਿਤੇ ਮਿਲਦੇ ਹਾਂ ਹੁਣ ਤੁਸੀਂ ਰੋਜ਼ ਰੂਟੀਨ ਦੇ ਵਿੱਚ ਦੇਖੋ ਸੋਸ਼ਲ ਮੀਡੀਆ ਤੇ ਕਿੰਨੇ ਆਰਟਿਸਟਾਂ ਦੇ ਕੱਟ ਦੇ ਵਿੱਚ ਬਹੁਤ ਸਾਰੇ ਆਰਟਿਸਟ ਇਕੱਠੇ ਹੁੰਦੇ ਨੇ ਹੁਣ ਗਿੱਪੀ ਦੇ ਘਰੇ ਮੁੰਡੇ ਦੀ ਲੋੜੀ ਤੇ ਕਿੰਨੇ ਆਰਟਿਸਟ ਇਕੱਠੇ ਹੋਏ ਨੇ ਤੁਹਾਨੂੰ ਲੱਗਦਾ ਉੱਥੇ ਪੁਰਾਣੇ ਵੀ ਸੀ ਉੱਥੇ ਨਵੇਂ ਵੀ ਸੀ ਵੀ ਉੱਥੇ ਕੋਈ ਤੁਹਾਨੂੰ ਕਿਤੇ ਪਿਆਰ ਚ ਕਮੀ ਦਿਖੀ ਬਿਲਕੁਲ ਉੱਥੇ ਗੁਰਦਾਸਪਾ ਜੀ ਵੀ ਗਾ ਰਹੇ ਸੀ ਸਿੱਧੂ ਵੀ ਗਾ ਰਿਹਾ ਉੱਥੇ ਬਾਕੀ ਵੀ ਗਾ ਰਹੇ ਨੇ ਰਾਈਟ ਮਾਨ ਸਾਹਿਬ ਨੇ ਬਹੁਤ ਮਤਲਬ ਉਹਨਾਂ ਨੂੰ ਅੱਛਾ ਲੱਗਿਆ ਉਸ ਫਾਰਮ ਦੇ ਵਿੱਚ ਦੁਬਾਰਾ ਤੋਂ ਦੇਖ ਕੇ ਕੁਲਵਿੰਦਰ ਵਿਲਾ ਉੱਥੇ ਬੱਬੂ ਉਹਨਾਂ ਦਾ ਗਾਣਾ ਗਾਈ ਜਾਂਦਾ ਰਾਈਟ ਹੁਣ ਇੱਥੇ ਕਿੱਥੇ ਕਮੀ ਆ ਤੁਹਾਨੂੰ ਉਹ ਪਿਆਰ ਚ ਕਿੱਥੇ ਲੱਗਦੀ ਹੈ ਵੀ ਕਮੀ ਹੈ ਓਏ ਜੀ ਬਿਲਕੁਲ ਮਾਨ ਸਾਹਿਬ ਦੀ ਗੱਲ ਹੋਈ ਹੈ ਮਾਨ ਸਾਹਿਬ ਦੇ ਇੱਕ ਗੀਤ ਦੀ ਜਿੱਥੋਂ ਸ਼ੁਰੂਆਤ ਹੀ ਹੋਈ ਹੈ ਇਸ ਇੰਟਰਵਿਊ ਦੀ ਤੁਹਾਡੀ ਉਹਨਾਂ ਦੇ ਨਾਲ ਇੱਕ ਹੈਨਾ ਕਨਵਰਸੇਸ਼ਨ ਹੋਈ ਕੋਈ ਇੱਕ ਯਾਦ ਸਾਂਝੀ ਕਰੂਗੇ ਸਾਡੇ ਨਾਲ ਤੁਹਾਡੇ ਨਾਲ ਤਾਂ ਵੈਸੇ ਇੰਨੇ ਆਰਟਿਸਟ ਕਨੈਕਟਡ ਨੇ ਰਾਜ ਬਰਾਰ ਸਾਹਿਬ ਦੀ ਗੱਲ ਕਰੀਏ ਪਿੱਛੇ ਜੀ ਉਹਨਾਂ ਦੀ ਜੀ ਹਣਾ ਡੈਥ ਅਨਿਵਰਸਰੀ ਸੀਗੀ ਸੋ ਉਹਨਾਂ ਦੀ ਗੱਲ ਕਰੀਏ ਸੋ ਬਹੁਤ ਸਾਰੀਆਂ ਮੈਮਰੀਜ਼ ਨੇ ਅੱਜ ਜਦੋਂ ਬੈਨ ਨੇ ਜਾਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਇੱਕ ਦੌਰ ਉਹ ਵੀ ਸੀਗਾ ਜਦੋਂ ਅੰਗਰੇਜ਼ ਅਲੀ ਜੀ ਹੋਗੇ ਸੁਖਵਿੰਦਰ ਜੀ ਹੋਗੇ ਤਾਂ ਸਾਰੇ ਤੁਸੀਂ ਫੈਮਿਲੀ ਇੱਕ ਗੈਟ ਟੂਗੇਦਰ ਕਰਦੇ ਸੀਗੇ ਹੁਣ ਸਾਡੀ ਹੁਣ ਵੀ ਹੁੰਦੀ ਰਹਿੰਦੀ ਹੈ ਲੇਕਿਨ ਸਾਡੀ ਪ੍ਰੋਬਲਮ ਹੈ ਗੈਪ ਆ ਗਿਆ ਕੋਈ ਗੈਪ ਨਹੀਂ ਪਿਆ ਸਾਡੀ ਪ੍ਰੋਬਲਮ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਪਰਸਨਲ ਇਹ ਮੀਟਿੰਗਸ ਨੇ ਜਾਂ ਅਸੀਂ ਪਰਸਨਲ ਬੈਠ ਕੇ ਖਾਣੇ ਖਾਣਨੇ ਮਹਿਫਲਾ ਲਾਉਣੇ ਆ ਅਸੀਂ ਪੋਨੇ ਇਹ ਨਗੇ ਫੜੀਆ ਤੇ ਹਾਂਜੀ ਕਿਉਂਕਿ ਖੁਦ ਨੂੰ ਐ ਲੱਗਦਾ ਯਾਰ ਸਾਡੀ ਪਰਸਨਲ ਲਾਈਫ ਆ ਸੀ ਇਹਨੂੰ ਇਦਾਂ ਕਿਉਂ ਪਾਈ ਚਲੀਏ ਰਾਈਟ ਨਹੀਂ ਤਾਂ ਹੁਣ ਦੇਖਿਆ ਫਿਰ ਫਿਰ ਨਵੇਂ ਪੁਰਾਣੇ ਦੀ ਗੱਲ ਆਣੀ ਆ ਫਿਰ ਜੈਲਸੀ ਫੈਕਟਰ ਤੁਸੀਂ ਕਹਿਣਾ ਨਾ ਹੁਣ ਦੇ ਬੱਚੇ ਕਿਤੇ ਨਾ ਕਿਤੇ ਜ਼ਰੂਰ ਕੁਝ ਚੀਜ਼ਾਂ ਜ਼ਿਆਦਾ ਕਰਦੇ ਨੇ ਕਿ ਲਓ ਜੀ ਹੁਣ ਮੈਂ ਖਾਣਾ ਖਾਣ ਲੱਗਿਆ ਲਓ ਜੀ ਮੇਰਾ ਵੀ ਕੀਰਜੀ ਕਰਦਾ ਹੁੰਦਾ ਐਵੇਂ ਪੰਗੇ ਚਾਰ ਦਿਨ ਲਈਏ ਰਾਤ ਵੀ ਅਸੀਂ ਰੀਲ ਰੂਲਾ ਜਿਹਾ ਬਣਾਉਂਦੇ ਸੀ ਐਵੇਂ ਹਨਾ ਜੀ ਉਹ ਦੇ ਕਰਕੇ ਕਿਤੇ ਕਿਤੇ ਆ ਚੀਜ਼ਾਂ ਹੁੰਦੀਆਂ ਨੇ ਵੀ ਇਨਾਂ ਦਾ ਕੁਝ ਦਿਖਦਾ ਕਿਉਂ ਨਹੀਂ ਅੱਛਾ ਸੌਰੀ ਟੂ ਸੇ ਪਤਾ ਨਹੀਂ ਆਪਰ ਮੈਂ ਫਿਰ ਵੀ ਕਹਿਣਾ ਚਾਹਾਂਗੀ ਤੁਹਾਨੂੰ ਨਹੀਂ ਲੱਗਦਾ ਕਿ ਸ਼ੋਅ ਆਫ ਦਿਖਾਵਾ ਕਿਤੇ ਨਾ ਕਿਤੇ ਗਾਣੇ ਦੀ ਉਮਰ ਨੂੰ ਘਟਾ ਰਿਹਾ ਹੈ ਜਿਹੜੀ ਚੀਜ਼ ਜ਼ਿਆਦਾ ਦਿਖੂਗੀ ਹਮ ਆਪਾਂ ਕਹਿੰਦੇ ਜਿਹੜਾ ਦਿਖੂਗਾ ਬਿਕੂਗਾ ਲੇਕਿਨ ਜਿਹੜਾ ਜ਼ਿਆਦਾ ਦਿਖੂਗਾ ਉਹਦੀ ਕਿਤੇ ਨਾ ਕਿਤੇ ਅਮੀਤ ਘਟ ਹੋਗੀ ਹੋਗੀ ਜੀ ਹੈਨਾ ਰੋਜ਼ ਹੀ ਤੁਸੀਂ ਬੈਠੇ ਹੋ ਫੋਨ ਤੇ ਮੈਂ ਇੱਥੇ ਪਹੁੰਚ ਗਿਆ ਜੀ ਮੈਂ ਆ ਕਰਦਾ ਜੀ ਮੈਂ ਹੋ ਰਿਹਾ ਜੀ ਹੋ ਰਿਹਾ ਅੱਗੇ ਗਾਣੇ ਨੂੰ ਲੋਕ ਆਪਣੇ ਨਾਲ ਹੰਡਾਉਂਦੇ ਸੀ ਜੀ ਸਾਡਾ ਇੱਕ ਇੱਕ ਗਾਣਾ ਜੇ ਨਸੀਬੋ ਚੇਤੇ ਕਰਦੀ ਹੈ 97 ਚ ਆਇਆ ਤੇ ਲੋਕਾਂ ਨੂੰ ਅੱਜ ਵੀ ਯਾਦ ਹੈ ਕਿੰਨੇ ਸਾਲ ਹੋ ਗਏ ਜੀ ਜੋਗੀ ਬਣਾ ਨਹੀਂ ਜਣਾ ਅੱਜ ਵੀ ਯਾਦ ਹੋਊਗਾ ਰਾਈਟ ਸਿੰਘ ਇਜ਼ ਕਿੰਗ ਅੱਜ ਵੀ ਯਾਦ ਹੋਊਗਾ ਬੰਦੇ ਵੀ ਦੇਸੀਆਂ ਮੈਂ ਜਿਹਨੂੰ ਪਿਆਰ ਕਰਦਾ ਸਤਿਕਾਰਦਾ ਤੈਨੂੰ ਯਾਦ ਤੇ ਤਾਂ ਕਰਾਂ ਜੇ ਕਦੇ ਭੁੱਲਿਆ ਮਰ ਸੁਣ ਜੀ ਕਰਦਾ ਕਿ ਮੈਂ ਚੰਨਾ ਸੁਣਿਆ ਸੌਂਗ ਇਹ ਸਭ ਗਾਣੇ ਅੱਜ ਵੀ ਲੋਕਾਂ ਨੂੰ ਯਾਦ ਹੋਣਗੇ ਐਂਡ ਪੂਰੇ ਪੂਰੇ ਯਾਦ ਹੋਣਗੇ ਜੀ ਮੈਂ ਕਿਤੇ ਸਟੇਜ ਤੇ ਜਾਂਨਾ ਨਾ ਜਿਵੇਂ ਮੈਂ ਕਿਤੇ ਕਹਦਾ ਮੈਨੂੰ ਗਾਣੇ ਯਾਦ ਨਹੀਂ ਮੈਨੂੰ ਨਾਲ ਕੋਲੇ ਖੜਕੇ ਕੰਨ ਚ ਯਾਦ ਕਰਾਉਣ ਲੱਗ ਜਾਨਗੇ ਭਾਜੀ ਤੁਸੀਂ ਗਾਓ ਮੈਂ ਤੁਹਾਨੂੰ ਲਾਨਾ ਯਾਦ ਕਰਾਉਣਾ ਮੈਂ ਦੇਖਦਾ ਹਾਂ ਲੋਕਾਂ ਨੂੰ ਮੇਰੇ ਗਾਣੇ ਯਾਦ ਵੀ ਨੇ ਹੂੰ ਹੁਣ ਤੁਸੀਂ ਇਹ ਕਹੋ ਕਿਸੇ ਆਟ ਨੂੰ ਤੁਸੀਂ ਜਦ ਦਿਨ ਇੰਟਰਵਿਊ ਹੁੰਨ ਨਮੀ ਕਰੋਗੇ ਕੋਈ ਮੇਰੀ ਗੱਲਾਂ ਤੋਂ ਬਾਅਦ ਫਿਰ ਤੁਸੀਂ ਕਹਿਣਾ ਪੰਗਾ ਨਾ ਪਾਇਓ ਕੋਈ ਹੈਨਾ ਤੁਸੀਂ ਤੁਸੀਂ ਕਿਸੇ ਬੰਦੇ ਨੂੰ ਪੁੱਛਿਓ ਨਾਲ ਦਿਨ ਵੀ ਤੈਨੂੰ ਆ ਗਾਣਾ ਇਹਦਾ ਯਾਦ ਹੈ ਉਹਦਾ ਗਾਣਾ ਯਾਦ ਹੈ ਇਹ ਬੰਦੇ ਦਾ ਕਿਹੜਾ ਕਿਹੜਾ ਗਾਣਾ ਹੈ ਤੁਹਾਨੂੰ ਇੱਕ ਅੱਧਾ ਸ਼ਾਇਦ ਗਾਣਾ ਕਿਤੇ ਕੋਈ ਬੋਲ ਦੇਵੇ ਨਹੀਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਤੁਹਾਨੂੰ ਆਪ ਨੂੰ ਵੀ ਕਈ ਵਾਰ ਸੋਚ ਕੇ ਦੇਖਿਓ ਫਲਾਨਾ ਗਾਣਾ ਆਇਆ ਸੀ ਇਹ ਕਿਹੜੇ ਆਰਟਿਸਟ ਦਾ ਸੀ ਇਹ ਉਹਦਾ ਸੀ ਜਾਂ ਉਹਦਾ ਸੀ ਨਹੀਂ ਉਹ ਤਾਂ ਨਹੀਂ 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 ਇਹ ਉਹਦਾ ਹੁਣ ਹਮ ਚਾਰ ਬੰਦੇ ਤੁਹਾਡੇ ਦਿਮਾਗ 'ਚ ਆਉਂਦੇ ਨੇ ਜੀ ਕਿਉਂਕਿ ਅੱਜ ਕੀ ਹੋ ਰਿਹਾ ਜੇ ਇੱਕ ਬੰਦੇ ਦਾ ਗਾਣਾ ਆ ਰਿਹਾ ਉਹਨੂੰ ਆ ਵੀ ਗਾ ਰਿਹਾ ਉਹਨੂੰ ਉਹ ਵੀ ਗਾ ਰਿਹਾ ਉਹਨੂੰ ਉਹ ਵੀ ਗਾ ਰਿਹਾ ਆਰਟਿਸਟਸ ਚੀਜ਼ਾਂ ਤੇ ਲੋਕ ਕਨਫਿਊਜ਼ ਹੋ ਜਾਂਦੇ ਨੇ ਪਹਿਲੇ ਹੀ ਕਨਫਿਊਜ਼ ਹੋ ਜਾਂਦੇ ਨੇ ਕਿ ਗਾਣਾ ਸੀ ਕਿਦਾ ਹੈ ਰਾਈਟ ਪ੍ਰਾਣਿਆਂ ਦੇ ਤੁਹਾਨੂੰ ਸਾਰਿਆਂ ਦੇ ਯਾਦ ਨੂੰ ਗੁਰਦਾਸ ਭਾਈ ਦਾ ਕੋਈ ਨਾਮ ਲਵੋ ਤੁਹਾਨੂੰ ਗੁਰਦਾਸ ਭਾਈ ਦਾ ਛੱਲਾ ਗੁਰਦਾਸ ਭਾਈ ਦਾ ਆਪਣਾ ਪੰਜਾਬ ਹੋਵੇ ਬੜੇ ਗਣੇ ਤੁਹਾਨੂੰ ਤੁਹਾਡੇ ਅੱਖਾਂ ਸਾਹਮਣੇ ਤੇ ਕੰਨਾਂ 'ਚ ਸੁਣਨੇ ਮਹਿਸੂਸ ਹੋ ਜਾਣਗੇ ਜੀ ਬਿਲਕੁਲ ਹੁਣ ਨਹੀਂ ਹੁੰਦੇ ਹੁਣ ਨਹੀਂ ਹੁੰਦੇ ਹੈਨਾ ਨਾਮ ਲਓ ਨਾਮ ਲੈਨ ਸਰ ਸ਼ਕਲ ਮੂਰੀਆ ਜੀ ਹੁਣ ਕਲਾਕਾਰ ਵੀ ਬਹੁਤ ਨੇ ਤੇ ਗੀਤ ਵੀ ਬਹੁਤ ਨੇ ਹੁਣ ਤੇ ਟ੍ਰੈਂਡ ਅਲੱਗ ਹੋ ਰਹੇ ਨੇ ਆਪਣੇ ਆਪਣੇ ਗੀਤਾਂ ਦੀ ਬਜਾਏ ਰਿਪਲਾਈ ਚੱਲ ਰਹੇ ਨੇ ਇੱਕ ਦੂਸਰੇ ਦੇ ਹੁਣ ਕੀ ਹੋ ਰਿਹਾ ਅੱਜ ਗਾਣਾ ਆਇਆ ਬੰਦੇ ਨੂੰ ਆਪਣੇ ਗਾਣੇ ਤੇ ਭਰੋਸਾ ਨਹੀਂ 15 ਦਿਨ ਬਾਅਦ ਦੂਸਰਾ ਗਾਣਾ ਆ ਜਾਂਦਾ ਉਸੇ ਬੰਦੇ ਦਾ ਜੀ ਉਹਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਗਾਣਾ ਜੀ ਅੱਜ ਦਿੱਤਾ ਇਹ ਥੋੜਾ ਟਾਈਮ ਤਾਂ ਲੋਕਾਂ ਦੇ ਵਿੱਚ ਜੀ ਲੈਵੇ ਪਰ ਉਹਨਾਂ ਦੀ ਸੋਚ ਇਹ ਹੈ ਨਾ ਕਿ ਕਲਾਕਾਰ ਬਹੁਤ ਸਾਰੇ ਨੇ ਜੇ ਅਗਲੇ 15 ਦਿਨ ਮੇਰਾ ਗੀਤ ਨਹੀਂ ਆਇਆ ਤਾਂ ਦੂਜੇ ਦੇ ਦੂਜੇ ਦਾ ਗੀਤ ਹਾਵੀ ਹੋ ਜਾਣਾ ਨਾ ਨਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਅੱਜ ਮੇਰਾ ਗਾਣਾ ਆਇਆ 15 ਦਿਨ ਚ ਮੇਰੇ ਇਹਦੇ ਐਨੇ ਵੀਊ ਹੋ ਗਏ ਮੈਨੂੰ ਇਹਦੇ ਐਨੇ ਡਾਲਰ ਆ ਗਏ ਤੇ ਹੁਣ 15 ਦਿਨ ਬਾਅਦ ਦੂਜਾ ਤਾਂ ਮੈਂ ਮੈਨੂੰ ਹੋਰ ਪੈਸੇ ਆ ਜਾਣਗੇ ਇਹ ਪੈਸੇ ਦੀ ਦੌੜ ਚੱਲਦੀ ਹੈ ਸ਼ਾਇਦ ਮੈਨੂੰ ਮੈਨੂੰ ਜੋ ਲੱਗਦਾ ਜੀ ਹਰ ਬੰਦੇ ਦੇ ਸੋਸ਼ਲ ਨੈਟਵਰਕ ਤੇ ਐਨੀਆਂ ਚੀਜ਼ਾਂ ਪਾਉਂਦੇ ਨੇ ਉਹ ਸਿਰਫ ਕੱਲਾ ਪੈਸਾ ਇਕੱਠਾ ਕਰਨ ਲਈ ਉੱਤੇ ਕਿਤਨੇ ਕਿਤੇ ਸਾਡੀ ਗਾਇਕੀ ਦਾ ਸਾਡੇ ਉਹ ਕਲਾਕਾਰਾਂ ਦਾ ਜਿਹੜਾ ਮਿਆਰ ਆ ਉਹ ਥੱਲੇ ਡਿੱਗ ਰਹੀ ਹੈ ਹਾਂ ਡੱਬ ਰਹੀ ਹੈ ਜੀ ਤੁਹਾਡਾ ਗਾਣਾ ਸੀ ਮੁੰਡਿਆਂ ਚ ਕੀ ਜੀ ਸੇ ਮੈਂ ਤਾਂ ਬਹੁਤ ਸੁਣਿਆ ਹੁਣ ਜੇ ਮੈਂ ਅੱਜ ਮਿਲੀ ਹਾਂ ਤੇ ਮੈਂ ਅੱਜ ਵੀ ਸੁਣਾਗੀ ਮੇਰੇ ਵੀ ਪਸੰਦੀ ਦਾ ਗਾਣਾ ਚੋਂ ਗਾਣਾ ਹੈ ਕਿਉਂਕਿ ਜਿਹੜਾ ਗਾਣਾ ਕਈ ਵਾਰ ਪੁੱਛਦੇ ਹੋ ਤੁਸੀਂ ਨਾ ਕਿ ਤੁਹਾਨੂੰ ਖੁਦ ਨੂੰ ਕਿਹੜਾ ਗਾਣਾ ਪਸੰਦ ਹੈ ਮੈਨੂੰ ਲੱਗਦਾ ਹੁੰਦਾ ਪਰਸਨਲੀ ਕਿ ਜਿਹੜੇ ਗਾਣੇ ਸਾਡੇ ਲੋਕਾਂ ਨੂੰ ਚੰਗੇ ਲੱਗਦੇ ਨੇ ਆਰਟਿਸਟ ਨੂੰ ਵੀ ਸਭ ਤੋਂ ਜ਼ਿਆਦਾ ਚੰਗੇ ਹੋਹੀ ਗਾਣੇ ਲੱਗਦੇ ਬਿਲਕੁਲ ਉਹ ਮੁੰਡਿਆਂ ਚ ਕੀ ਤੇ ਕੁੜੀਆਂ ਚ ਕੀ ਬੰਦਿਆਂ ਚ ਕੀ ਤੇ ਬੁੜੀਆਂ ਚ ਕੀ ਹਰ ਪਾਸੇ ਤੇਰੀ ਪਗੜੀ ਦੀ ਚੜਵੇ ਕਿਵੇਂ ਚਿੰਦਾ ਸੋਹਣਿਆ ਚਿੰਦਾ ਤੂੰ ਇਹਦੇ ਲੜਵੇ ਕਿਵੇਂ ਚਿੰਦਾ ਸੋਹਣਿਆ ਕੀ ਬਾਤ ਹੈ ਸੋ ਇਹ ਇਹ ਉਹ ਗੀਤ ਹੈ ਜਿਸ ਇੱਕ ਕੁੜੀ ਦਾ ਸਵਾਲ ਸੀ ਨਾ ਹਾਂਜੀ ਹਾਂ ਅੱਗੇ ਜਵਾਬ ਵੀ ਹੈ ਜਵਾਬ ਵੀ ਹੈ ਤੇ ਮੁੰਡੇ ਦਾ ਜਵਾਬ ਇੱਚ ਕਿੰਨਾ ਖੂਬਸੂਰਤ ਸੀਗਾ ਗੁਰਨਾਮ ਗੰਮਾ ਸ਼ਹਾਬ ਜ ਦੋਨੋਂ ਭਰਾ ਸੱਚੀ ਮੁੱਚੀ ਮਤਲਬ ਤੁਕਬੰਦੀ ਕਦੇ ਉਹਨਾਂ ਨੇ ਸੋਚੀ ਵੀ ਨਹੀਂ ਹੋਣੀ ਜੀ ਅੱਜ ਤੁਕਬੰਦੀ ਬਹੁਤ ਜਲਦੀ ਪਈ ਹੈ ਹਾਂਜੀ ਉਹ ਨਾਰਮਲ ਗਾਣਿਆਂ 'ਚ ਵੀ ਇੱਕ ਸਵਾਦ ਵਰਡਨ ਦੀ ਚੋਣ ਤੇ ਸ਼ਾਇਰੀ ਜੀ ਹਰ ਚੀਜ਼ ਨੂੰ ਕਿਸੇ ਵੀ ਗਾਣੇ 'ਚ ਪਰੋਂਦੇ ਸੀਗੇ ਹੂੰ ਮਜ਼ਾ ਹੁੰਦਾ ਸੀ ਫਿਰ ਯਾਦ ਰਹਿੰਦਾ ਸੀ ਇਸ ਕਰਕੇ ਉਹ ਜੀ ਮੁੰਡੇ ਦਾ ਜਵਾਬ ਸੀ ਕਹਿੰਦਾ ਹੂੰ ਵੱਡੇਆਂ ਦਾ ਆਦਰ ਤੇ ਛੋਟਿਆਂ ਨੂੰ ਪਿਆਰ ਨਹੀਂ ਕਰੇ ਜਿਹੜੀ ਕੁੜੀ ਸਾਡਾ ਚਾਹੁੰਦਾ ਹੈ ਪਰਿਵਾਰ ਨਹੀਂ ਮਨਜ਼ੂਰ ਆ ਤਗਮੇ ਨਾਲ ਚੱਲ ਨਹੀਂ ਆ ਜਾ ਸਿੱਖ ਲੈ ਸੋਣੀਏ ਸਿੱਖ ਲੈ ਮੁਹੱਬਤਾਂ ਦੇ ਵੱਲ ਨਹੀਂ ਆ ਜਾ ਸਿੱਖ ਲੈ ਸੋਣੀਏ ਜੇ ਜਿ ਸਿੱਖਣਾ ਨਾ ਫੇ ਪਹਿਲਾਂ ਵਿਆਹ ਕਰਾ ਕੇ ਮੇਰੇ ਘਰੇ ਆਉਣਾ ਪੈਣਾ ਦੇਖੋ ਕਿੱਦਾਂ ਦੱਸ ਇਹ ਪੂਰਾ ਉਹਨਾਂ ਨੇ ਕ੍ਰੀਏਟ ਕੀਤਾ ਤਾਂ ਬਿਊਟੀਫੁੱਲ ਗਾਣਾ ਉਹਨਾਂ ਨੇ ਬਹੁਤ ਸੋਨਾ ਕ੍ਰੀਏਟ ਕੀਤਾ ਲੇਕਿਨ ਰੂਬੀ ਭਾਜੀ ਨੇ ਕਿਹਾ ਵੀ ਇਹਨਾਂ ਦੀ ਇੱਕ ਸ਼ਖਸੀਅਤ ਘੜ ਦੇ ਪੂਰੀ ਦੀ ਪੂਰੀ ਹਾਂ ਐਕਚੁਅਲੀ ਗਮਾ ਬਣਾਇਆ ਸੀ ਪੋਰਟਰੇ ਕਿਸੇ ਨੇ ਨਹੀਂ ਅਰੇ ਗਾਣੇ ਦੇ ਵਿੱਚ ਉਸ ਪੋਰਟਰੇ ਨੂੰ ਪੋਰਟਰੇ ਕੀਤਾ ਅਰੇ ਤੁਸੀਂ ਜਿਹੜੇ ਸੁਣਿਆ ਨਾ ਉਹ ਜਿਹੜੀ ਤਸਵੀਰ ਹੈ ਉਹ ਉਹ ਗਾਣੇ ਚ ਵਰਡਾਂ ਦੇ ਨਾਲ ਬਣਾਈ ਹੋ ਹਾਂ ਗਾਣੇ ਚ ਪੋਰਟਰੇ ਕੀਤਾ ਨਾ ਉਹਨੂੰ ਹਾਂ ਤੁਹਾਡੀ ਗਾਣੇ ਦੇ ਵਿੱਚ ਹਾਂਜੀ ਜੀ ਐਕਚੁਅਲੀ ਗਮਾ ਇੱਕ ਐਸਾ ਅ ਲਿਖਾਰੀ ਭਰਾ ਸਾਡਾ ਸ਼ਾਇਰ ਭਰਾ ਮਤਲਬ ਐਸਾ ਦਿਲੋਂ ਲਿਖਣ ਵਾਲਾ ਕੋਈ ਐਸਾ ਥਾਟ ਨਹੀਂ ਹੁੰਦਾ ਸੀ ਜਿਹੜਾ ਗਮੇ ਕੋਲ ਲਿਖਿਆ ਨਹੀਂ ਹੁੰਦਾ ਸੀ ਅੱਛਾ ਕੋਈ ਵੀ ਅਸੀਂ ਗੱਲ ਕਰ ਲਈਏ ਉਹਨੇ ਕਹਣਾ ਆ ਤਾਂ ਮੈਂ ਲਿਖਿਆ ਸੀ ਯਾਰ ਆ ਤਾਂ ਮੇਰੇ ਕੋਲ ਆ ਲਿਖਿਆ ਹੋਇਆ ਹੈ ਚਾਹੇ ਉਹ ਕਲਯੁਗ ਦੀ ਗੱਲ ਹੈ ਚਾਹੇ ਕਿਸੇ ਉਹ ਧਾਰਮਿਕ ਕੋਈ ਗੱਲ ਹੈ ਚਾਹੇ ਕੋਈ ਸ਼ਬਦ ਦੀ ਗੱਲ ਹੈ ਚਾਹੇ ਕੋਈ ਕਮਰਸ਼ੀਅਲ ਗੀਤ ਦੀ ਗੱਲ ਹੈ ਮੈਂ ਜਿਵੇਂ ਗੱਲ ਕਰ ਰਿਹਾ ਮੈਂ ਕਿ ਗਮੇ ਯਾਰ ਜੈਦੇ ਭਈਆ ਬੋਲਦਿਆ ਕਿ ਕੁਝ ਦੇਸੀ ਜਾ ਗਾਣਾ ਚਾਹੀਦਾ ਕਹਿੰਦਾ ਕਿਉਂ じゃ ਬੈਠਾ ਇੱਥੇ ਲੁਧਿਆਣੀ ਮੇਰੇ ਕੋ ਇੱਥੇ ਹੋਟਲ ਚ ਇੱਥੇ ਹੁੰਦਾ ਸੀ ਤੇ ਮਹੀਨਾ ਮਹੀਨਾ ਇੱਥੇ ਰੁਕਣਾ ਉਹ ਗਾਣੇ ਲਿਖਣੇ ਸਾਡੀ ਆਪਸ ਚ ਬਹੁਤ ਮਤਲਬ ਸਾਂਝੀ ਦਿਲੀ ਪਿਆਰ ਸੀ ਹੈ ਨਾ ਤੇ ਰੋਜ਼ ਰੋਜ਼ ਆਉਣ ਔਕਾਸ ਸੀ ਇੱਥੇ ਰੁਕ ਜਾਂਦਾ ਸੀ ਮੇਰੇ ਕੋਲ ਹੀ ਹੈ ਨਾ ਮੈਨੂੰ ਕਹਿੰਦਾ ਯਾਰ ਦੇਖ ਮੈਂ ਤਾਂ ਦੇਸੀ ਜਾ ਖਾਣਾ ਦੇਸੀ ਜਾ ਪਿੰਨਾ ਜਿਵੇਂ ਦਾਲ ਨਾਲ ਰੋਟੀ ਖਾ ਰਿਆ ਪਿਆਜ਼ ਪੈਨੇ ਹਰੀ ਮਿਰਚ ਪਈ ਹੈ ਸਾਈਡ ਤੇ ਦੇਸੀ ਦੀ ਬੋਤਲ ਰੱਖੀ ਹੋਈ ਹੈ ਉੱਚ ਦੋ ਪੈਗਲਾ ਹੁੰਦਾ ਸੀ ਰੂਟੀਨ ਜਿਵੇਂ ਦਵਾਈ ਲੈਣ ਦਾ ਨਾ ਇਦਾਂ ਮੈਂ ਕਿਹਾ ਯਾਰ ਗਮੇ ਗਾਣਾ ਇਹ ਜਿਹੇ ਚਾਹੀਦਾ ਕੁਝ ਦੇਸੀ ਖਾਨੇ ਪੀਣੇ ਕੁਝ ਕਿ ਮੈਂ ਰੇਤਾ ਕਹਿੰਦਾ ਮੈਂ ਗਾਣਾ ਇੱਕ ਜੀਤ ਜਗਜੀਤ ਨੇ ਮੇਰਾ ਗਾਇਆ ਸੀ ਜਿਹੜੀ ਮਰਜ਼ੀ ਚੱਕ ਲੈ ਮਿੱਤਰਾ ਸਿਰ ਜਾ ਘੁੰਮਣਾ ਚਾਹੀਦਾ ਉੱਚ ਇੱਕ ਲਾਈਨ ਸੀ ਵੀ ਆਪਾਂ ਬੰਦੇ ਵੀ ਦੇਸੀ ਆ ਪੀਣੇ ਵੀ ਦੇਸੀ ਆ ਕੁਝ ਕਰਕੇ ਮੈਂ ਕਿਹਾ ਗਮੇ ਬਹੁਤ ਅੱਛੀ ਲਾਈਨ ਆ ਲੋਦੀ ਹਰ ਜੋ ਉਹਨੂੰ ਗੱਲ ਕਹਿੰਦੇ ਸੀ ਉਹ ਕਿਤਨੇ ਕਿਤੇ ਲਿਖੀ ਹੁੰਦੀ ਸੀ ਰਾਈਟ ਜਦੋਂ ਮੈਂ ਇਨੀ ਗੱਲ ਕੀਤੀ ਮੈਨੂੰ ਨਾਲ ਹੀ ਕਹਿੰਦਾ ਇਦਾਂ ਰੋਟੀ ਖਾਂਦਾ ਖਾਂਦਾ ਇਦਾਂ ਕਰਕੇ ਬੈਠ ਗਿਆ ਜਦੋਂ ਲਿਖਣਾ ਉਹਨੇ ਨਾਲੀ ਉਹਨੂੰ ਮੱਥੇ ਤੇ ਗਰਮੀ ਆ ਜਾਣੀ। ਅੱਛਾ। ਮਤਲਬ ਬ੍ਰੇਨ ਦਾ ਇੰਨਾ ਜ਼ੋਰ ਲੱਗਦਾ ਸੀ ਉਹਦਾ। ਐ ਬੈਠਾ ਪਸੀਨਾ ਆਉਣਾ ਸ਼ੁਰੂ ਹੋ ਗਿਆ। ਹੂੰ। ਨਿੱਕੂ ਚਾਹੇ ਚੰਗਾ ਕਹੇ ਚਾਹੇ ਬੁਰਾ ਕੋਈ। ਚਾਹੇ ਬੱਕਰਾ ਕਹੇ ਚਾਹੇ ਸੂਰਾ ਕੋਈ। ਸੂਫੀ ਬੜੇ ਸਾਉਂਗਾ ਪੀਤੀ ਚ ਕਲੇਸੀਆਂ। ਆਪਾਂ ਬੰਦੇ ਵੀ ਦੇਸੀਆਂ ਪੀਨੇ। ਮੈਂ ਕਿਹਾ ਗਾਮੇ ਮਜ਼ਾ ਆ ਗਿਆ। ਮੈਂ ਜੈਦੇ ਭਈਆ ਨੂੰ ਸੁਣਾਇਆ ਜੈਦੇ ਭਈਆ ਕਹਿੰਦੇ ਨਿੱਕੂ ਆਹੀ ਚਾਹੀਦਾ। ਕੰਪੋਜ਼ ਕਰਕੇ ਹੁਣੇ ਭੇਜ। ਰਾਈਟ। ਸਾਡੀ ਉਹ ਕੈਸੇਟ ਦਾ ਦਿਲ ਵਿੱਚ ਉਹਦਾ ਟਾਈਟਲ ਸੀ ਉਸ ਸਟੇਪ ਦਾ ਸਭ ਤੋਂ ਲਾਸਟ ਵਾਲਾ ਗਾਣਾ ਬੰਦੇ ਵਿਦੇਸੀ ਸੀ ਜੀ ਤੇ ਟਾਈਟਲ ਹੁਣ ਅਨਾਉਂਸ ਕਰ ਚੁੱਕੇ ਇਸ ਵਾਰ ਇਸ ਟਾਈਟਲ ਚੇਂਜ ਨਹੀਂ ਹੋਇਆ ਚੱਲਿਆ ਗਾਣਾ ਬੰਦੇ ਵਿਦੇਸੀ ਆ ਪਿੰਨੇ ਵਿਦੇਸੀ ਆ ਜੀ ਦੂਜਾ ਗਾਣਾ ਚੱਲਿਆ ਮੈਂ ਜਿਹਨੂੰ ਪਿਆਰ ਕਰਦਾ ਜਿਹਦਾ ਸਤਿਕਾਰ ਕਰਦਾ ਉਹਦਾ ਨਾਮ ਨਹੀਂ ਲੈਣਾ ਬਿਲਕੁਲ ਦੇਖੋ ਪਿਆਰ ਦੀ ਕੈਸੀ ਉਹਨੇ ਜਿਵੇਂ ਅੱਜਕੱਲ ਕੁੜੀਆਂ ਨੂੰ ਪੰਡਦੇ ਨੇ ਹੂੰ ਜਿਹਨੂੰ ਅਸੀਂ ਪਿਆਰ ਕੀਤਾ ਉਹਨੂੰ ਅਸੀਂ ਪੰਡ ਕਿਵੇਂ ਸਕਦੇ ਆ ਜੀ ਉਹਦੀ ਗਲਤੀ ਹੋ ਗਈ ਉਹ ਤੋਂ ਜੋ ਵੀ ਹੋ ਗਿਆ ਅਸੀਂ ਤਾਂ ਪਿਆਰ ਕੀਤਾ ਨਾ ਕਹਿੰਦਾ ਮੈਂ ਜਿਹਨੂੰ ਪਿਆਰ ਕਰਦਾ ਜਿਹਦਾ ਸਤਕਾਰ ਕਰਦਾ ਉਹਦਾ ਨਾਮ ਨਹੀਂ ਲੈਣਾ ਨਾਮ ਕਿਉਂ ਨਹੀਂ ਲੈਣਾ ਕੀਤਾ ਸ਼ਰੀਆਮ ਤੂੰ ਮੈਨੂੰ ਬੜਾ ਵਦਨਾਮ ਤੂੰ ਮੈਨੂੰ ਉਹ ਤੋਂ ਇਲਜ਼ਾਮ ਨਹੀਂ ਲੈਣਾ ਹੂੰ ਨਾਲ ਬੰਦੇ ਕਹਿੰਦੇ ਵੀ ਇਹ ਮਹਿਫਲ 'ਚ ਬੈਠੇ ਨੇ ਨਾ ਕਹਿੰਦੇ ਇਹਨੂੰ ਪੈਗ ਬੁੱਕ ਬੁਲਾਓ ਫਿਰ ਦੱਸੂ ਇਹ ਕਹਿੰਦਾ ਕਹੋ ਨਾ ਪੀਣ ਨੂੰ ਜ਼ਖਮੀ ਦਿਲ ਸੀਣ ਨੂੰ ਦੇਖ ਕੇ ਮੈਨੂੰ ਵਾਸਤਾਇਓ ਦਾ ਉਹਦੇ ਬਿਨ ਜੀਣ ਨੂੰ ਉਨੇ ਮੇਰ ਨਾਲ ਹੈ ਲੜਨਾ ਕਦੇ ਮੇਰ ਕੋਲ ਨਹੀਂ ਖੜਨਾ ਮੈਂ ਪੀ ਕੇ ਪੇਦ ਖੋਲਾਂਗਾ ਮੈਂ ਸਭ ਕੁਝ ਸੱਚ ਹੀ ਬੋਲਾਂਗਾ ਤਾਈਓ ਤੇ ਜਾਮ ਨਹੀਂ ਲੈਣਾ ਮੈਂ ਉਹਦਾ ਨਾਮ ਨਹੀਂ ਲੈਣਾ ਕੀ ਬਾਤ ਹੈ ਇੰਨਾ ਖੂਬਸੂਰਤ ਇਹ ਲਿਖਦਾ ਸੀ ਸਾਡਾ ਭਰਾ ਗਮਾ ਰਾਈਟ ਸੋ ਗਾਣੇ ਗਾਣਾ ਗੀਤ ਜਦੋਂ ਮਹਿਸੂਸ ਹੁੰਦਾ ਹੈ ਨਾ ਜਦੋਂ ਉਸ ਨੂੰ ਸੁਣ ਕੇ ਤੁਹਾਡਾ ਅੰਦਰ ਫੀਲ ਕਰਦਾ ਹੈ ਖੇੜਦਾ ਹੈ ਉਹਨੂੰ ਸੰਗੀਤ ਕਹਿੰਦੇ ਆ ਨਾ ਜੇ ਕਲਮ ਦੀ ਗੱਲ ਕਰੀਏ ਅੱਜ ਕੱਲ ਦੇ ਗਾਇਕੀ ਦੀ ਗੱਲ ਕਰੀਏ ਤੇ ਨਹੀਂ ਕੋਈ ਕਿਹਦੇ ਗੀਤ ਸੁਣ ਕੇ ਲੱਗਦੇ ਵੀ ਵਾਹ ਕੀ ਕਲਮ ਹੈ ਵੀ ਅੱਜ ਵੀ ਉਹ ਸ਼ਬਦ ਹੈਗੇ ਨੇ ਅੱਜ ਵੀ ਉਹ ਅਹਿਸਾਸ ਹੈ ਗੀਤਾਂ ਦੇ ਵਿੱਚ ਲਿਖਣ ਵਾਲੇ ਤਾਂ ਬੜੇ ਲੋਕ ਨੇ ਜੀ ਬੜੇ ਲੋਕਾਂ ਦੇ ਗਾਣੇ ਆਏ ਨੇ ਜਿਹੜੇ ਬਹੁਤ ਸੋਹਣੇ ਨੇ ਪਰ ਸੁਣਦਾ ਘੱਟਾਂ ਥੋੜੇ ਜਿਹਾ ਨਵੇਂ ਹਾਂਜੀ ਪਰ بڑے ਮੁੰਡੇ ਇਦਾਂ ਦੇ ਜਿਹੜੇ ਸੋਨੇ ਗਾਣੇ ਗਾਉਂਦੇ ਜਿਵੇਂ ਬੜੀ ਪਿੱਛੇ ਦਾ ਉਹ ਗੱਲਾਂ ਮਿੱਠੀਆਂ ਦੀ ਪੱਟੀਆਂ ਹੋਈਆਂ ਬਿੱਟੂ ਦਾ ਸੀਗਾ ਗਾਣਾ ਲਿਖਿਆ ਹੈ ਨਾ ਤੇ ਮਨਕੀਰ ਤੁਣੜੇ ਨੇ ਗਾਇਆ ਹੋਰ ਬੜੇ ਨੇ ਨਿੰਮਰਤ ਖੜਾ ਦੇ ਗਾਣੇ ਬਹੁਤ ਅੱਛੇ ਨੇ ਜੀ ਕੌਰ ਵੀ ਪਿਆਰੀ ਗੁੰਦੀ ਹੈ ਪੂਜਾ ਪਿਆਰੀ ਗਾਣੇ ਗੁੰਦੀ ਹੈ ਜਿਹੜੇ ਥੌਟਸ ਗਾਉਂਦੇ ਨੇ ਗਾਣਿਆਂ ਚ ਹਾਂਜੀ ਜਿਹੜਾ ਉਹ ਔ ਐ ਕਰਕੇ ਸ਼ੁਰੂ ਹੁੰਦਾ ਗਾਣਾ ਨਾ ਔ ਅੰਨਾ ਨਾ ਨਾ ਔ ਐ ਜਿਵੇਂ ਕੁੱਤੇ ਭੌਂਦੇ ਹੁੰਦੇ ਨੇ ਉਹ ਕਈ ਵਾਰ ਉਹ ਲੱਗਦਾ ਹੁੰਦਾ ਵੀ ਯਾਰ ਆ ਗਾਣੇ ਕੀ ਹੋ ਗਿਆ ਸਾਡੀ ਇਹ ਨੌਜਵਾਨ ਪੀੜੀ ਨੂੰ ਗਾਣਾਂ ਦਾ ਜੇ ਐਦਾਂ ਦਾ ਕੁਝ ਗਾਉਣਾ ਵੀ ਇੱਕ ਅੱਦਾਂ ਗਾਣਾ ਗੱਲ ਹੈ ਠੀਕ ਆ ਹਰ ਗਾਣੇ 'ਚ ਆਹੀ ਕੁਝ ਅਸੀਂ ਜਾਂ ਨੀਗਰੋ ਨੂੰ ਜਾਂ ਕਾਲਿਆਂ ਨੂੰ ਅਸੀਂ ਫਾਲੋ ਕਰ ਕਰਕੇ ਗਾਣੇ ਗਾਉਨੇ ਸਾਡਾ ਕਲਚਰ ਅਸੀਂ ਕਿਵੇਂ ਲੋਕਾਂ ਤੱਕ ਪਹੁੰਚਾ ਸਕਦੇ ਆ ਜੀ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆਂ ਜਾਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਸਾਨੂੰ ਆਪਣੇ ਕਲਚਰ ਨਾਲ ਥੋੜਾ ਜੁੜ ਕੇ ਰਹਿਣਾ ਚਾਹੀਦਾ ਨਾ ਸਾਡੇ ਸਾਡੇ ਕਲਚਰ ਚ ਬਹੁਤ ਅਮੀਰੀ ਹੈ ਸਾਡੀ ਪੰਜਾਬੀ ਮਾਂ ਬੋਲੀ ਇੰਨੀ ਪਿਆਰੀ ਹੈ ਇੰਨੀ ਅਮੀਰ ਹੈ ਚ ਬੜਾ ਕੁਛ ਹੈ ਤੁਸੀਂ ਗਾਉਣ ਵਾਲੇ ਬਣੋ ਗਾਣੇ ਕਦੇ ਮੁੱਕਣੇ ਨਹੀਂ ਕਈ ਵਾਰ ਆਪਾਂ ਨੂੰ ਲੱਗਦਾ ਕਿ ਆਹ ਥਾਟ ਇੰਨੇ ਆ ਗਏ ਇਹ ਤੋਂ ਬਾਅਦ ਕੀ ਆਊਗਾ ਜੀ ਅਸੀਂ ਖੁਦ ਵੀ ਜਦੋਂ ਗਾਣੇ ਬਣਾਉਨੇ ਆ ਆ ਟੇਪ ਬਹੁਤ ਅੱਛੀ ਬਣ ਗਈ ਇਹ ਤੋਂ ਬਾਅਦ ਕੀ ਹੋਊਗਾ ਉਹ ਤੋਂ ਬਾਅਦ ਫਿਰ ਅੱਛਾ ਗਾਣਾ ਆਉਂਦਾ ਜੀ ਫਿਰ ਲੱਗਦਾ ਨਹੀਂ ਯਾਰ ਅੱਖਰ ਉਹੀ 35 ਜਿਹੜੇ ਪੰਜਾਬੀ ਦੇ ਲੇਕਿਨ ਜਦੋਂ ਅਸੀਂ ਉਹਨੂੰ ਪਰੋਨੇ ਆ ਮਾਲਾ ਦੇ ਵਿੱਚ ਬੜਾ ਕੁਝ ਬਣ ਜਾਂਦਾ ਕੀ ਬਾਤ ਹੈ ਅੱਛਾ ਇੱਕ ਇੱਕ ਮੇਰੇ ਜ਼ਿਹਨ 'ਚ ਸਵਾਲ ਹੈ ਅੱਜ ਕੱਲ ਬਹੁਤ ਇਲਜ਼ਾਮਤ ਲੈ ਦੋਸ਼ ਸ਼ੁਰੂ ਹੋ ਗਿਆ ਹੈ ਇਹ ਗਾਣਾ ਤੇ ਮੇਰਾ ਸੀਗਾ ਸਟੂਡੀਓ 'ਚ ਗਾਇਆ ਤੇ ਲੀਕ ਹੋ ਗਿਆ ਇਹ ਗਾਣਾ ਮੇਰਾ ਸੀ ਬਿਨਾਂ ਪੁੱਛੇ ਦੂਜੇ ਕਲਾਕਾਰ ਨੇ ਗਾ ਲਿਆ ਇਹ ਗਾਣਾ ਤਾਂ ਮੈਂ ਗਾਇਆ ਸੀ ਇਹ ਗਾਣਾ ਮੇਰਾ ਕਿਸੇ ਹੋਰ ਆਰਟਿਸਟ ਨੇ ਲੈ ਲਿਆ ਜਦੋਂ ਇੱਕ ਇਹਨਾਂ ਦੇ ਗਾਣੇ ਨੇ ਚੱਲਦੀਆਂ ਗੱਡੀਆਂ 'ਚ ਜਿਵੇਂ ਸੜਕ 'ਤੇ ਲੱਕੇ ਪੈਂਚਰ ਹੋ ਗਿਆ ਇਦਾਂ ਦੇ ਗਾਣੇ ਨੇ ਉਹ ਲੀਕ ਹੋ ਗਿਆ ਇਹ ਕਿਹੜੇ ਗਾਣੇ ਕਿੱਦਾਂ ਲੀਕ ਹੋ ਗਏ ਸੋਸ਼ਲ ਮੀਡੀਆ ਤੇ ਜੇ ਤੁਸੀਂ ਕਿਤੇ ਕਿਸੇ ਨਾਲ ਕਨੈਕਟਡ ਹੋ ਕਿਤੇ ਪਾਉਨੇ ਹੋ ਫਿਰ ਗਾਣਾ ਲੀਕ ਹੋਊਗਾ ਇਦਾਂ ਕਿਦਾਂ ਹੋ ਜਾਊਗਾ ਜੀ ਬਿਲਕੁਲ ਮੈਂ ਤਾਂ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਲੋਕ ਇਦਾਂ ਬੋਲਦੇ ਨੇ ਜਾਂ ਕਿੰਨਾਂ ਦੇ ਲੀਕ ਹੁੰਦੇ ਨੇ ਕਿਉਂਕਿ ਮੈਂ ਸੱਚੀ ਮੁੱਚੀ ਸੋਸ਼ਲ ਨੈਟਵਰਕ ਤੇ ਬਹੁਤ ਘੱਟ ਜੁੜਿਆ ਹੋਇਆ ਹਾਂ ਕਦੇ-ਕਦੇ ਪੰਗੇ ਲੈਣਾ ਉਹ ਵੀ ਮੇਰੇ ਆਲੇ ਦੁਆਲੇ ਜਿਹੜੇ ਦੋਸਤ ਮਿੱਤਰ ਮੇਤੋ ਕਰਵਾ ਲੈਂਦੇ ਨੇ ਹਨਾ ਕਿ ਆਪਾਂ ਨੂੰ ਆ ਚੀਜ਼ਾਂ ਕਰਨੀਆਂ ਚਾਹੀਦੀਆਂ ਪਰ ਆ ਮੇਰੇ ਨਾਲ ਤਾਂ ਮੈਨੂੰ 25 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਜਿਹੜੇ ਹੁਣ ਬ ਸੱਢ ਤੱਕ ਦੇ ਗਾਣੇ ਤਾਂ ਲੀਕ ਨਹੀਂ ਹੋਏ ਬੱਬੂ ਮੰਦੇ ਤੱਕ ਦੇ ਗਾਣੇ ਲੀਕ ਨਹੀਂ ਹੋਏ ਇਹ ਅੱਜ ਦੇ ਬੱਚਿਆਂ ਦੀ ਕਿਉਂ ਹੁੰਦੇ ਨੇ अच्छा पर कभी-कभी ਤੁਸੀਂ ਬੈਠੇ ਹੋ স্টুডিও ਦੇ ਵਿੱਚ ਕੋਈ ਰਾਜਪਾਲ ਸਾਹਿਬ ਬੈਠੇ ਨੇ ਜਾਂ ਕੋਈ ਵੀ ਨਾਲ ਬੈਠਾ ਤੁਸੀਂ ਡਿਸਕਸ ਕਰ ਰਹੇ ਹੋ ਕਦੀ ਗੱਲ ਹੋਈ ਹੈ ਵੀ ਨਿੱਕੂ ਇਹ ਗਾਣਾ ਯਾਰ ਮੈਂ ਸੁਣਿਆ ਬੜਾ ਸੋਹਣਾ ਹੈ ਮੈਂ ਸੁਣਿਆ ਸੀ ਤੁਸੀਂ ਕਰਨ ਜਾ ਰਹੇ ਹੋ ਤੇ ਮੈਨੂੰ ਪਸੰਦ ਹੈ ਮੈਂ ਕਰ ਲਵਾਂ ਜਾਂ ਤੁਹਾਡਾ ਇਹ ਗੀਤ ਜੇ ਮੈਂ ਕਰਨਾ ਸੀ ਮੈਨੂੰ ਮਿਲਦਾ ਮੈਂ ਜ਼ਰੂਰ ਕਰਦਾ ਬੜੀ ਬੜੀ ਵਾਰ ਹੁੰਦਾ ਤਾਂ ਅੱਛਾ ਇਹ ਤਾਂ ਇਹ ਤਾਂ ਪਹਿਲਾਂ ਤੋਂ ਚੱਲਦਾ ਹੁੰਦਾ ਜਦੋਂ ਇੱਕ ਉਹ ਡਿਸਕਸ਼ਨ ਹੋ ਗਈ ਨਾ ਫੈਂਟੋਨ ਦੇ ਵਿੱਚ ਹੁੰਦੇ ਸੀ ਜਦੋਂ ਮੈਂ ਤਿਰਵਿੰਦਰ ਅਕਸਰ ਸਾਡਾ ਇਦਾਂ ਰੌਲਾ ਹੁੰਦਾ ਸੀ ਆਪਸ ਵਿੱਚ ਕੀ ਆ ਮੈਂ ਕਰਨਾ ਮੈਂ ਕਰਨਾ ਕਰ ਵੀ ਲੈਂਦੇ ਸੀਗੇ ਹੂੰ ਉਤੋਂ ਬਾਅਦ ਰਾਜ ਹੁਣਾਂ ਦਾ ਨਸੀਬੋ ਚੈਤੇ ਕਰਦੀ ਆ ਰਾਜ ਹੁਣਾਂ ਨੇ ਸੰਦੀਪ ਅਖਤਰ ਵਾਸਤੇ ਲਿਖਿਆ ਸੀ ਉਹ ਸਾਡਾ ਭਰਾ ਜ ਹੈ ਨਹੀਂ ਦਿਲਸ਼ਾਦ ਅਖਤਰ ਉਹਨਾਂ ਦਾ ਕਜ਼ਨ ਸੀ ਸੰਦੀਪ ਅਖਤਰ ਬਹੁਤ ਅੱਛਾ ਡਿੱਟੋ ਦਿਲਸ਼ਾਦ ਵਾਂਗੂ ਉਹਨਾਂ ਵਾਂਗੂ ਗਾਉਂਦਾ ਸੀ ਉਹ ਤੇ ਸੰਦੀਪ ਵਾਸਤੇ ਬਣਿਆ ਨਸੀਬੋ ਚੈਤੇ ਕਰਦੀ ਆ ਲੇਕਿਨ ਤੱਕੇ ਨਾ ਸੀ ਖੋਲਿਆ ਵੀ ਤਾਂ ਅਸੀਂ ਕਰਨਾ ਹੈ ਹੂੰ ਰਾਜਬਾਈ ਕਹਿੰਦਾ ਵੀ ਇਹ ਤਾਂ ਹੋ ਚੁੱਕਿਆ ਜੀ ਤੇ ਅਸੀਂ ਧੂਰਕੁਟੀ ਸਾਹਿਬ ਤੋਂ ਦੁਬਾਰਾ ਲਿਖਾ ਕੇ ਜੀ रिकॉर्ड कर कर लिया दूरदर्शन ਤੇ ਮੈਂ ਰਿਕਾਰਡ ਕਰ ਲਿਆ ਉਥੇ ਲਾਈਵ ਹੁੰਦਾ ਸੀਗਾ ਤੇ ਦਿੱਲੀ ਸੰਗੀਤ ਦਾ ਸਟੂਡੀਓ ਚਰਨੀਤ ਹੁਜਰ ਜੀ ਦੇ ਸਟੂਡੀਓ ਅਸੀਂ ਰਿਕਾਰਡ ਕਰਨ ਵਾਸਤੇ ਚਲੇ ਗਏ ਜੀ ਰਾਜੋਨੀ ਉਥੇ ਸਟੂਡੀਓ ਚ ਬੈਠੇ ਤੂੰ ਕੀ ਕਰਨਾ ਹੈ ਮੈਂ ਕਿਹਾ ਭਾਈ ਜੀ ਤੁਹਾਡੇ ਵਾਲਾ ਗਾਣਾ ਕਰਨਾ ਹੈ ਮੈਂ ਜਮਿੰਦਮਾਸੀ ਇੰਡਸਟਰੀ ਚਾ ਨਾ ਮੈਂ ਭਾਈ ਨੂੰ ਬਹੁਤ ਪਿਆਰ ਕਰਦਾ ਸੀ ਸ਼ੁਰੂ ਤੋਂ ਮੈਂ ਤਾਂ ਤੈਨੂੰ ਗਾਣਾ ਦਿੱਤਾ ਹੀ ਨਹੀਂ ਮੈਂ ਕਿਹਾ ਜੀ ਭਾਜੀ ਨੇ ਤੂਰਕੁਟੀ ਸਭ ਤੁਲ ਖਾਲਿਆ ਦੋ ਕੁ ਮਿੰਟ ਤਾਂ ਗੁੱਸੇ ਹੋਇਆ ਤਾਂ ਬਸ ਮੈਨੂੰ ਦਿਖਾ ਕੀ ਲਿਖਿਆ ਮੈਂ ਮਨਖ ਆ ਕੀ ਲਿਖ ਲਿਆ ਮੈਂ ਕਿ ਜੀ ਦੂਰਦਰਸ਼ਨ ਤੇ ਦਾ ਰਿਕਾਰਡ ਹੋ ਗਿਆ ਹੈ ਹੁਣ ਤੁਸੀਂ ਸੋਚੋ ਕੀ ਕਰਨਾ ਤੂੰ ਅੰਦਰ ਬੈਠ ਮੈਂ ਲਿਖ ਕੇ ਦਿੰਦਾ ਰਾਜ ਉਹਨੇ ਦੁਬਾਰਾ ਕਰਨ ਲਿਖਿਆ ਹੋ ਜੀ ਮੁਖੜਾ ਸੀਮ ਸੀਗਾ ਅੰਤਰੀ ਚੇਨ ਸੀ ਜਿਹੜਾ ਦੂਰਦਰਸ਼ਨ ਤੇ ਮੇਰਾ ਚੱਲਿਆ ਗਾਣਾ ਉਹ ਤੁਰਕੁਟੇ ਸਾਹਿਬ ਦਾ ਲਿਖਿਆ ਸੀ ਜੀ ਜਿਹੜਾ ਮੇਰਾ ਕੈਸਟ ਰਿਕਾਰਡ ਹੋਇਆ ਉਹ ਰਾਜ ਬਰਾੜ ਸਾਬ ਉਹ ਰਾਜ ਬਰਾੜ ਸਾਬ ਦਾ ਸੀ ਕੀ ਬਾਤ ਹੈ ਸੋ ਅੱਜ ਜਿਹੜਾ ਉਹਨਾਂ ਦੀ ਗੱਲਾਂ ਹੋ ਰਹੀਆਂ ਨੇ ਔਰ ਇਹ ਪੂਰਾ ਵੀਕ ਵੀ ਉਹਨਾਂ ਨੂੰ ਡੈਡੀਕੇਟ ਕੀਤਾ ਜਾ ਰਿਹਾ ਹੈ ਨਾ ਹਰ ਕੋਈ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਨੂੰ ਸਾਂਝਾ ਕਰਨਾ ਚਾਹ ਰਿਹਾ ਕਿਉਂਕਿ ਅੱਜ ਉਹ ਸਾਡੇ ਵਿਚਕਾਰ ਨਹੀਂ ਗਏ ਲੇਕਿਨ ਉਹਨਾਂ ਦੇ ਰੂਪ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਬਹੁਤ ਸਮਾਂ ਉਹਨਾਂ ਦੇ ਨਾਲ ਬਿਤਾਇਆ ਤੇ ਅਨਫੋਰਚਨਟਲੀ ਰਾਜਪਾਲ ਸਾਥ ਸਾਡੇ ਵਿੱਚ ਘਰ ਨਹੀਂ ਗਏ ਔਰ ਇਹ ਪੂਰਾ ਵੀਕ ਜਿਹੜਾ ਹੈ ਪੂਰਾ ਵੀਕ ਕੀ ਵੈਸੇ ਤੇ ਹਰ ਦਿਨ ਉਹਨਾਂ ਦੇ ਲਈ ਹੀ ਡੈਡੀਕੇਟਡ ਹੈ ਉਹਨਾਂ ਦਾ ਉਹਨਾਂ ਨੇ ਜਿਹੜਾ ਸੰਗੀਤ ਸਾਨੂੰ ਦਿੱਤਾ ਉਹ ਅਮਰ ਹੈ ਨਾਮ ਅਮਰ ਹੋ ਚੁੱਕਿਆ ਹੈ ਨਾ ਪਰ ਉਹਨਾਂ ਦੇ ਨਾਲ ਤੁਸੀਂ ਬਹੁਤ ਇੱਕ ਸਮਾਂ ਬਿਤਾਇਆ ਹੈ ਕਿ ਮੇਰਾ ਮੇਰਾ ਸੱਚੀ ਮੈਨੂੰ ਨਾ ਕਈ ਵਾਰ ਫੀਲ ਹੁੰਦਾ ਮੈਂ ਅ ਸਸਕਾਰ ਤੋਂ ਬਾਅਦ ਬੱਚਿਆਂ ਨੂੰ ਵੀ ਮਿਲ ਨਹੀਂ ਪਾਇਆ ਭਾਬੀ ਨੂੰ ਵੀ ਮਿਲਿਆ ਨਹੀਂ ਹਾਲ ਤੱਕ ਮੇਰਾ ਬੜੀ ਵਾਰ ਦਿਲ ਕੀਤਾ ਬੜੀ ਵਾਰ ਮੈਂ ਜਾਣਾ ਵੀ ਚੰਡੀਗੜ੍ਹ ਲੇਕਿਨ ਮੇਰਾ ਸੌ ਲੱਗੇ ਹਿੰਮਤ ਨਹੀਂ ਪੈਂਦੀ ਮੈਂ ਕਦੇ ਮੈਨੂੰ ਇਹ ਵੀ ਪਤਾ ਕਿ ਭਾਬੀ ਕੇਵਰ ਗੁੱਸੇ ਵੀ ਹੋ ਸਕਦੀ ਹੈ ਕਿ ਨਿਕੂ ਆਇਆ ਨਹੀਂ ਕਦੇ ਲੇਕਿਨ ਜਦੋਂ ਮੈਂ ਚੰਡੀਗੜ੍ਹ ਬੜ ਕੇ ਬਾਈ ਦੇ ਘਰ ਵੱਲ ਨੂੰ ਕਿਤੇ ਗੱਲ ਕਰਨ ਲੱਗਾ ਜਾਂ ਭਾਬੀ ਨੂੰ ਕਿਤੇ ਮੈਸੇਜ ਪਾਉਣਾ ਮੈਂ ਆਣਾ ਜਾਂ ਮੈਂ ਆਉਂਗਾ ਹੈ ਨਾ ਮੇਤੋਂ ਅੱਗੇ ਜਾ ਕੇ ਪੈਰੇ ਨਹੀਂ ਪਟਾਇਆ ਜਾਂਦਾ ਜੀ ਜਿਸ ਦਿਨ ਸੰਸਕਾਰ ਸੀਗਾ ਉਸ ਦਿਨ ਵੀ ਮੈਂ ਉੱਥੇ ਤੱਕ ਨਹੀਂ ਪਹੁੰਚ ਸਕਿਆ ਮੈਂ ਪਤਾ ਨਹੀਂ ਮੈਨੂੰ ਮੇਰੇ ਜਿਵੇਂ ਜਿਵੇਂ ਮੈਨੂੰ ਕਿਸੇ ਨੇ ਰੋਕ ਹੀ ਲਿਆੰਦੋ ਤੇ ਮੈਂ ਬਾਹਰ ਗੱਡੀ 'ਚ ਬੈਠ ਗਿਆ ਤੇ ਸਸਕਾਰ ਹੋਣ ਤੋਂ ਬਾਅਦ ਜਦੋਂ ਗੁਰਦਾਰ ਸਾਹਿਬ ਤੋਂ ਵਾਪਸ ਆਇਆ ਮੈਂ ਭਾਬੀ ਉਹਨਾਂ ਨੂੰ ਘਰੇ ਮੈਂ ਛੱਡ ਕੇ ਆਇਆ ਉਸ ਤੋਂ ਬਾਅਦ ਲੇਕਿਨ ਮੈਂ ਮੈਂ ਤੋਂ ਉੱਥੇ ਜਾ ਕੇ ਉਹ ਉਹ ਦੇਖ ਨਹੀਂ ਹੋਇਆ ਸਾਰਾ ਕਿਉਂਕਿ ਮੈਨੂੰ ਪਤਾ ਨਹੀਂ ਮੇਰੇ ਕਿੱਦਾਂ ਦੇ ਹੌਲ ਪੈਂਦੇ ਸੀ ਉਸ ਟਾਈਮ ਮੈਂ ਗੱਡੀ 'ਚ ਬੈਠ ਕੇ ਕਿੰਨਾ ਰੋਇਆ ਉਸ ਦਿਨ ਹੁਣ ਵੀ ਮੇਰਾ ਸੱਚੀ ਭਾਬੀ ਤੁਸੀਂ ਜੇ ਇੱਕ ਤਿੰਨ ਇੰਟਰਵਿਊ ਦੇਖਦੇ ਹੋਵੋਗੇ ਮੇਰ ਤੋਂ ਸੱਚੀ ਮੁੱਚੀ ਕਰਵਲ ਨੂੰ ਪਤਾ ਨਹੀਂ ਕਿਉਂ ਨਹੀਂ ਆ ਰਿਹਾ ਬੜੀ ਵਾਰ ਟਰਾਈ ਕੀਤੀ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਆ ਪਤਾ ਨਹੀਂ ਮੈਨੂੰ ਕੀ ਹੁੰਦਾ ਉਸ ਟਾਈਮ ਕਿ ਮੈਨੂੰ ਤੁਹਾਡੇ ਤੱਕ ਪਹੁੰਚ ਨਹੀਂ ਹੋ ਰਿਹਾ ਮੈਨੂੰ ਪਤਾ ਨਹੀਂ ਉਹ ਸਾਰੀ ਗੱਲ ਨਹੀਂ ਪਤਾ ਕੀ ਹੋ ਰਿਹਾ ਉਹ ਉਹਦੇ ਲਈ ਸੌਰੀ ਆ ਜਦੋਂ ਵੀ ਕਿਤੇ ਮਿਲੇ ਫੇਰ ਕਿਤੇ ਉਹ ਗੱਲਾਂ ਕਰਾਂਗੇ ਜੀ ਜਦੋਂ ਜਿਸ ਦਿਨ ਆ ਸਭ ਕੁਝ ਹੋਇਆ ਤੁਹਾਡੇ ਲਈ ਬਹੁਤ ਸਰਡਨ ਸੀ ਨਾ ਤੁਹਾਨੂੰ ਕਾਲ ਆਈ ਤੁਹਾਨੂੰ ਆਈਡੀਆ ਹੀ ਨਹੀਂ ਸੀ ਕਿਉਂਕਿ ਰਾਜਬਰਾਹ ਸਾਹਿਬ ਬਹੁਤ ਦੂਰ ਜਾ ਚੁੱਕੇ ਸੀ ਉਹਨਾਂ ਚੀਜ਼ਾਂ ਤੋਂ ਜੋ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਸੀ ਉਹਨਾਂ ਦੀ ਸਿਹਤ ਨੂੰ ਸੋ ਤੁਹਾਡੇ ਲਈ ਤਾਂ ਬਹੁਤ ਸ਼ੌਕਿੰਗ ਸੀਗਾ ਪਰ ਉਹ ਲਾਸਟ ਮੋਮੈਂਟ ਯਾਦ ਹੈ ਜਦੋਂ ਲਾਸਟ ਵਾਰੀ ਮਿਲੇ ਹੋ ਲਾਸਟ ਵਾਰੀ ਗੱਲਬਾਤ ਹੋਈ ਹੈ ਲਾਸਟ ਵਾਰੀ ਗੱਲਬੱਕੜੀ ਚੱਲੀ ਮੇਰਾ ਮੇਰਾ ਚੰਡੀਗੜ੍ਹ ਗਾਣਾ ਸੀਗਾ ਸ਼ੂਟ ਤੇ ਗਾਣੇ ਦੇ ਵਿੱਚ ਮੈਨੂੰ ਕੁਝ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਮੈਂ ਕਰੋ ਨਹੀਂ ਲੈ ਕੇ ਗਿਆ ਸੀ ਜਿਵੇਂ ਪੜਨਾ ਚਾਹੀਦਾ ਸੀ ਦੇਸੀ ਜੁੱਤੀ ਚਾਹੀਦੀ ਸੀ ਪਹਿਲਾਂ ਮੈਂ ਕੁਲਵਿੰਦਰ ਨੂੰ ਫੋਨ ਕੀਤਾ ਬਿੱਲੇ ਨੂੰ ਜੀ ਹਰਦੀਪ ਨੂੰ ਕਿਹਾ ਉਹਦੇ ਨਾਲ ਮੁੰਡਾ ਹੁੰਦਾ ਉਹ ਸਾਡੇ ਨਾਲ ਪੰਗੜਾ ਪਾਉਂਦਾ ਸੀ ਪਹਿਲਾਂ ਹਰਦੀਪ ਮੈਂ ਹਰਦੀਪ ਮੈਨੂੰ ਜੁੱਤੀ ਚਾਹੀਦੀ ਆ ਬਿੱਲਾ ਕਹਿੰਦਾ ਘਰੋਂ ਚੱਕ ਲੋ ਯਾਰ ਵੀ ਹਰਦੀਪ ਮੈਂ ਬਾਹਰਾਂ ਤੇ ਹਰਦੀਪ ਨਾਲ ਗੱਲ ਕਰ ਲਓ ਜੀ ਹਰਦੀਪ ਨੂੰ ਲੈ ਕੇ ਮੈਂ ਘਰੇ ਗਿਆ ਤੇ ਉੱਥੋਂ ਜੁੱਤੀ ਚੱਕ ਲਈ ਉਤੋਂ ਵਜ ਮੈਂ ਕਿਹਾ ਡੱਬੀਆਂ ਨਾਲ ਪਰਣਾ ਪਿਆ ਕਹਿੰਦਾ ਨਹੀਂ ਬਾਈ ਇੱਥੇ ਹੈ ਨਹੀਂ ਰਾਦਾ ਦਾ ਟਾਈਮ ਸੀਗਾ ਫਿਰ ਮੈਂ ਰਾਜਨੂ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਮੈਨੂੰ ਪਰਣਾ ਚਾਹੀਦਾ ਤੇ ਇੱਥਿਆਂ ਤੂੰ ਮੈਂ ਕਿਹਾ ਮੈਂ ਇੱਥੇ ਆ। ਉੱਥੇ ਫਲਾਨੇ ਮੋੜ ਤੇ ਮਿਲ ਮਖੋ ਕੇ। ਅਸੀਂ ਮਿਲੇ ਤੇ ਉਕਰੋਂ ਡੱਬੀਆਂ ਵਾਲਾ ਪਰਣਾ ਲਿਆ। ਲੈ ਤੂੰ ਵੀ ਕੀ ਯਾਦ ਕਰੇਂਗਾ। ਰਾਜ ਦਾ ਪਰਣਾ ਤੇਰੇ ਗਾਣੇ ਚ ਆਊਗਾ ਹੁਣ। ਜੀ। ਉਹ ਨਾ ਅਸੀਂ ਜਦ ਮਸਤੀਆਂ ਕਰਦੇ ਹੁੰਦੇ ਸੀ। ਉਹ ਸੱਚੀ ਯਾਦਾਂ ਬਣ ਕੇ ਰਹਿ ਗਈਆਂ ਚੀਜ਼ਾਂ ਉਹ। ਕਿ ਲਾਸਟ ਅਸੀਂ ਉਸ ਦਿਨ ਜਿਹੜੀ ਉਹ ਗਲਵਕੜੀ ਪਾਈ ਐ ਜਿਹੜੀਆਂ ਉਹ ਚੀਜ਼ਾਂ ਸੀ ਸਾਰੀਆਂ ਜਿਹੜੀਆਂ ਲਾਸਟ ਉਹ ਗੱਲਾਂ ਕੀਤੀਆਂ ਨੇ। ਮੈਨੂੰ ਵੀ ਯਾਦ ਆ ਉਸ ਦਿਨ ਹੁਣ ਤੱਕ ਗੁਰਲੇਸ਼ ਦੇ ਬਹੁਤ ਗਾਣੇ ਚੱਲਦੇ ਨੇ। ਜੀ। ਬਹੁਤ ਨਹੀਂ ਬਹੁਤ ਜ਼ਿਆਦਾ ਚੱਲਦੇ ਨੇ। ਹਮ। ਗੁਰਲੇਜ਼ ਹੁਣਾਂ ਦਾ ਜਦੋਂ ਦੌਰ ਸ਼ੁਰੂ ਹੋਣਾ ਸੀ ਉਹ ਤੇ ਮੈਨੂੰ ਕਹਿੰਦਾ ਲੈ ਗੁਰਲੇਜ਼ ਲਈ ਵੀ ਇੱਕ ਗਾਣਾ ਬਣਾਇਆ ਇਹ ਵੀ ਹੁਣਾਂ ਇੰਡਸਟਰੀ ਤੇ ਰਾਜ ਕਰਨਗੇ ਉਹਦੇ ਲਈ ਗਾਣਾ ਬਣਾ ਕੇ ਚੱਲੇ ਕੋਈ ਜੀਜੇ ਸਾਲੀ ਦਾ ਕੋਈ ਗਾਣਾ ਸੀ ਮੈਨੂੰ ਯਾਦ ਨਹੀਂ ਕੀ ਸੀ ਉਹ ਉਸ ਟਾਈਮ ਮੈਂ ਸੁਣਾਇਆ ਸੀ ਉਹਨੇ ਜਿਹੜੀ ਗੱਲ ਉਹ ਕਹਿੰਦਾ ਸੀ ਨਾ ਰਾਜਬਈ ਵੀ ਆ ਚੀਜ਼ ਐਦਾਂ ਹੋਣੀ ਆ ਜਾਂ ਐਦਾਂ ਹੋ ਸਕਦੀ ਆ ਡੈਫੀਨਿਟਲੀ ਉਦਾਂ ਹੁੰਦੀ ਸੀ ਉਹ ਜੀ ਕਿਉਂਕਿ ਉਹਨਾਂ ਨੇ ਇੰਡਸਟਰੀ ਦੇ ਵਿੱਚ ਜਿਵੇਂ ਚਰਨਜੀਤ ਹੁਜਾ ਜੀ ਦੇ ਨਾਲ ਬਹੁਤ ਸਮਾਂ ਬਤੀਤ ਕੀਤਾ ਜਿਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਆਰਟਿਸਟ ਦਿੱਤੇ ਨੇ ਗੁਰਦਾਸਪਾ ਜੀ ਹੰਸਪਾ ਜੀ ਸਰਦੂਰਪਾ ਜੀ ਇਹ ਸਾਰੇ ਚਰਨਜੀਤ ਹੁਜਾ ਜੀ ਦੀ ਬਦੌਲਤ ਮਾਰਕੀਟ ਜਦੋਂ ਆਇਆ ਨੇ ਸਤਵਿੰਦਰ ਬੁੱਗਾ ਜੀ ਹੋਰ ਬੜੇ ਸਾਰੇ ਆਰਟਿਸਟ ਕਮਲਜੀਤ ਨਿਰੂ ਜੀ ਹਾਂਜੀ ਹੈਨਾ ਇਹ ਹੁਣ ਉਹਨਾਂ ਦੀ ਸੰਗਤ ਕਰਦੇ ਸੀ ਉੱਥੇ ਰੋਜ਼ ਨਾਮੀ ਆਰਟਿਸਟ ਆਉਂਦੇ ਸੀ ਉਹਨਾਂ ਨਾਲ ਜਿਹੜੇ ਐਕਸਪੀਰੀਅੰਸ ਸੀ ਜ਼ਿੰਦਗੀ ਦੇ ਜਾਂ ਉਹਨਾਂ ਦੇ ਤਜਰਬੇ ਸੀ ਉਹ ਹਾਸਲ ਹੁੰਦੇ ਰਹਿੰਦੇ ਸੀ ਜੀ ਕਲਮ ਦੇ ਵਿੱਚ ਤਾਂ ਰਾਜਬਾਈ ਕਮਾਲ ਹੀ ਸੀ ਨਾ ਹਾਂਜੀ ਫਿਰ ਜਦੋਂ ਲੱਗਿਆ ਕਿ ਯਾਰ ਜਿੰਨਾ ਕਾ ਲੋਕ ਗਾਉਂਦੇ ਨੇ ਜਿਹੜੇ ਆ ਨਾਰਮਲ ਲੋਕੀ ਗਾਉਂਦੇ ਸੀ ਹੂੰ ਜਿਵੇਂ ਸਰਦੂਲ ਪਾਜੀ ਹੋਣੀ ਇੰਦਾ ਨਹੀਂ ਜਿਹੜੇ ਨਾਰਮਲ ਸਿੰਪਲ ਗਾਣੇ ਗਾਉਂਦੇ ਸੀ ਜੀ ਤੇ ਰਾਜ ਨੇ ਫਿਰ ਆਪ ਵੀ ਗਾਣੇ ਗਾਣੇ ਸ਼ੁਰੂ ਕਰ ਦਿੱਤੇ ਕਹਿੰਦਾ ਯਾਰ ਅੱਜ ਤੋਂ ਬਾਅਦ ਤਾਂ ਮੈਂ ਗਾ ਲੈਣਾ ਜਿੰਨੀ ਮੈਂ ਸੰਗਤ ਕਰਦਾ ਲੋਕਾਂ ਦੀ ਜੀ ਉਹ ਬੰਦੇਸ ਮੈਨੂੰ ਲੱਗਦਾ ਕਿ ਕੋਈ ਚੀਜ਼ ਐਸੀ ਨਹੀਂ ਹੋਣੀ ਜਿਹੜਾ ਉਹ ਚੋ ਟੈਲੈਂਟ ਨਹੀਂ ਸੀਗਾ ਜੀ ਸੋਹਣਾ ਸੁਨੱਖਾ ਬਹੁਤ ਸੀ ਬਿਲਕੁਲ ਲਿਖਦਾ ਬਹੁਤ ਅੱਛਾ ਸੀ ਗਾਉਂਦਾ ਬਹੁਤ ਅੱਛਾ ਸੀ ਆਰਟਿਸਟ ਵੀ ਕਮਾਲ ਦਾ ਸੀ ਜਿਹੜੀ ਐਕਟਿੰਗ ਕਰਦਾ ਸੀ ਸਟੇਜ ਦੇ ਉੱਪਰ ਲਾਈਵ ਗਾਉਣ ਦੇ ਵਿੱਚ ਉਹਦੇ ਵਰਗਾ ਕੋਈ ਆਰਟਿਸਟ ਨਹੀਂ ਹੋਣਾ ਕਿਉਂਕਿ ਯਾਦ ਬਹੁਤ ਕੁਛ ਸੀ ਜੀ ਤਜਰਬੇ ਬਹੁਤ ਸੀ ਉਹ ਤੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਰਹਿਣ ਕਰਕੇ ਤਜਰਬੇ ਜਿਹੜੀਆਂ ਗੱਲਾਂ ਸਾਨੂੰ ਮੈਨੂੰ ਨਾਲ ਦੇ ਹੁੰਦੱਸਦਾ ਸੀ ਉਹ ਸਾਡੇ ਹਮੇਸ਼ਾ ਕੰਮ ਆਉਂਦੀਆਂ ਹੂੰ ਜਿਵੇਂ ਸ਼ਮਸ਼ਾਦ ਅਲੀ ਜੀ ਜਿਹੜੇ ਮੇਰੇ ਗੁਰੂ ਜੀ ਉਹਨਾਂ ਤੋਂ ਮੈਂ ਗਾਇਕੀ ਦੀਆਂ ਬਹੁਤ ਬਰੀਕੀਆਂ ਸਿੱਖੀਆਂ ਨੇ ਜੀ ਗਾਇਕੀ ਬਾਰੇ ਬਹੁਤ ਕੁਝ ਪਤਾ ਲੱਗ ਗਿਆ ਰਾਜਬਾਈ ਕੋਲੋਂ ਜਿਹੜੀਆਂ ਕੰਪੋਜੀਸ਼ਨਾਂ ਕਰਨੀਆਂ ਉਹ ਮੈਂ ਰਾਜਬਾਈ ਤੋਂ ਸਿੱਖਿਆ ਕੰਪੋਜੀਸ਼ਨ ਕਿਵੇਂ ਬਣਦੀ ਆ ਕੰਪੋਜੀਸ਼ਨ ਨੂੰ ਪਿਆਰਾ ਬਣਾਉਣ ਲਈ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਆ ਸਾਡੇ ਕੋਲ ਹੋਰ ਆ ਕਿਹੋ ਜਿਹਾ ਚਾਹੀਦਾ ਜੋ ਵੀ ਚੀਜ਼ਾਂ ਉਹਦੇ ਵਿੱਚ ਜਦੋਂ ਕੰਪੋਜੀਸ਼ਨ ਬਣਾਉਨੇ ਆ ਜੋ ਮਾਹੌਲ ਚਾਹੀਦਾ ਜਿਵੇਂ ਬਹੁਤ ਸਾਰੀਆਂ ਤਰਜ਼ਾਂ ਜਿਹੜੀਆਂ ਮਤਲਬ ਬਹੁਤ ਸਾਰੀਆਂ ਨਹੀਂ ਹਰ ਤਰ੍ਹਾਂ ਦੀ ਹਰ ਰਾਗ ਦੇ ਵਿੱਚ ਤਰਜ਼ਾਂ ਬਣ ਚੁੱਕੀਆਂ ਨੇ ਬਹੁਤ ਸਾਰੇ ਗੀਤ ਬਣ ਚੁੱਕੇ ਨੇ ਉਹਨਾਂ ਗਾਣਿਆਂ ਦੇ ਵਿੱਚੋਂ ਇੱਕ ਨਵਾਂ ਗੀਤ ਬਣਾਉਣਾ ਇਹ ਜਿਹੜੀ ਇੱਕ ਜਿਹੜਾ ਤਜਰਬਾ ਇਹ ਰਾਜਬਾਈ ਤੋਂ ਮੈਨੂੰ ਮਿਲਿਆ ਰਾਈਟ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਦੌਲਤ ਸ਼ੋਹਰਤ ਪਚਣ ਦੀ ਲੋਕੋ ਫਿਰ ਵੀ ਹੁੰਦੀ ਆ ਸਿਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ ਗੁਰਦਾਸ ਮਾਨ ਸਾਹਿਬ ਦਾ ਗਾਣਾ ਸੀ ਟਿਮਟਮਾਉਂਦੇ ਆ ਤਾਰੇ ਆ ਦੁੱਖਾਂ ਦੇ ਆ ਮਾਰਿਆ ਮੇਰਾ ਚੰਨ ਤੇ ਮਿਲ ਜਾਊਗਾ ਤੇਰੇ ਦਿਨ ਹੀ ਆਸ ਜੀ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ ਟਿਮਟਮਾਉਂਦੇ ਆ ਤਾਰੇ ਆ ਦੁੱਖਾਂ ਦੇ ਆ ਮਾਰਿਆ ਮੇਰਾ ਚੰਨ ਤੇ ਮਿਲ ਜਾਊਗਾ ਤੇਰੇ ਦਿਨ ਯਸ ਸਮਥਿੰਗ ਜੋ ਵੀ ਹੈ ਨਾ ਇਹ ਪ੍ਰੋਪਰ ਲੈਣਾ ਤੇ ਮੈਂ ਹੁਣ ਰਾਜਪਾਲ ਦੀ ਗੱਲਾਂ ਦਿਮਾਗ ਚ ਨੇ ਸੀ ਕਿ ਗਾਣੇ ਚੋਂ ਵੀ ਗਾਣਾ ਨਿਕਲ ਸਕਦਾ ਮੈਂ ਗੁਰਦਾਸਪਾਲ ਜੀ ਨੂੰ ਫੋਨ ਕੀਤਾ ਭਾਜੀ ਵੀ ਇੱਕ ਤੁਹਾਡੇ ਗੀਤ ਦੇ ਵਿੱਚ ਇੱਕ ਲਾਈਨ ਹੈ ਬਸ ਤਾਂ ਸਾਰਾ ਗਾਣਾ ਬਹੁਤ ਖੂਬਸੂਰਤ ਹੈ ਤੁਹਾਡੇ ਕਿਸੇ ਗਾਣ ਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ ਜੀ ਤੁਸੀਂ ਬਹੁਤ ਛਣ ਛਣ ਸ਼ਬਦਾਂ ਦੀ ਚੋਣ ਕਰਦੇ ਹੋ ਤੇ ਇੱਕੋ ਵਿੱਚ ਲਾਈਨ ਹੈ ਕਿ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ ਮੈਨੂੰ ਲੱਗਦਾ ਹੈ ਮੇਰੀ ਸ਼ਖਸੀਅਤ ਨੂੰ ਇਹ ਲਾਈਨ ਬਹੁਤ ਸੂਟ ਕਰਦੀ ਹੈ ਜੀ जीएसएस लाइन -E नु लेके एक गीत बना लिए राइट right. मान साहब कहंदे कन्हैयांदरजीत यार मेरे एक गाने ਦੇ ਵਿੱਚੋਂ ਇੱਕ ਲਾਈਨ ਹੋਰ ਲੈ ਕੇ ਤੁਸੀਂ ਇੱਕ ਨਵੇਂ ਗੀਤ ਨੂੰ ਜਨਮ ਦੇਣ ਜਾ ਰਹੇ ਹੋ ਮੇਰੇ ਲਈ ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਬਿਲਕੁਲ ਮੇਰੇ ਹੋਰ ਵੀ ਕਿਤੇ ਗਾਣਿਆਂ ਚੋਂ ਤੈਨੂੰ ਕੋਈ ਲੱਗਦਾ ਕੋਈ ਲਾਈਨ ਤੇਰੇ ਕੰਮ ਆ ਸਕਦੀ ਹੈ ਜਦੋਂ ਮਰਜ਼ੀ ਤੂੰ ਲਿਖ ਤੇਰੇ ਨੇ ਸਾਰੇ ਮੈਂ ਤੁਹਾਡੇ ਵਾਸਤੇ ਕੋਨਾ ਸਾਰੇ ਵਾਸਤੇ ਮਾਨ ਸਾਹਿਬ ਨੂੰ ਵੀ ਸਲੂਟ ਐ ਇਸ ਗੱਲ ਲਈ ਨੇ ਬੰਦਾ ਕਹਿੰਦਾ ਮੇਰੀ ਲਾਈਨਾ ਗਾ ਕੇ ਉਹਨੇ ਐ ਕਰ ਲਿਆ ਫਿਰ ਅਸੀਂ ਇਹਦੇ ਐਂਡ ਵਿੱਚ ਮਨਸਾਬ ਦਾ ਨਾਮ ਵੀ ਪਾਇਆ ਸੀ ਯਾਰੀ ਤਾਂ ਕਰ ਫੂਕ ਤਮਾਸ਼ਾ ਵੇਖਣ ਹੁੰਦਾ ਏ ਜਾਂ ਹਾੜ ਮਹੀਨੇ ਧੂਣੀ ਬਾਲ ਕੇ ਸੇਕਣ ਹੁੰਦਾ ਏ ਦੋ ਲਫ਼ਜ਼ਾਂ ਵਿੱਚ ਕਿੱਡੀ ਵੱਡੀ ਗੱਲ ਕਹੀ ਬਾਬੇ ਗੁਰਦਾਸ ਕਿ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਐਂਡ ਤੇ ਅਸੀਂ ਦੱਸਤਾ ਕਿ ਜਿਹੜੀਆਂ ਦੋ ਲਾਈਨਾਂ ਨੇ ਇਹ ਬਾਬੇ ਗੁਰਦਾਸ ਨੇ ਸਾਡੇ ਮਨਸਾਬ ਨੇ ਬੋਲੀਆਂ ਤੇ ਅਸੀਂ ਉਹ ਉਹਨਾਂ ਤੋਂ ਲੈ ਕੇ ਗਾਈਆਂ ਕੀ ਬਾਤ ਹੈ ਸੋ ਕਹਿੰਦੇ ਨੇ ਕਿ ਜਿਹੜੇ ਆਪਣੇ ਜਿਹੜੇ ਜਿਨ੍ਹਾਂ ਨੂੰ ਸਿੱਖਣ ਦੀ ਬਹੁਤ ਤਾਂਗ ਹੁੰਦੀ ਹੈ ਨਾ ਉਹ ਹਮੇਸ਼ਾ ਆਪਣੇ ਵੱਡਿਆਂ ਤੋਂ ਕੁਝ ਲੈ ਕੇ ਅੱਗੇ ਵਧਦੇ ਰਹਿੰਦੇ ਨੇ ਤੁਸੀਂ ਅਜਿਹਾ ਕੀਤਾ ਵੱਡਿਆਂ ਤੋਂ ਵੀ ਛੋਟਿਆਂ ਤੋਂ ਵੀ ਤੁਸੀਂ ਸਿੱਖ ਸਕਦੇ ਹੋ ਕੇਵਲ ਸਾਨੂੰ ਛੋਟੇ-ਛੋਟੇ ਬੱਚੇ ਸਿਖਾ ਜਾਂਦੇ ਨੇ ਜੀ ਹੁਣ ਜਿੰਨਾ ਸੋਸ਼ਲ ਨੈਟਵਰਕ ਤੇ ਜਿੰਨੀਆਂ ਚੀਜ਼ਾਂ ਪੈਂਦੀਆਂ ਨੇ ਕੀ ਤੁਹਾਨੂੰ ਲੱਗਦਾ ਮੈਨੂੰ ਵੱਡੇ ਸਿਖਾਉਣਗੇ ਛੋਟੇ ਸਿਖਾਉਣਗੇ ਕਿਉਂਕਿ ਉਹਨਾਂ ਦਾ ਯੋਗ ਹੈ ਜੀ ਜੀ ਜੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਫਿਰ ਮੈਨੂੰ ਲੱਗਦਾ ਅ ਨਾ ਕਾਮਯਾਬੀ ਦਾ ਮੂਰੀ ਦੇਖਾਂਗੇ ਕਦੇ ਨਹੀਂ ਹਾਰਾਂਗੇ ਬਿਲਕੁਲ ਸੋ ਅੱਜ ਕੱਲ ਦੇ ਬੱਚਿਆਂ ਦੀ ਗੱਲ ਹੋਈ ਹੈ ਰਾਜਬਰਾਰ ਸਾਹਿਬ ਦੀ ਗੱਲ ਹੋਈ ਹੈ ਸविताਜ ਇਸ ਡੂਇੰਗ ਵੈਰੀ ਗੁੱਡ ਐਂਡ ਉਹਨਾਂ ਦੇ ਪਾਪਾ ਦਾ ਸੁਪਨਾ ਵੀ ਸੀਗਾ ਕਿ ਉਹ ਗਾਉਣ ਅੱਛਾ ਉਹ ਫਿਲਮ ਕਰਨ ਸੋ ਜਿਸ ਦਿਨ ਉਹਨਾਂ ਦੀ ਪਹਿਲੀ ਫਿਲਮ ਰਿਲੀਜ਼ ਹੋਈ ਉਹਨਾਂ ਦੀ ਮੰਮਾ ਬਹੁਤ ਇਮੋਸ਼ਨਲ ਸੀ ਔਰ ਕਹਿ ਰਹੇ ਸੀ ਕਿ ਜਦੋਂ ਸविताਜ ਸਕਰੀਨ ਤੇ ਹੱਸਦੀ ਹੈ ਜਦੋਂ ਉਹ ਤੁਰ ਕੇ ਆਉਂਦੀ ਹੈ ਉਹ ਰਾਜਵਰਗੀ ਲੱਗਦੀ ਹੈ ਹਾਂ ਸੋ ਤੁਸੀਂ ਵੀ ਉਹਨਾਂ ਨਾਲ ਤੁਸੀਂ ਡਰਾਉਂਦੇ ਸੀ ਉਹਨਾਂ ਨੂੰ ਛੋਟੀ ਸੀ ਸविताਜ ਜਦੋਂ ਕਰੇ ਜਾਂਦੇ ਹੁੰਦੇ ਸੀ ਹੈਨਾ ਮੈਂ ਐਦਾ ਅੱਖਾਂ ਪੁੱਠੀਆਂ ਕਰਕੇ ਨਾ ਤਾਂ ਇਹ ਛੋਟੀ ਜਿਹੀ ਬਾਤ ਜਦੋਂ ਇਹਨਾਂ ਨਾਲ ਮੈਂ ਡਰਣਾ ਮੈਂ ਡਰਉਣਾ ਤਾਂ ਅੰਡ ਪਰ ਜੀ ਸੋ ਬਹੁਤ ਸਾਰੀਆਂ ਮੈਮਰੀਜ਼ ਹੈ ਗਿਆ ਨੇ ਮਿੰਤਾ ਬੱਚੇ ਹੁਣ ਵੀ ਉੰਨੇ ਹੀ ਪਿਆਰੇ ਨੇ ਉਦਾਂ ਹੀ ਲੱਗਦੇ ਨੇ ਮਿੰਤਾਜ ਹੁਣ ਵੀ ਛੋਟੀਉ ਲੱਗਦੀ ਹੁੰਦੀ ਹੈ ਜੀ ਤੇ ਜੋ ਦੇਖਦਾ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਰਾਜ ਦੀ ਕਾਪੀ ਤਰੀ ਆਉਂਦੀ ਹੈ ਰਾਜ ਭਾਈ ਜਿਵੇਂ ਦਿਖਦਾ ਸੀ ਜਿਵੇਂ ਉਹਦੀ ਸਮਾਈਲ ਸੀ ਨਾ ਜੀ ਤਾਂ ਜਮੇ ਉਦਾਂ ਹੀ ਹਸਦੀ ਹੈ ਉਦਾਂ ਦੀ ਲੱਗਦੀ ਹੈ ਚਲੋ ਬਹੁਤ ਜੋਸ਼ ਬੇਟਾ ਬਹੁਤ ਜਿਹੜਾ ਰਾਜ ਭਾਈ ਦਾ ਬਹੁਤ ਟੈਲੈਂਟਡ ਹੈ 뮤직 ਕਰਦਾ ਹੈ ਨੀ ਇਹ ਹੁਣ ਤਾਂ Song ਆ ਰਿਹਾ ਨਾ ਇੱਕ ਉਹਨਾਂ ਦਾ ਵਧੀਆ ਰਾਜ ਦਾ ਮੈਂ ਮੈਂ ਨਾ ਥੋੜਾ ਟਾਈਮ ਪਹਿਲਾਂ ਹੀ ਕਿਤੇ ਸੋਚਦਾ ਸੀ ਮੈਂ ਰਾਜਬਾਈ ਤੋਂ ਲਾਸਟ ਟਾਈਮ ਨਾ ਜਿਹੜੀ ਕੁਝ ਗੱਲਾਂ ਮੈਨੂੰ ਯਾਦ ਨੇ ਉੱਚ ਮੈਂ ਗਾਣਾ ਸੁਣਿਆ ਕਹਿੰਦਾ ਮੇਰਾ ਗਾਣਾ ਆਉਣ ਲੱਗਿਆ ਵੀ ਜਿਹੜਾ ਹੁਣ ਆਇਆ ਸੀ ਨਾ ਤਾਜ ਦਾ ਜੀ ਚੋਂ ਨੇ ਮਾਡਲਿੰਗ ਕੀਤੀ ਸੀ ਗਾਣਾ ਰਾਜ ਉਹਨਾਂ ਦਾ ਸੀਗਾ ਹਾਂਜੀ ਚੰਦੀਗੜੋਂ ਨੰਗ ਕਰਕੇ ਪੈੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ ਮੈਂ ਚੰਦੀਗੜੋਂ ਇੱਕ ਤਾਂ ਲੋਕ ਬੋਲੀ ਸੀ ਉਹ ਜਿਹੜੀ ਕੰਪੀਸ਼ਨ ਸੀ ਤਿੱਕੋ ਜਿਹੜਾ ਲਿਖਣ ਦਾ ਸਟਾਈਲ ਜੀ ਬਾਈ ਦਾ ਉਹ ਬਹੁਤ ਪਿਆਰਾ ਸੀ ਜੀ ਕਿੰਨੀ ਪਿਆਰੀ ਜੀ ਗੱਲਾਂ ਮੈਂ ਚੰਡੀਗੜ੍ਹੋਂ ਨੰਗ ਕਰਕੇ ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ ਉਹ ਗਾਣੇ 'ਚ ਹੁੰਦਾ ਹੀ ਮਸਤੀ ਹੁੰਦੀ ਹੈ ਥੋੜੀ ਹੈ ਨਾ ਬਿਲਕੁਲ ਉਹ ਇੰਨੀ ਖੂਬਸੂਰਤੀ ਨਾਲ ਲਿਖਦਾ ਸੀ ਬਾਈ ਕਿ ਉਹ ਕਮਾਲ ਹੀ ਹੁੰਦਾ ਸੀ ਜੀ ਰਾਈਟ ਸੋ ਰਾਜਬਾਈ ਦਾ ਗਾਣਾ ਸੀ ਮੈਂ ਬੜੀ ਦਿਰ ਪਹਿਲਾਂ ਗਾਇਆ ਸ਼ਾਇਦ ਪਹਿਲਾਂ ਕਿਸੇ ਲੋਕਾਂ ਨੂੰ ਯਾਦ ਹੋਣ ਉਹ ਵੀ ਇੱਕ ਕੁੜੀ ਦਾ ਵਿਆਹ ਹੁੰਦਾ ਤੇ ਉਹ ਬਾਹਰ ਜਾਂਦੀ ਆ ਜੀ ਹੁਣ ਬਾਹਰ ਜਾਣਾ ਤੇ ਬਾਹਰ ਜਾਣ ਤੋਂ ਪਹਿਲਾਂ ਜਿਹੜਾ ਉਹਦੇ ਮਨ 'ਚ ਚਾਹ ਆ ਨਾ ਇੱਕ ਹਮ ਕਿ ਮੈਂ ਜਾਣਾ ਬਾਹਰਲੇ ਦੇਸ ਨਹੀਂ ਹੁਣ ਮੋਜੇ ਮੋਜਾ ਨਾ ਕੋਈ ਉੱਥੇ ਪੀਰ ਪੈਗੰਬਰ ਨਹੀਂ ਪੂਤ ਪਰੇ ਲੈ ਦੇਸ ਨਹੀਂ ਹੁਣ ਮੋਜੇ ਮੋਜਾ ਪਰ ਹੁਣ ਤਾਂ ਬਾਹਰ ਵੀ ਸਾਡੇ ਜਿਹੜੇ ਡਰਾਮੇ ਵਾਲੇ ਲੋਕ ਨੇ ਜੀ ਜਿਹੜੇ ਡਰਾਮਾ ਕਰਦੇ ਨੇ ਥੋੜਾ ਜਿਹਾ ਦੁਨੀਆ ਨੂੰ ਬਹਿਕਾਉਂਦੇ ਨੇ ਉਪਨਤਾ ਨੇ بڑے ਲੋਗਾ ਨੇ ਉੱਥੇ بڑے ਪਖੰਡ ਵਾਲੀਆਂ ਚੀਜ਼ਾਂ ਖੋਲ ਲੀਆਂ ਪਹਿਲਾਂ ਹੁੰਦਾ ਸੀ ਉੱਥੇ ਨਾ ਕੋਈ ਭੂਤ ਨਾ ਪੈਗੰਬਰ ਨਾ ਕੁਝ ਹੋਰ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਸਾਡੇ ਲੋਕ ਮੰंदे ਸੀ ਉੱਥੇ ਜੀ ਬਿਲਕੁਲ ਸੋ ਹੁਣ ਬਾਰਲੇ ਟੂਰਸ ਦਾ ਕਿਵੇਂ ਪਲਾਨ ਚੱਲ ਰਿਹਾ ਹੈ ਹੁਣ ਸਾਰੀਆਂ ਤਿਆਰੀਆਂ ਨੇ ਲਾਸਟ ਕਿਹੜਾ ਸੀਗਾ ਇੱਕ ਤਾਂ ਮੈਂ ਸੌਂ ਰਹੀ ਸੀ ਭਗਵੰਤ ਜੀ ਨਾਲ ਬਹੁਤ ਤੁਸੀਂ ਪ੍ਰੈਂਕਸ ਕਰਦੇ ਰਹੇ ਸੁੱਤੇ ਨਹੀਂ ਇੰਨੇ ਦਿਨ ਮੈਂ ਤਾਂ ਸੱਚੀ ਭਗਵੰਤ ਭਾਈ ਸੋਰੀ ਯਾਰ ਮੈਂ ਮੈਨੂੰ ਇੱਕ ਦਿਨ ਪਤਾ ਲੱਗਿਆ ਕਿ ਉਹ ਕਿ ਸੇ ਉਹ ਜਿਹੜੀ ਇੰਟਰਵਿਊ ਵਿੱਚ ਬੋਲਨੀ ਸੀ ਗੱਲਾਂ ਨਾ ਐਕਚੁਅਲੀ ਉਹ ਜਿਹੜੇ ਟੂਰ ਦੀਆਂ ਇਹ ਚੀਜ਼ਾਂ ਹੁੰਦੀਆਂ ਨੇ ਨਾ ਜਿਹੜੇ ਦੇਖਣ ਵਾਲੇ ਚਾਣ ਵਾਲੇ ਮੈਂ ਸਾਰਿਆਂ ਨੂੰ ਦੱਸ ਦਵਾਂ ਭਗਵੰਤਬਾਈ ਨਾਲ ਮੇਰਾ ਸ਼ੁਰੂ ਤੋਂ ਹੀ ਪਿਆਰ ਰਿਹਾ ਹੁਣ ਵੀ ਉਨਾ ਹੀ ਪਿਆਰ ਹੈ ਬਾਈ ਦੇ ਪਰਿਵਾਰ ਨਾਲ ਉਹਦੇ ਪਿਆਰ ਹੈ ਭੈਣਾਂ ਹੁਣਾਂ ਨਾਲ ਸਾਰਿਆਂ ਨਾਲ ਉਹ ਅਸੀਂ ਭੈਣ ਭਰਾਈ ਉਦਾਂ ਹੀ ਸਾਡਾ ਪਿਆਰ ਹੈ ਨਾ ਲੋਕਾਂ ਨੇ ਉਸ ਗੱਲ ਨੂੰ ਕਈ ਬੰਦਿਆਂ ਨੇ ਉਸ ਚੀਜ਼ ਨੂੰ ਨੈਗੇਟਿਵ ਵੀ ਲਿਆ ਕਿ ਮੈਂ ਬਾਈ ਦੀਆਂ ਸ਼ਾਇਦ ਬੁਰਾਈਆਂ ਦੱਸ ਰਿਹਾ ਲੇਕਿਨ ਜਦੋਂ ਅਸੀਂ ਟੂਰ 'ਚ ਕਿਤੇ ਜਾਂਦੇ ਆ ਬਾਹਰ ਜਿਹੜੀਆਂ ਮਸਤੀਆਂ ਹੁੰਦੀਆਂ ਨੇ ਉਹ ਸਾਡੀ ਸਾਡੀ ਇੱਕ ਪਰਸਨਲ ਲਾਈਫ ਹੁੰਦੀ ਹੈ ਮੈਂ ਤਾਂ ਹੀ ਕਹਿੰਨਾ ਕਿ ਜਿਵੇਂ ਅੱਜ ਦੇ ਬੱਚੇ ਹਰ ਚੀਜ਼ ਸੋਸ਼ਲ ਨੈਟਵਰਕ ਤੇ ਅਸੀਂ ਦਿਖਾਉਨੇ ਆ ਜੀ ਉਹ ਬੁਰੀ ਐ ਉਹ ਹਮ ਹੁਣ ਉਹ ਵੀ ਜਿਹੜੀ ਉਹ ਸੋਸ਼ਲ ਨੈਟਵਰਕ ਤੇ ਜਿਹੜੀ ਚੀਜ਼ਾਂ ਗਈਆਂ ਜਿਹੜੀ ਇੰਟਰਵਿਊ ਦੇ ਵਿੱਚ ਮੇਰੀਆਂ ਸਹਿਸਵਾ ਬੋਲੀਆਂ ਗੱਲਾਂ ਬਟ देयर ਇਜ਼ ਨਾਥਿੰਗ 네ਗੇਟਿਵ ਆਈ ਥਿੰਕ ਨਹੀਂ ਮੇਰੀ ਇੱਕ ਦਿਨ ਕਿਤੇ ਗੱਲ ਹੋਈ ਸੀ ਕਿ ਬਾਈ ਦੇ ਪਰਿਵਾਰ ਦੇ ਵਿੱਚ ਕਿ ਕੁਝ ਲੋਕਾਂ ਨੇ ਉਹ ਚੀਜ਼ ਨੂੰ 네ਗੇਟਿਵ ਲਿਆ ਕਿ ਮੈਂ ਭਗਵੰਦ ਬਾਈ ਨੂੰ ਸ਼ਰਾਬੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਸਾਰੀ ਦੁਨੀਆ ਇੱਥੇ ਖੰਦੀ ਪਿੰਦੀ ਆ ਸਾਰੀ ਦੁਨੀਆ ਚ ਬੜੇ ਲੋਕ ਬੜੇ ਤਰ੍ਹਾਂ ਦੇ ਨੇ ਇਹ ਜ਼ਰੂਰੀ ਨਹੀਂ ਕਿ ਅਸੀਂ ਜਿਹੜੇ ਸਾਡੇ ਆਰਟਿਸਟ ਲੋਕ ਨੇ ਜੇ ਉਹ ਕਿਛ ਇਦਾਂ ਦਾ ਕੁਝ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਸ਼ਰਾਬੀ ਕਹਿਣਾ ਸ਼ੁਰੂ ਕਰ ਦਈਏ ਉਹ ਸਾਡੇ ਟੂਰ ਦੀ ਇੱਕ ਮਸਤੀ ਸੀ ਅਸੀਂ ਮਸਤੀਆਂ ਭਾਈ ਉਥੇ ਸ਼ਰਾਬੀ ਨਹੀਂ ਹੋਇਆ ਕਿਤੇ ਉਹ ਤਾਂ ਅਸੀਂ ਮਸਤੀਆਂ ਕਰਦੇ ਜਾਨ ਜਾਣ ਕੇ ਮੇਰੇ ਨਾਲ ਪੰਗੇ ਲੈਂਦਾ ਸੀ ਨਿਕ ਰੁਕ ਰੁਕ ਰੁਕੀ ਜੋ ਵੀ ਅਸੀਂ ਕਰਦੇ ਸੀ ਓਬਵੀਅਸਲੀ ਤੁਸੀਂ ਕੰਮ ਕਰਨ ਗਏ ਸੀ ਅਸੀਂ ਕੰਮ ਕਰਨ ਗਏ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਸ਼ੋਅ ਕਰਕੇ ਆਂ ਸ਼ੋਅ ਸਾਰਾ ਲਾਈਵ ਉੱਥੇ ਪਿਆ ਹੋਇਆ ਬਾਈ ਕਦੇ ਵੀ ਸਟੇਜ ਤੇ ਕਦੇ ਭਗਵੰਤਬਾਈ ਨੇ ਕੋਈ ਕਤਾਹੀ ਨਹੀਂ ਕੀਤੀ ਕਦੇ ਲੋਕਾਂ ਨਾਲ ਕਿਤੇ ਕੁਝ ਬਤਲੂਕ ਨਹੀਂ ਕੀਤੀ ਫਿਰ ਪਰਸਨਲ ਲਾਈਫ 'ਚ ਜੋ ਵੀ ਕਰਦੇ ਆ ਅਸੀਂ ਸਾਡੀਆਂ ਮਸਤੀਆਂ ਨੂੰ ਕਦੇ ਨੈਗੇਟਿਵ ਨਾ ਲਿਆ ਕਰੋ ਅਸੀਂ ਜੋ ਇੰਟਰਵਿਊ 'ਚ ਗੱਲਾਂ ਕਰਦੇ ਆ ਸਾਡੀਆਂ ਵੈਸੀ ਰੁਟੀਨ ਦੀਆਂ ਗੱਲਾਂ ਨਹੀਂ ਅਸੀਂ ਆਰਟਿਸਟ ਲੋਕਾਂ ਸੀ ਵੈਸੇ ਮਸਤੀਆਂ ਕਰਦੇ ਆ ਸੋ ਇਹਨਾਂ ਗੱਲਾਂ ਨੂੰ ਕਦੇ ਨਾ ਦਿਲ ਤੇ ਲਾਓ ਨਾ ਕਦੇ ਇਹਨਾਂ ਨੂੰ ਇਦਾਂ ਨੈਗੇਟਿਵ ਲਿਓ ਇਹ ਸਿਰਫ ਸਾਡੀਆਂ ਯਾਦਾਂ ਹੁੰਦੀਆਂ ਐ ਜੀ ਅੱਛਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਮਸਤੀ ਕਿਦੇ ਨਾਲ ਹੁੰਦੀ ਐ ਨਿੱਕੂ ਜੀ ਅਜੇ ਵੀ ਕੌਨ ਹੂ ਬਹੂ ਉਹੋ ਜਿਹੀ ਐ ਜਿਹੜੇ ਪੁਰਾਣੇ ਯਾਰ ਦੋਸਤਾਂ ਦੀ ਗੱਲ ਕਰੀਏ ਕਿਉਂਕਿ ਟਾਈਮ ਵੀ ਚੇਂਜ ਹੋ ਗਿਆ ਐ ਕੰਮ ਵੀ ਚੇਂਜ ਹੋ ਗਏ ਨੇ ਰਿਸਪੌਂਸਿਬਿਲਟੀਜ਼ ਅਲੱਗ ਤਰ੍ਹਾਂ ਦੀਆਂ ਹੋ ਗਈਆਂ ਨੇ ਕਈ ਆਰਟਿਸਟ ਐਸੇ ਨੇ ਜਿਹੜੇ ਤੁਹਾਨੂੰ ਸ਼ਕਲਾਂ ਦੇਖ ਕੇ ਲੱਗਣਗੇ ਕਿ ਆਹ ਬੰਦਿਆਂ ਨੇ ਕਦੇ ਬਹੁਤ ਮਸਤੀਆਂ ਨਹੀਂ ਕੀਤੀ ਹੋਣੀ ਐ ਅੱਛਾ ਇਹ ਜ਼ਿਆਦਾ ਖੁੱਲਦੇ ਨਹੀਂ ਹੋਣੇ ਹੂੰ ਚਾਹੇ ਉਹ ਲੈਂਬ੍ਰੋਸਨਪੁਰੀਆ ਚਾਹੇ ਉਹ ਨਿਛਤਰ ਗੇਲ ਐ ਜਿਹੜੇ ਮੇਰੇ ਨੇੜੇ ਤੇੜੇ ਦੋਸਤਾਂ ਦੇ ਵਿੱਚੋਂ ਨੇ ਪਰ ਇਹ ਸਾਰੇ ਬਹੁਤ ਮਸਤੀ ਵਾਲੇ ਨੇ ਬਾਈ ਭਗਵੰਤ ਤਾਂ ਵੈਸੇ ਹੀ ਸਾਰੀ ਦੁਨੀਆ ਨੂੰ ਪਤਾ ਹੈ ਨਾ ਜੀ ਬਿਲਕੁਲ ਬਾਈ ਬੱਬੂ ਮਾਨ ਜਿੰਨਾ ਸਾਡੇ ਮੈਂਬਰ ਨੇ ਜਿਹੜੇ ਸਾਡੇ ਗਰੁੱਪ ਮੈਂਬਰ ਨੇ ਸਾਡੇ ਜਿਹੜੇ ਅਸੀਂ ਫੈਮਿਲੀ ਵਾਂਗੂ ਵਿਚਰਦੇ ਆ ਸਾਰੇ ਬਹੁਤ ਮਸਤੀ ਖੋਰ ਨੇ ਸਾਰੇ ਬਹੁਤ ਇੰਜੋਏ ਕਰਦੇ ਨੇ ਬੱਬੂ ਬਾਈ ਤਾਂ ਹੁਣ ਵੀ ਇੱਕੋ ਬੋਟ ਦੇ ਉੱਤੇ ਦੇਖੀ ਹੁੰਨੀ ਆ ਤੁਸੀਂ ਜਿੱਥੇ ਉਹ ਗੱਲਾਂ ਜਿਵੇਂ ਛੇੜਦੇ ਆ ਨਾ ਜੀ 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 ਸੋ ਜਿਹੜੀ ਨਾਰਮਲ ਲਾਈਵ ਆਚ ਅਸੀਂ ਸਾਰੇ ਮਸਤ ਰਹਿਣ ਵਾਲੇ ਮਸਤ ਮੋਲੇ ਆ ਤੇ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਸਾਹਮਣੇ ਐਵੇਂ ਨਹੀਂ ਨੋਰਮਲ ਹੁੰਦੀਆਂ ਹਨਾ ਰਾਈਟ ਬਿਲਕੁਲ ਕਿਉਂਕਿ ਪਰ ਅਸੀਂ ਆਪਾਂ ਚ ਇਦਾਂ ਹੀ ਆਂ ਅੱਜ ਵੀ ਉਦਾਂ ਹੀ ਆ ਪਹਿਲਾਂ ਵੀ ਉਦਾਂ ਸੀ ਅੱਜ ਵੀ ਉਦਾਂ ਹੀ ਆ ਵਾਹਿਗੁਰੂ ਕਰਨ ਕਿ ਹਮੇਸ਼ਾ ਹੀ ਤੁਸਿਆ ਮੇਰੋ ਸੋ ਕੰਮ ਦੀ ਜਿਹੋ ਜੀ ਆਸ ਤੁਹਾਡੀ ਹੈ ਦੁਗਣੀ ਪਰਮਾਤਮਾ ਮੇਰ ਕਰੇ ਕਿਉਂਕਿ ਹੁਣ ਫਿਰ ਤੋਂ ਲਾਕਡਾਊਨ ਦਾ ਇਕ ਰੌਲਾ ਜਿਹਾ ਸੋਨਾਂ ਨੂੰ ਮਿਲ ਰਿਹਾ ਬਟ ਆਈ ਵਿਸ਼ ਕਿ ਮੈਂ ਮੈਂ ਨਾਲੇ ਵੀ ਸੁਣਿਆ ਕਿ ਜਿਹੜੇ ਪਹਿਲਾਂ ਕਰੋਨਾ ਦਾ ਆਇਆ ਵਾਇਰਸ ਇਹ ਐਵੇਂ ਹੀ ਰੂੰਗਾ ਜਿਹਾ ਛੋਟਾ ਜਿਹਾ ਇਹ ਰੱਬ ਵੀ ਜਾਣਦਾ ਪਰ ਆਈ ਜਸਟ ਵਿਸ਼ ਕੇ ਤੁਸੀਂ ਵੀ ਸਾਰੇ ਐਂਡ ਅਸੀਂ ਵੀ ਸਾਰੇ ਅਬ ਇੱਕ ਪ੍ਰੀਕਾਸ਼ਨ ਐਂਡ ਸੇਫਟੀ ਦੇ ਨਾਲ ਤੁਰੀਏ ਸੋ ਥੈਟ ਕਿ ਕਮ ਜਲਦੀ ਕੰਟਰੋਲ ਹੋ ਜਾਏ ਸਾਰੀ ਜੋ ਵੀ ਇਹ ਪ੍ਰੋਬਲਮ ਹੈ ਵੱਡੀ ਗੱਲ ਹੈ ਕਿ ਤੰਦਰੁਸਤ ਰਹੀਏ ਤੰਦਰੁਸਤ ਰਹੀਏ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ ਜੀ ਧਿਆਨ ਰੱਖਿਓ ਸਾਰੇ ਆਪਣਾ ਜਿੰਨੇ ਅ ਧਿਆਨ ਨਾਲ ਰਹਾਂਗੇ ਉਨੇ ਹੀ ਬੈਟਰ ਰਾਂਗੇ ਸਰੀਰ ਹੈ ਮਸ਼ੀਨਰੀ ਹੈ ਇੱਕ ਤਰ੍ਹਾਂ ਦੀ ਥੋੜਾ ਜਿਹਾ ਫਾਲਟ ਪੈ ਜਾਂਦਾ ਤੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਆਪਾਂ ਬਚ ਕੇ ਰਹੀਏ ਬਿਲਕੁਲ ਲੇਕਿਨ ਜਦੋਂ ਕਲਾਕਾਰ ਸਾਡੇ ਸਾਹਮਣੇ ਹੋਵੇ ਉਹ ਵੀ ਜਦੋਂ ਹਿੱਟ ਹਿੱਟ ਗਾਣੇ ਦਿੱਤੇ ਹੋਣ ਤੇ 뮤지컬 ਲੈਂਡਿੰਗ ਨਾ ਹੋਵੇ ਇਹ ਬਹੁਤ ਇਨਕੰਪਲੀਟ ਹੋ ਜਾਣਾ ਹੈ ਮੁੰਡੇ ਚਮਚਮ ਹਾਂ ਮੁੰਡੇ ਚਮਚਮ ਸੁਪਦੇਰਮਾਲ ਜੀ ਕੋਈ ਕਹਿੰਦਾ ਤੇਰੇ ਤੋਂ ਜਾਨਵਾਰ ਦੂੰ ਕੋਈ ਕਹਿੰਦਾ ਤੇਰੇ ਤੋਂ ਜਹਾਨਵਾਰ ਦੂੰ ਕੋਈ ਚੁੱਮ ਚੁੱਮ ਸੁੱਟਦਾਰ ਮਾਲ ਵੇਖੋ ਕੀ ਦੀ ਗੱਲ ਬਣਦੀ ਇਸ ਸੋਹਣੀ ਜਿਹੀ ਕੁੜੀ ਦੇ ਹਾਏ ਸੋਹਣੀ ਜਿਹੀ ਕੁੜੀ ਦੇ ਨਾ ਵੇਖੋ ਕੀ ਦੀ ਗੱਲ ਬਣਦੀ ਮੁੰਡ ਚੁੱਮ ਚੁੱਮ ਸੁੱਟਦੇ ਰਮਾਰ ਵੇਖੋ ਕੀ ਦੀ ਗੱਲ ਬਣਦੀ ਵੈਰੀ ਵੈਲ ਡਨ ਵੈਸੇ ਤੁਹਾਡੇ ਗਾਣਿਆਂ ਦੀ ਲਿਸਟ ਇੰਨੀ ਵੱਡੀ ਹੈ ਕਿ ਇਸ ਇੰਟਰਵਿਊ ਤੋਂ ਡਬਲ ਟਾਈਮ ਤੇ ਗਾਣੇ ਹੋ ਜਾਣ ਜੇ ਇਹੋ ਜੀ ਮਹਿਫਿਲ ਲੱਗੇ ਮੈਸਾ ਲੱਗੀ ਮੈਨੂੰ ਮੈਨੂੰ ਕੀ ਰਹਿਣ ਲੱਗਦਾ ਹੁੰਦਾ ਕਿ ਸੱਚੀ ਮੁੱਚੀ ਲੋਕਾਂ ਦੇ ਦੋ ਗਾਣੇ ਚਾਰ ਗਾਣੇ ਹਿੱਟ ਹੁੰਦੇ ਨੇ ਵਾਇਗਰੂ ਨੇ ਐਸੀ ਕਿਰਪਾ ਕੀਤੀ ਤੇ ਲੋਕਾਂ ਨੇ ਐਸਾ ਪਿਆਰ ਦਿੱਤਾ ਹਰ ਕੈਸੇਟ ਦੇ ਵਿੱਚੋਂ ਜੇ 8 ਗਾਣੇ ਹੁੰਦੇ ਸੀ ਤੇ 8 ਦੇ 8 ਹੀ ਹਿੱਟ ਹੁੰਦੇ ਸੀ ਹਿੱਟ ਹੁੰਦੇ ਸੀ ਅੱਜ ਵੀ ਲੰਬੀ ਲਿਸਟ ਅੱਜ ਵੀ ਲੰਬੀ ਲਿਸਟਾਂ ਖੁਸ਼ੀ ਹੁੰਦੀ ਹੈ ਕਿ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਉਹਦੇ ਨਾਲ ਜਿਹੜੀ ਇਹ ਦਸਤਾਰ ਨੂੰ ਤੁਸੀਂ ਪਿਆਰ ਦਿੱਤਾ ਹਮੇਸ਼ਾ ਪਿਆਰ ਕਰਦੇ ਹੋ ਇਹਦੇ ਲਈ ਵੀ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂ ਨਿੱਕੂ ਤੁਹਾਡਾ ਤੇ ਐਦਾਂ ਹੀ ਪਿਆਰ ਕਰਦੇ ਰਹੋ ਜੀ ਸੋ ਸਾਡੇ ਵੱਲੋਂ ਵੀ ਤੁਹਾਨੂੰ ਦਿਲੋਂ ਦੁਆ ਕਿ ਇਹ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਨਵੀਆਂ ਖੁਸ਼ੀਆਂ ਲੈ ਕੇ ਆਏ ਬਹੁਤ ਤਰੱਕੀ ਕਰੋ ਤੁਸੀਂ ਜਿਹੜੇ ਸੁਪਨੇ ਤੁਸੀਂ ਲੈ ਰਹੇ ਉਹ ਪੂਰੇ ਹੋਣ ਐਂਡ ਉਸ ਤੋਂ ਵੀ ਉੱਪਰ ਦੇ ਸੁਪਨੇ ਜਿਹੜੇ ਵਾਹਿਗੁਰੂ ਮੇਰ ਕਰੇ ਤੁਹਾਡੇ ਤੇ ਥੈਂਕ ਯੂ ਵੈਰੀ ਮਚ ਤੁਹਾਨੂੰ ਵੀ ਸਾਰਿਆਂ ਨੂੰ ਨਵਾਂ ਸਾਲ ਵਾਹਿਗੁਰੂ ਕਰੇ ਇਹ ਨਵੇਂ ਸਾਲ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਤੁਹਾਨੂੰ ਖੁਸ਼ੀਆਂ ਦੇਵੇ ਵਾਹਿਗੁਰੂ ਤੁਹਾਡੀ ਮਨ ਦੀ ਹਰ ਤਮੰਨਾ ਇਹ ਨਵੇਂ ਸਾਲ ਚ ਪੂਰੀ ਹੋਵੇ ਤੇ ਤੁਸੀਂ ਬੁਲੰਦੀਆਂ ਤੇ ਪਹੁੰਚੋ ਸਾਰੇ ਜਿਹੜੇ ਸੋਹਣੇ ਸੋਹਣੇ ਆਰਟਿਸਟ ਸੋਹਣੇ ਸੋਹਣੇ ਗਾਣੇ ਗਾਉਂਦੇ ਨੇ ਉਹ ਸਾਰਿਆਂ ਨੂੰ ਤੁਸੀਂ ਪਿਆਰ ਕਰਦੇ ਰਹੋ ਜਿੰਨੇ ਨਵੇਂ ਆਉਂਦੇ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਰਹੋ ਤਾਂ ਕਿ ਸਾਡੀ ਜਿਹੜਾ ਇਹ ਕਲਚਰ ਜਿਹੜੇ ਲੋਕ ਪ੍ਰਮੋਟ ਕਰਦੇ ਨੇ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਉਹ ਐਦਾਂ ਹੀ ਵਾਖੂਬੀ ਚੱਲਦੀ ਰਹੇ ਜੀ ਬਿਲਕੁਲ ਸੋ ਅੱਜ ਦੀ ਸਾਡੀ ਇਹ ਖਾਸ ਗੱਲਬਾਤ ਸੀ 인ਦਰਜੀਤ ਨਿੱਕੋ ਜੀ ਦੇ ਨਾਲ ਬਹੁਤ ਸੋਹਣੇ ਸੋਹਣੇ ਗੀਤ ਅਸੀਂ ਇਹਨਾਂ ਦੇ ਇੰਜੋਏ ਕੀਤੇ ਨੇ ਤੇ ਬਹੁਤ ਸੋਹਣੇ ਸੋਹਣੇ ਗੀਤ ਅਸੀਂ ਇਹਨਾਂ ਦੇ ਅੱਗੇ ਵੀ ਇੰਜੋਏ ਕਰਾਂਗੇ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੋਵੇ ਤੰਦਰੁਸਤੀ ਤੁਹਾਡੇ ਉੱਤੇ ਹਮੇਸ਼ਾ ਬਣੀ ਰਹੇ ਵਾਹਿਗੁਰੂ ਮੇਰ ਕਰਦੇ ਰਹਿਣ ਐਂਡ ਪੋਜ਼ਿਟਿਵਿਟੀ ਦੇ ਨਾਲ ਭਰਿਆ ਰਹੇ ਤੁਹਾਡਾ ਇਹ ਪੂਰਾ ਦਾ ਪੂਰਾ ਸਾਲ ਬਲਕਿ ਆਉਣ ਵਾਲੇ ਮੈਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਪੁੱਲਿਆ ਹਾਂ ਸਸ਼ਿਕਾ ਇਸੇ ਤਰ੍ਹਾਂ ਗੁੰਗੁਨਾਉਂਦੇ ਰਹੋ ਗਾਉਂਦੇ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੇ ਬਿਲਕੁਲ ਅੱਗੇ ਵਧਦੇ ਰਹੋ ਫਿਲਹਾਲ ਦੇ ਲਈ ਦਿਓ ਇਜਾਜ਼ਤ ਦੇਖਦੇ ਰਹੋ ਸਨੇ ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀ ਉਤਨੂ ਕਰਦੇ ਰਹੋ ਸਪੋਰਟ ਤੇ ਉਹ ਇਜਾਜ਼ਤ ਸਸ਼ਿਕਾ